ਜਦੋਂ ਅਸੀਂ ਲਾਸਟ ਟਾਈਮ ਆਏ ਸੀ ਨਾ ਤੇ ਇੱਥੇ ਬੜੀ ਸੁੰਨਸਾਨ ਸੀਗੀ ਇਹ ਬੂਟੇ ਕੁਛ ਕਹਿੰਦੇ ਸੀ ਪਰ ਅੱਜ ਫਿਰ ਉਹ ਲਹਿਰ ਬਹਿਰ ਕਿਤੇ ਨਾ ਕਿਤੇ ਵੇਖੀ ਜਾ ਰਹੀ ਹੈ ਸੋ ਕੀ ਅੱਜ ਨੂਰੀ ਜੀ ਦੇ ਨਾਲ ਸਰਦੂਲ ਜੀ ਵੀ ਨਾਲ ਹੀ ਤੁਰਦੇ ਨੇ ਜਿਹੜੇ ਇਹ ਇੱਥੇ ਇੱਕ ਮਾਹੌਲ ਜਿਹੜਾ ਫਿਰ ਤੋਂ ਪੋਜ਼ਿਟਿਵ ਆਇਆ ਬਿਲਕੁਲ ਉਹ ਤਾਂ ਨਾਲ ਹੀ ਨੇ ਕਦੇ ਜਾ ਹੀ ਨਹੀਂ ਸਕਦੇ ਮੇਰੇ ਕੋਲੋਂ ਦੂਰ ਹਨਾ ਕਿਉਂਕਿ ਜੇ ਦੋ ਹੋਏ ਹੋਣ ਫਿਰ ਤਾਂ ਇੱਕ ਵੱਖ ਹੋ ਸਕਦਾ ਜੇ ਇੱਕੋ ਹੀ ਹੋਵੇ ਫਿਰ ਉਹ ਕਿੱਥੇ ਜਾ ਸਕਦਾ ਨਾ ਸਰੀਰ ਮਿਟ ਸਕਦਾ ਹੈ ਮਿੱਟੀ ਆ ਪਰ ਜਿਹੜੀ ਰੂਹ ਆ ਰੋਸ਼ਨੀ ਆ ਉਹ ਕਿਤੇ ਨਹੀਂ ਜਾਂਦੀ ਹੈ ਸੁਚਮਤਾ ਦੇ ਨਾਲ ਜਾ ਕੇ ਉਹਨਾਂ ਨੂੰ ਉੱਥੇ ਫੁੱਲ ਚੜ੍ਹਾਉਣੀ ਆਉਂਦੀ ਆ ਇਹ ਵੈਸੇ ਮੇਰੀਆਂ ਪਰਸਨਲ ਚੀਜ਼ਾਂ ਨਹੀਂ ਮੈਂ ਤੁਸੀਂ ਪੁੱਛ ਰਹੇ ਹੋ ਮੈਂ ਤਾਂ ਡਿਸਕਸ ਕਰ ਰਹੀ ਹਾਂ ਅਤੇ ਫਿਰ ਮੈਂ ਉਹਨਾਂ ਅੱਗੇ ਦੀਆ ਜਲਾਨੀਆਂ ਜਾ ਕੇ ਫੁੱਲ ਚੜ੍ਹਾਉਂਦੀ ਹਾਂ ਅਤੇ ਗੱਲਾਂ ਕਰਦੀ ਹਾਂ ਅੱਖਾਂ ਬੰਦ ਕਰਕੇ ਉਹਨਾਂ ਦੇ ਨਾਲ ਮਹਿਸੂਸ ਕਰਦੀ ਹਾਂ ਕਿ ਮੇਰੇ ਕੋਲ ਆਸੇ ਪਾਸੇ ਨੇ ਫਿਰ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਫਿਰ ਮੈਂ ਪੂਰਾ ਦਿਨ ਇੱਥੇ ਜੋ ਮੇਰੀ ਪਹਿਲਾਂ ਰੂਟੀਨ ਸੀ ਉਹ ਕਰਦੀ ਹਾਂ ਫਿਰ ਜੀ ਅਸੀਂ ਵੇਖ ਰਹੇ ਸੀ ਵੀ ਤੁਸੀਂ ਇਕੱਲੇ ਇਕੱਲੇ ਬੂਟੇ ਨਾਲ ਗੱਲ ਕਰਦੇ ਹੋ ਔਰ ਬੂਟਿਆਂ ਨਾਲ ਹੀ ਨਹੀਂ ਜਿਹੜੇ ਵੀ ਜੀ ਇੱਥੇ ਰਹਿੰਦੇ ਨੇ ਭਾਵੇਂ ਉਹ ਬਿੱਲੀਆਂ ਹੋਣ ਭਾਵੇਂ ਉਹ ਬੂਟੇ ਹੋਣ ਹੈ ਨਾ ਭਾਵੇਂ ਉਹ ਮੋਰ ਹੋਣ ਤੁਸੀਂ ਇਕੱਲੇ ਇਕੱਲੇ ਨਾਲ ਪਤਾ ਨਹੀਂ ਕੀ ਗੱਲਾਂ ਕਰਦੇ ਹੋ ਅਤੇ ਉਹ ਵੀ ਪਤਾ ਨਹੀਂ ਤੁਹਾਡੇ ਨਾਲ ਕੀ ਗੱਲਾਂ ਕਰਦੇ ਨੇ ਪਰ ਮੈਨੂੰ ਦੇਖਣ 'ਚ ਬਹੁਤ ਹੀ ਮਜ਼ਾ ਆ ਰਿਹਾ ਸੀਗਾ ਕੋਈ ਪੰਛੀ ਤੋਤੇ ਇੱਥੇ ਸਾਰੇ ਖੁੱਲ੍ਹੇ ਫਿਰਦੇ ਹੋਣਗੇ ਉਹਨਾਂ ਵਾਸਤੇ ਆਲ੍ਹਣੇ ਵੀ ਬਣਾ ਕੇ ਅਸੀਂ ਰੱਖੇ ਹੋਏ ਨੇ ਟੰਗੇ ਹੋਏ ਨੇ ਅਤੇ ਵੀ ਮੀਂਹ ਦੇ ਵਿੱਚੋਂ ਉਹ ਆਪਣੇ ਆਪ ਨੂੰ ਸੰਭਾਲ ਸਕਣ ਅਤੇ ਗਾਵਾਂ ਨੂੰ ਵੀ ਅਸੀਂ ਕਦੇ ਬੰਨ੍ਹਦੇ ਨਹੀਂ ਹੈਗੇ ਇਹ ਬੇਸਿਕਲੀ ਉਹ ਜਗ੍ਹਾ ਹੈ ਨਾ ਬਿੱਲੀ ਬੈਠੀ ਹੋਈ ਹੈ ਆਲਣੇ ਲੱਗੇ ਹੋਏ ਨੇ ਗਾਵਾਂ ਪਿੱਛੇ ਘਾਹ ਚਰ ਰਹੀਆਂ ਨੇ ਸੋ ਔਰ ਤੋਤੇ ਵੀ ਪੂਰੇ ਆਪਣਾ ਪਹਿਲਾਂ ਪਾ ਰਹੇ ਨੇ ਜੀ ਤੇ ਕੋਇਲਾਂ ਵੀ ਇੱਥੇ ਬਹੁਤ ਨੇ ਬੁਲਬੁਲਾਂ ਬਹੁਤ ਨੇ ਕੋਇਲਾਂ ਵਰਗੀ ਕੋਇਲ ਮੈਨੂੰ ਪਹਿਲੇ ਦੱਸੋ ਕਿ ਕੌਣ ਹੈ ਮੇਰੇ ਵਰਗੀ ਨਹੀਂ ਸਰਦੂਲ ਜੀ ਵਰਗੀ ਕੋਇਲ ਮਿੱਠੀ ਆਵਾਜ਼ ਸਰਦੂਲ ਜੀ ਵਾਂਗੂ ਇੱਥੇ ਸੰਗੀਤ ਬੋਲਦੀਆਂ ਰਹਿੰਦੀਆਂ ਨੇ ਜਿਵੇਂ ਕਿ ਹਾਰਮਨੀ ਨਹੀਂ ਚੱਲਦੀ ਹੁੰਦੀ ਵੀ ਦੱਸ ਮੇਰਿਆ ਦਿਲ ਭਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ ਦੱਸ ਮੇਰਿਆ ਦਿਲ ਭਰਾਵੇ ਵੀ ਦੱਸ ਮੇਰਿਆ ਦਿਲ ਭਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ ਦੱਸ ਮੇਰਿਆ ਦਿਲ ਭਰਾਵੇ ਪਹਿਲੇ ਸ਼ੂਟਸ ਕਰਦੇ ਸੀ ਉਦੋਂ ਸਰਦੂਲ ਸਰ ਨਾਲ ਹੁੰਦੇ ਸੀ ਅੱਜ ਇੱਕ ਜ਼ਿੰਮੇਵਾਰ ਮਾਂ ਹੈ ਅੱਜ ਇੱਕ ਜ਼ਿੰਮੇਵਾਰ ਕਲਾਕਾਰ ਹੈ ਅੱਜ ਇੱਕ ਉਹ ਔਰਤ ਹੈ ਜਿਸ ਨੂੰ ਬਹੁਤ ਮਜ਼ਬੂਤੀ ਦੇ ਨਾਲ ਸਾਰੀ ਚੀਜ਼ਾਂ ਨੂੰ ਸਾਈਡ 'ਤੇ ਰੱਖ ਕੇ ਜਾਂ ਦਿਲ ਦੇ ਵਿੱਚ ਰੱਖ ਕੇ ਦੁਨਿਆਵੀ ਜਿਹੜੇ ਤਾਣੇ ਬਾਣੇ ਆ ਉਹਨਾਂ ਦੇ ਉਹਨਾਂ ਨੂੰ ਵੀ ਹੈ ਨਾ ਦੇਖਣਾ ਪੈ ਰਿਹਾ ਫੇਸ ਕਰਨਾ ਪੈ ਰਿਹਾ ਸੋ ਕਿਸ ਤਰ੍ਹਾਂ ਹੈਂਡਲ ਕਰਦੇ ਹੋ ਆਪਣੀ ਇਹਨਾਂ ਚੀਜ਼ਾਂ ਨੂੰ ਇੱਦਾਂ ਸੀਗਾ ਕਿ ਜਦੋਂ ਮੈਂ ਸ਼ੂਟ ਲਈ ਜਾਂਦੀ ਹੁੰਦੀ ਸੀ ਮੈਂ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਉਹਨਾਂ ਦੇ ਪੈਰੀ ਹੱਥ ਲਾ ਕੇ ਫਿਰ ਜਾਣਾ ਆ ਕੇ ਫਿਰ ਮੈਨੂੰ ਉਹਨਾਂ ਨੇ ਪੁੱਛਣਾ ਕਿਵੇਂ ਰਿਹਾ ਤੇਰਾ ਸ਼ੂਟ ਕਿਵੇਂ ਕਿਵੇਂ ਹੋਇਆ ਸਾਰਾ ਕੁਝ ਹਾਲ ਬਿਆਨ ਕਰਨਾ ਅਤੇ ਹੁਣ ਜਦੋਂ ਜਾਂਦੀ ਹਾਂ ਫਿਰ ਮੈਂ ਹੁਣ ਉਹਨਾਂ ਦੀ ਫੋਟੋ ਦੇ ਅੱਗੇ ਉਹਨਾਂ ਨੂੰ ਦੇਖਦੀ ਹਾਂ ਅਤੇ ਇੱਦਾਂ ਲੱਗਦਾ ਵੀ ਫੋਟੋ ਮੇਰੇ ਨਾਲ ਗੱਲ ਕਰ ਰਹੀ ਆ ਫਿਰ ਅੱਖਾਂ ਬੰਦ ਕਰਕੇ ਉਹਨਾਂ ਨੂੰ ਮਹਿਸੂਸ ਕਰਦੀ ਹਾਂ ਆਪਣੇ ਇਰਦ ਗਿਰਦ ਮਹਿਸੂਸ ਕਰਕੇ ਮੈਂ ਇਜਾਜ਼ਤ ਲੈ ਕੇ ਜਾਂਦੀ ਹਾਂ ਮੈਂ ਇਸ ਕੁਦਰਤ ਨਾਲ ਜੁੜੀ ਹੋਈ ਹਾਂ ਮਹਾਂਪੁਰਸ਼ਾਂ ਦੇ ਗੁਰੂਆਂ ਦੇ ਮੇਰੇ ਸਿਰ 'ਤੇ ਆਸ਼ੀਰਵਾਦ ਨੇ ਮੈਨੂੰ ਇੱਦਾਂ ਹੈ ਬਹੁਤ ਜਲਦੀ ਮੇਰੇ ਬੱਚੇ ਸੈੱਟ ਹੋ ਜਾਣ ਮੈਂ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋਵਾਂ ਅਤੇ ਬਸ ਮੈਂ ਬਹੁਤ ਜਲਦੀ ਮੇਰਾ ਦੁਨੀਆ 'ਚ ਦਿਲ ਨਹੀਂ ਲੱਗਦਾ ਹੈਗਾ ਮੈਂ ਬਹੁਤ ਛੇਤੀ ਛੇਤੀ ਫਿਰ ਮੈਂ ਆਪਣੇ ਸਰਦੂਲ ਕੋਲ ਚਲੀ ਜਾਵਾਂ ਬਸ ਇਹ ਮਿੱਟੀ ਆ ਇਹ ਮਿੱਟੀ 'ਚੋਂ ਜਿੰਨੀ ਦੇਰ ਮੇਰੇ ਫਰਜ਼ ਨੇ ਉਨੀ ਦੇਰ ਮਿੱਟੀ ਦੇ ਵਿੱਚ ਮੇਰੀ ਰੂਹ ਰਹੂਗੀ ਜਦੋਂ ਮੇਰੇ ਫਰਜ਼ ਪੂਰੇ ਹੋ ਗਏ ਬੱਚਿਆਂ ਨੂੰ ਮੈਂ ਦੇਖ ਲਿਆ ਕਿ ਹਾਂ ਇਹ ਸੈੱਟ ਹੋ ਗਏ ਨੇ ਬੱਚੇ ਹੁਣ ਮੇਰੇ ਉਦੋਂ ਮੈਂ ਇਸ ਮਿੱਟੀ ਦੇ ਵਿੱਚੋਂ ਨਿਕਲ ਜਾਣਾ ਔਰ ਮੈਂ ਆਪਣੇ ਸਰਦੂਲ ਕੋਲ ਚਲੀ ਜਾਣਾ ਦੁਨੀਆਂ 'ਚ ਕੋਈ ਵੀ ਐਸਾ ਕੁਛ ਨਹੀਂ ਸਭ ਨੇ ਜ਼ੋਰ ਲਾ ਲਿਆ ਸੀਗਾ ਸਾਰਿਆਂ ਨੇ ਪਰ ਮੈਂ ਉਸ ਦਰਦ 'ਚੋਂ ਬਾਹਰ ਨਹੀਂ ਸੀ ਨਿਕਲਦੀ ਪਈ ਪਤਾ ਨਹੀਂ ਤਾਂ ਸਰਦੂਲ ਦੀ ਰੂਹ ਨੇ ਮੈਨੂੰ ਕਿਹਾ ਕਿਉਂਕਿ ਉਹ ਮੇਰੇ ਅੰਦਰ ਵਾਸ ਕਰਦੀ ਆ ਉਹ ਵੀ ਕਲਾ ਨਾਲ ਜੁੜੇ ਸੀ ਪਤਾ ਨਹੀਂ ਉਹਨਾਂ ਦੀ ਰੂਹ ਨੇ ਮੈਨੂੰ ਪ੍ਰੇਰਣਾ ਦਿੱਤੀ ਹੌਸਲਾ ਦਿੱਤਾ ਵੀ ਤੂੰ ਕੰਮ ਕਰ ਅਤੇ ਮੈਂ ਕੰਮ ਕਰਨਾ ਸ਼ੁਰੂ ਕੀਤਾ ਨਾ ਇੱਧਰ ਅਤੇ ਹੁਣ ਮੈਨੂੰ ਥੋੜ੍ਹਾ ਹੌਲੀ ਹੌਲੀ ਚੈਨ ਵੀ ਮਿਲਦਾ ਹੈ ਮੈਨੂੰ ਲੱਗਦਾ ਸਰਦੂਲ ਜੀ ਦੀ ਰੂਹ ਵੀ ਖੁਸ਼ ਆ ਕਿਤੇ ਸਰਦੂਲ ਜੀ ਦੇ ਗਾਣੇ ਲਗਾ ਕੇ ਜਾਂ ਕੁਛ ਰੂਹਾਨੀਅਤ ਵਾਲੇ ਸੂਫੀ ਰੰਗ ਦੇ ਗਾਣੇ ਲਗਾ ਕੇ ਮੈਂ ਅੱਖਾਂ ਬੰਦ ਕਰਕੇ ਬਹਿ ਜਾਂਦੀ ਹਾਂ ਅਗਰ ਮੇਰਾ ਹੱਸਣ ਨੂੰ ਦਿਲ ਕਰਦਾ ਮੈਂ ਹੱਸਦੀ ਹਾਂ ਜੇ ਮੇਰਾ ਰੋਣ ਨੂੰ ਦਿਲ ਕਰਦਾ ਹੁੰਦਾ ਤਾਂ ਮੈਂ ਰੋਨੀ ਹਾਂ ਅਤੇ ਜੇ ਮੇਰਾ ਵਿਰਾਗ 'ਚ ਆ ਕੇ ਮੇਰਾ ਝੂੰਮਣ ਨੂੰ ਦਿਲ ਕਰਦਾ ਸਰਦੂਲ ਜੀ ਦੀ ਯਾਦ 'ਚ ਮੈਂ ਝੂੰਮਦੀ ਹਾਂ ਉਹ ਫਿਰ ਮੇਰਾ ਆਪਣਾ ਟਾਈਮ ਹੁੰਦਾ ਆਪਣਾ
अपना मैं अपने उहदे विच होनी अपने समय च उदो मैं ना माँ हुंदी आ ना मैं उदो कलाकार हुंदी आ सिर्फ ते सिर्फ मैं नूरी हुंनी आ अपने धुरे दे नाल जुड़ी हुंनी आ। मैं देख रही हूँ मर्सिडीज़ ओही खड़ी है ना, ये दो साल तो मतलब उन्हां दे याद दे विच तुसी खड़ी कीती हुई है। हाँ जी हाँ जी, मर्सिडीज़ दे विच शोज़ करदे हुंदे सीगे, सरदूल जी जांदे हुंदे सीगे, असीं जदों साडा फैमिली ट्रिप हुंदा सी किते वी असीं फैमिली ने घूमण फिरन जाणा फ्री हुंदे सीगे बच्चों नूं लै के, असीं उदों असीं मर्सिडीज़ दे विच जांदे हुंदे सीगे। ते दो साल तो जदों दे उह गए ने, दो साल तो इह वी असीं इद्दी खड़ी सीगी जिवें उन्हां नूं वेट कर रही होवे बिराग होवे। हुण असीं इहनूं वी जिवें सारियां चीज़ां उन्हां दी जिवें मैं अपने आप नूं जिंदगी दित्ती है जीना शुरू कीता है, बच्चों नूं अंदर जिंदगी उन्हां दे भरी वी तुसीं वी जीना शुरू करो, पापा तुहाडे नाल ही ने मेरे अंदर ही ने उह, उन्हां दी इक इक चीज़ जिहड़ी उन्हां दे नाल अटैच सीगी जिहड़ी उन्हां ने हंढाई आ, ते उन्हां नूं हुण मुड़ के फिर सरजीव करके नाल तोरांगे। इह इह तस्वीर जिहड़ी है ना, ਇਹ ਮਤਲਬ ਬਾਹਰ ਵੀ ਇਹੀ ਲੱਗੀਆਂ ਹੋਈਆਂ। ਹਾਂ ਇਹ ਮੈਂ ਇਸ ਕਰਕੇ ਲਾਈ ਹੋਈ ਹਾਂ ਬਹੁਤ ਜ਼ਿਆਦਾ ਵੀ ਜਿਵੇਂ ਨਾ ਮੈਨੂੰ ਇੱਦਾਂ ਕਹਿ ਰਹੇ ਵੀ ਆ ਜਾ, ਫਿਰ ਮੈਨੂੰ ਇੱਦਾਂ ਹੁੰਦਾ ਕਿ ਕਈ ਵਾਰੀ ਮੈਂ ਨਾ ਇੱਦਾਂ ਆਪਣਾ ਬਣ ਜਾ ਕਰਕੇ ਇੱਦਾਂ ਇਹਨਾਂ ਨੂੰ ਇੱਦਾਂ ਟੱਚ ਕਰ ਲੈਂਦੀ ਹਾਂ ਵੀ ਲੱਗਦਾ ਹੁੰਦਾ ਵੀ ਮੈਂ ਮੈਨੂੰ ਗਲਵੱਕੜੀ ਪਾਈ ਹੋਈ ਉਹਨਾਂ ਨੇ, ਮੈਂ ਅੱਖਾਂ ਬੰਦ ਕਰ ਲੈਂਦੀ ਹੁੰਦੀ ਹਾਂ। ਸਿੱਧੂ ਦੀ ਐਡੀ ਵੱਡੀ ਘਟਨਾ ਹੋ ਗਈ ਆ, ਜਦਕਿ ਮੈਂ ਦੇਖਿਆ ਕਿ ਤੁਸੀਂ ਸਟੇਟਸ ਵੀ ਪਾਇਆ ਸੀਗਾ ਵੀ ਇੱਕ ਪੁੱਤ ਚਲਾ ਗਿਆ ਹੈ, ਤੁਸੀਂ ਉਹਨਾਂ ਦੀ ਮਾਂ ਨੂੰ ਮਿਲ ਕੇ ਵੀ ਆਏ ਹੋ। ਇੱਕ ਮਾਂ ਨੂੰ ਮਿਲ ਕੇ ਆਈ ਹੈ, ਅਤੇ ਮੈਂ ਵੀ ਉਮੀਦ ਕਰਦੀ ਹਾਂ ਕਿ ਉਸ ਟਾਈਮ 'ਤੇ ਕੋਈ ਵੀਡੀਓ ਬਣਾ ਕੇ ਤਾਂ ਸ਼ੇਅਰ ਨਹੀਂ ਕਰੇਗਾ, ਹੈ ਨਾ, ਲੇਕਿਨ ਇਸਦਾ ਵੀ ਵਿਰੋਧ ਹੋਇਆ ਤੁਹਾਡਾ। ਜਦੋਂ ਸਰਦੂਲ ਜੀ ਗਏ ਸੀ ਉਹੀ ਮਾਹੌਲ ਸੀਗਾ, ਉਹੀ ਚੀਜ਼ਾਂ ਸੇਮ ਹੋ ਰਹੀਆਂ ਸੀ ਉੱਥੇ ਵੀ। ਉਹਨਾਂ ਦੇ ਸਿੱਧੂ ਦੇ ਪੇਰੈਂਟਸ ਨੂੰ ਦੇਖਿਆ ਤਾਂ ਮੇਰਾ ਅੰਦਰ ਇੱਕਦਮ ਨਾ ਵਲੁੰਦਰਿਆ ਗਿਆ, ਉਹਨਾਂ ਦਾ ਦਰਦ ਦੇਖ ਕੇ, ਉਹਨਾਂ ਦੀ ਤਕਲੀਫ਼ ਦੇਖ ਕੇ ਮੈਨੂੰ ਸਾਰਾ ਕੁਛ ਆਪਣਾ ਯਾਦ ਆਉਣ ਲੱਗਾ ਕਿ ਜਦੋਂ ਘਰ ਦੇ ਵਿੱਚੋਂ ਜੀ ਚਲੇ ਜਾਂਦੇ ਨੇ ਉਹ, ਕਿਉਂਕਿ ਮੁੜ ਕੇ ਤਾਂ ਆਉਣਾ ਹੀ ਨਹੀਂ ਹੈਗਾ, ਨਾ ਤੁਹਾਡੀ ਗੱਲ ਹੋਣੀ ਆ, ਉਹ ਜਿਹੜਾ ਜੀ ਚਲੇ ਗਿਆ ਤਾਂ ਚਲੇ ਗਿਆ, ਨਾ ਉਹਨੇ ਮੁੜ ਕੇ ਆਉਣਾ ਹੈ। ਅਤੇ ਉਹ ਦਰਦ ਜਿਹੜਾ ਹੈਗਾ ਮੈਨੂੰ ਪਤਾ ਸੀਗਾ, ਮੈਂ ਉਹਦੀ ਮੰਮੀ ਨਾਲ ਦਰਦ ਜਦੋਂ ਵੰਡਿਆ ਸੀ ਉਹ ਰੋਏ ਬਹੁਤ, ਮੇਰਾ ਵੀ ਬਹੁਤ ਹਾਲਤ ਖਰਾਬ ਹੋਈ। ਉਹਨੇ ਮੈਨੂੰ ਹੱਗ ਕੀਤੀ, ਮੈਨੂੰ ਕਿਹਾ ਭੈਣ ਜੀ ਜਦੋਂ ਕਹਿੰਦੀ ਸਰਦੂਲ ਜੀ ਗਏ ਸੀ ਅਸੀਂ ਦੇਖਦੇ ਹੁੰਦੇ ਸੀਗੇ, ਸਾਨੂੰ ਨਹੀਂ ਸੀ ਪਤਾ ਵੀ ਸਾਡੇ 'ਤੇ ਵੀ ਇੱਦਾਂ ਦੀ ਹਾਲਤ ਹੋ ਜਾਣੀ ਹੈ। ਕਹਿੰਦੀ ਮੈਂ ਉਦੋਂ ਆ ਨਹੀਂ ਸਕੀ ਪਰ ਮੈਨੂੰ ਦਰਦ ਬਹੁਤ ਸੀਗਾ, ਮੈਂ ਤੁਹਾਡੀ ਆ ਵੀਡੀਓ ਦੇਖ ਦੇਖ ਕੇ ਮੈਨੂੰ ਤਕਲੀਫ਼ ਬਹੁਤ ਹੋ ਰਹੀ ਸੀ ਅੰਦਰ। ਵਿਆਹਾਂ 'ਤੇ ਜਾਂਦੇ ਹਾਂ, ਖੁਸ਼ੀਆਂ 'ਚ ਜਾਂਦੇ ਹਾਂ, ਕਿਸੇ ਪ੍ਰੋਗਰਾਮ 'ਤੇ ਜਾਂਦੇ ਹਾਂ, ਫਿਰ ਉਹਨੂੰ ਕੋਈ ਕਵਰ ਕਰ ਰਿਹਾ, ਕੋਈ ਫੋਟੋ ਖਿੱਚ ਰਿਹਾ, ਉਹ ਗੱਲ ਵੱਖਰੀ ਆ, ਪਰ ਜਦੋਂ ਕਿਸੇ ਦਾ ਦਰਦ ਆ ਇੱਕ ਚੀਜ਼ ਚਲੇਗੀ, ਇਹ ਇੱਥੇ ਨਾ ਤਾਂ ਸ਼ੂਟ ਹੋ ਰਿਹਾ ਨਾ ਕੋਈ ਤਮਾਸ਼ਾ ਲੱਗਿਆ ਹੋਇਆ, ਜਦੋਂ ਬੰਦਾ ਦਰਦ ਜਿਹਨੇ ਇੱਕ ਦਰਦ ਹੰਢਾਇਆ ਨਾ ਉਹ ਦਰਦ ਸਮਝਦਾ ਦੂਸਰੇ ਵੀ ਜੀ ਜਦੋਂ ਘਰ 'ਚੋਂ ਜਾਂਦੇ ਨੇ ਤਾਂ ਕੀ ਹਾਲ ਹੁੰਦਾ ਹੈ। ਕਿਉਂਕਿ ਇੰਡਸਟਰੀ ਦਾ ਇੱਕ ਪਹਿਲਾਂ ਪਿਓ ਚਲੇ ਗਿਆ ਐਡਾ ਥੰਮ, ਫਿਰ ਇੱਕ ਪੁੱਤ ਚਲੇ ਗਿਆ ਇੰਡਸਟਰੀ ਦਾ ਐਡਾ ਥੰਮ ਉਹ ਸਿੱਧੂ, ਅਤੇ ਮੈਂ ਜਦੋਂ ਉੱਥੇ ਗਈ ਹਾਂ ਮੈਂ ਨਾ ਕੋਈ ਵੀਡੀਓ ਬਣਾਈ ਨਾ ਮੈਂ ਕੋਈ ਫੋਟੋ ਖਿੱਚੀ, ਕਿਉਂਕਿ ਉੱਥੇ ਕਿਹੜਾ ਕੋਈ ਤਮਾਸ਼ਾ ਹੋ ਰਿਹਾ ਸੀਗਾ, ਚੰਗਾ ਹੀ ਨਹੀਂ ਲੱਗਦਾ। ਜਦੋਂ ਮੇਰੇ ਕੋਲ ਲੋਕ ਆ ਕੇ ਇੱਥੇ ਫੋਟੋਆਂ ਖਿੱਚਦੇ ਸੀ ਨਾ ਜਦੋਂ ਸਰਦੂਲ ਜੀ ਗਏ ਸੀ, ਮੈਨੂੰ ਬਹੁਤ ਬੁਰਾ ਲੱਗਦਾ ਸੀ ਜਦੋਂ ਵੀਡੀਓ ਬਣਾਉਂਦੇ ਸੀ, ਕਹਿੰਦੇ ਅੱਜ ਕਿਹੜੀ ਜਿਹੀ ਫੋਟੋ ਕਰਾਉਣੀ ਆ, ਮੇਰਾ ਅੰਦਰ ਹਾਲਤ ਖਰਾਬ ਹੁੰਦੀ ਸੀ ਵੀ ਇਹ ਲੋਕ ਫੋਟੋਆਂ ਕਰਾਉਣ ਆਏ ਨੇ ਸਟੇਟਸ 'ਤੇ ਪਾਉਣ ਵਾਸਤੇ ਸਿਰਫ ਫੋਟੋਆਂ, ਕੀ ਦਰਦ ਕੀ ਸੱਚਾਈ, ਸਾਰਾ ਕੁਛ ਖਤਮ ਹੋ ਗਿਆ। ਸੱਚੀ ਮੁੱਚੀ ਦਰਦ ਆਪਾਂ ਕਿਸੇ ਨਾਲ ਜਾਂਦੇ ਹਾਂ, ਮੇਰੇ ਕੋਲ ਸ਼ਬਦ ਵੀ ਨਹੀਂ ਆ ਰਹੇ, ਤੁਸੀਂ ਸੋਚ ਦੇਖ ਰਹੇ ਹੋਣੇ ਕਿ ਮੇਰੇ ਤੋਂ ਬੋਲੇ ਵੀ ਨਹੀਂ ਜਾ ਰਿਹਾ। ਜਦੋਂ ਆਪਾਂ ਦਰਦ ਵਿੱਚ ਹੁੰਦੇ ਹਾਂ ਨਾ, ਆਪਾਂ ਦਰਦ ਹੰਢਾਇਆ ਹੁੰਦਾ, ਆਪਾਂ ਨੂੰ ਦੂਸਰੇ ਦਾ ਦਰਦ ਮਹਿਸੂਸ ਹੁੰਦਾ ਹੈ। ਜਿਨ੍ਹਾਂ ਦੇ ਨਾਲ ਅੱਜ ਅਸੀਂ ਪੂਰਾ ਦਿਨ ਸਪੈਂਡ ਕਰਨ ਵਾਲੇ ਹਾਂ, ਉਹ ਇੱਕ ਅਜਿਹੀ ਰੱਬੀ ਰੂਹ ਹੈ ਕਿ ਉਹਨਾਂ ਦੀ ਕਲਾ ਦੀ ਗੱਲ ਕਰੀਏ ਜਾਂ ਉਹਨਾਂ ਦੀ ਸ਼ਖਸੀਅਤ ਦੀ, ਮਿਲ ਕੇ ਇੱਦਾਂ ਲੱਗਦਾ ਹੈ ਕਿ ਵਾਕਈ ਕਿਸੇ ਰੱਬੀ ਰੂਹ ਦੇ ਨਾਲ ਮੁਲਾਕਾਤ ਹੋ ਗਈ ਹੈ। ਬਹੁਤ ਹੀ ਪਿਆਰੇ ਨੇ ਸਾਡੇ ਅੱਜ ਦੇ ਮਹਿਮਾਨ, ਅਤੇ ਅੱਜ ਦਾ ਪੂਰਾ ਦਿਨ ਹੈ ਉਹਨਾਂ ਦੇ ਨਾਮ। ਸੋ ਆਓ ਬਹੁਤੀ ਦੇਰ ਨਾ ਕਰਦੇ ਹੋਏ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਸਾਡੇ ਅੱਜ ਦੇ ਬਹੁਤ ਹੀ ਖਾਸ ਬਹੁਤ ਹੀ ਪਿਆਰੇ ਨੂਰੀ ਮਾਂ ਦੇ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਤੁਸੀਂ? ਮੈਂ ਠੀਕ ਹਾਂ। ਸੋ ਪਹਿਲੇ ਤਾਂ ਗੁੱਡ ਮਾਰਨਿੰਗ। ਗੁੱਡ ਮਾਰਨਿੰਗ, ਆ ਸੁਬਹ ਸੁਬਹ ਹੋ ਰਹੀ ਆ, ਬਿਲਕੁਲ ਸੋਹਣਾ ਲੱਗ ਰਿਹਾ, ਇੰਨਾ ਸੋਹਣਾ ਮੌਸਮ ਹੈ। ਮੈਂ ਪਹਿਲੇ ਕਹਿ ਕੇ ਹਟੀ ਹਾਂ ਕਿ ਅੱਜ ਦਿਨ ਚੜਿਆ ਤੁਹਾਡੇ ਰੰਗ ਵਰਗਾ, ਤੁਹਾਡੇ ਰੰਗ ਵਰਗਾ ਨਹੀਂ, ਸੱਚੀ ਬਹੁਤ ਫਰੈਸ਼ ਹਮੇਸ਼ਾ ਤੁਹਾਨੂੰ ਮਿਲ ਕੇ ਲੱਗਦਾ ਹੈ, ਅਤੇ ਮੈਨੂੰ ਇੱਦਾਂ ਲੱਗਦਾ ਕਿ ਬੜੀ ਬਲੈਸਡ ਸੋਲਸ ਹੁੰਦੀਆਂ ਨੇ, ਰੱਬੀ ਰੂਹਾਂ ਹੁੰਦੀਆਂ ਨੇ ਜੋ ਹਰ ਪਾਸੇ ਪੋਜ਼ਿਟਿਵਿਟੀ ਫੈਲਾਉਂਦੀਆਂ ਨੇ, ਤਾਂ ਤੁਹਾਡਾ ਬੜਾ ਸ਼ੁਕਰੀਆ। ਥੈਂਕ ਯੂ। ਸੋ ਅੱਜ ਦਾ ਪੂਰਾ ਦਿਨ ਤੁਹਾਡੇ ਨਾਮ ਜਿਹੜਾ ਹੈ ਉਹ ਹੋਣ ਵਾਲਾ, ਤੁਸੀਂ ਕੁਛ ਫੜਿਆ ਹੋਇਆ? ਮੈਂ ਚਿੜੀਆਂ ਨੂੰ ਮੋਰਾਂ ਨੂੰ ਪਾ ਰਹੀ ਸੀਗੀ, ਉਹ ਕੁਛ ਜਿਵੇਂ ਬਿਸਕਿਟ ਵਗੈਰਾ ਹੁੰਦੇ ਆ ਜਾਂ ਕੋਈ ਖਾਣ ਵਾਲੀ ਚੀਜ਼ਾਂ ਜਿਹੜੀਆਂ ਉਹ ਪਸੰਦ ਕਰਦੇ ਨੇ ਨਾ, ਜੀ ਜੀ,
ਤੇ ਉਦਾਂ ਤਾਂ ਫਿਰ ਮੈਂ ਖਾਣਾ ਲੈ ਕੇ ਤੁਰੀ ਹੋਈ ਆ ਸਵੇਰ ਸਵੇਰ, ਫਿਰ ਮੇਰੀ ਨਾਲੇ ਵਾਕ ਹੋ ਜਾਂਦੀ ਆ ਜੀ, ਨਾਲੇ ਫਿਰ ਮੈਂ ਇਹਨਾਂ ਦੇ ਨਾਲ ਮੇਰਾ ਟਾਈਮ ਵਧੀਆ ਸਪੈਂਡ ਹੋ ਜਾਂਦਾ, ਚਿੜੀਆਂ ਤੋਤਿਆਂ ਨਾਲ ਜੀ। ਜਦੋਂ ਅਸੀਂ ਲਾਸਟ ਟਾਈਮ ਆਏ ਸੀ ਨਾ ਤੇ ਇੱਥੇ ਬੜੀ ਸੁੰਨਮਸਾਨ ਸੀਗੀ, ਇਹ ਬੂਟੇ ਕੁਛ ਕਹਿੰਦੇ ਸੀ, ਪਰ ਅੱਜ ਫਿਰ ਉਹ ਲਹਿਰ ਬਹਿਰ ਕਿਤੇ ਨਾ ਕਿਤੇ ਵੇਖੀ ਜਾ ਰਹੀ ਹੈ। ਸੋ ਕੀ ਅੱਜ ਨੂਰੀ ਜੀ ਦੇ ਨਾਲ ਸਰਦੂਲ ਜੀ ਵੀ ਨਾਲ ਹੀ ਤੁਰਦੇ ਨੇ, ਜਿਹੜੇ ਇਹ ਇੱਥੇ ਇੱਕ ਮਾਹੌਲ ਜਿਹੜਾ ਫਿਰ ਤੋਂ ਪੋਜ਼ਿਟਿਵ ਆਇਆ? ਬਿਲਕੁਲ, ਉਹ ਤਾਂ ਨਾਲ ਹੀ ਨੇ, ਉਹ ਕਦੇ ਜਾ ਹੀ ਨਹੀਂ ਸਕਦੇ ਮੇਰੇ ਕੋਲੋਂ ਦੂਰ, ਹੈ ਨਾ ਜੀ। ਕਿਉਂਕਿ ਜੇ ਦੋ ਹੋਏ ਹੋਣ ਫਿਰ ਤਾਂ ਇੱਕ ਵੱਖ ਹੋ ਸਕਦਾ, ਜੇ ਇੱਕੋ ਹੀ ਹੋਵੇ ਫਿਰ ਉਹ ਕਿੱਥੇ ਜਾ ਸਕਦਾ, ਹੈ ਨਾ। ਬਿਲਕੁਲ, ਸਰੀਰ ਮਿਟ ਸਕਦਾ ਹੈ, ਮਿੱਟੀ ਆ, ਪਰ ਜਿਹੜੀ ਰੂਹ ਆ, ਰੋਸ਼ਨੀ ਆ, ਉਹ ਕਿਤੇ ਨਹੀਂ ਜਾਂਦੀ ਹੈਗੀ, ਉਹ ਇੱਥੇ ਆ ਨਾ, ਉਹ ਮੇਰੇ ਅੰਦਰ ਹੀ ਸਮਾ ਗਈ ਆ ਰੂਹ ਉਹਨਾਂ ਦੀ ਜੀ। ਪਹਿਲਾਂ ਜਦੋਂ ਸਰਦੂਲ ਜੀ ਦੇ ਹੁੰਦੇ ਮੈਂ ਉੱਠਦੀ ਸੀ ਸਵੇਰੇ, ਉੱਠ ਕੇ ਜਦੋਂ ਉਹ ਵੀ ਉੱਠ ਕੇ ਬੈਠਦੇ ਸੀ, ਮੈਂ ਉਹਨਾਂ ਦੇ ਪੈਰੀ ਹੱਥ ਲਾਉਂਦੀ ਸੀਗੀ, ਗਲਵੱਕੜੀ ਪਾ ਕੇ, ਫਿਰ ਮੈਂ ਉੱਠ ਕੇ ਬਾਹਰ ਵਾਕ ਕਰਦੀ ਹੁੰਦੀ ਸੀਗੀ, ਚਿੜੀਆਂ ਨੂੰ ਇਹਨਾਂ ਨੂੰ ਰੋਟੀ ਪਾਉਣੀ, ਅਤੇ ਘੁੰਮਣਾ ਫਿਰਨਾ, ਚਲੋ ਆਪਣਾ ਇਸ਼ਨਾਨ ਕਰਕੇ, ਫਿਰ ਜਿਵੇਂ ਬੰਦਾ ਆਪਣੇ ਮੈਡੀਟੇਸ਼ਨ ਕਰਦਾ, ਯੋਗਾ ਕਰਦਾ, ਉਹ ਕਰਦੀ ਸੀ। ਪਰ ਹੁਣ ਸਰਦੂਲ ਜੀ ਸਰੀਰਕ ਤੌਰ 'ਤੇ ਨਹੀਂ ਹੈਗੇ, ਫਿਰ ਮੇਰੀ ਹੁਣ ਰੂਟੀਨ ਹੁੰਦੀ ਹੈ ਵੀ ਮੈਂ ਉੱਠਦੀ ਹਾਂ ਇਸ਼ਨਾਨ ਕਰਕੇ, ਸਭ ਤੋਂ ਪਹਿਲਾਂ ਮੈਨੂੰ ਇੱਦਾਂ ਲੱਗਦਾ ਕਿ ਮੈਨੂੰ ਮੇਰਾ ਪਰਮਾਤਮਾ ਮੈਨੂੰ ਉਹਦੇ ਵਿੱਚੋਂ ਹੀ ਮਿਲੇਗਾ, ਹੈ ਨਾ। ਅਤੇ ਸਭ ਤੋਂ ਪਹਿਲਾਂ ਮੈਂ ਸੁਚਮਤਾ ਦੇ ਨਾਲ ਜਾ ਕੇ ਉਹਨਾਂ ਨੂੰ ਉੱਥੇ ਫੁੱਲ ਚੜ੍ਹਾਉਂਦੀ ਹਾਂ, ਦੀਆ। ਇਹ ਵੈਸੇ ਮੇਰੀਆਂ ਪਰਸਨਲ ਚੀਜ਼ਾਂ ਨੇ, ਮੈਂ ਤੁਸੀਂ ਪੁੱਛ ਰਹੇ ਹੋ ਮੈਂ ਤਾਂ ਡਿਸਕਸ ਕਰ ਰਹੀ ਹਾਂ। ਅਤੇ ਫਿਰ ਮੈਂ ਉਹਨਾਂ ਅੱਗੇ ਦੀਆ ਜਲਾਉਂਦੀ ਹਾਂ, ਜਾ ਕੇ ਫੁੱਲ ਚੜ੍ਹਾਉਂਦੀ ਹਾਂ ਅਤੇ ਗੱਲਾਂ ਕਰਦੀ ਹਾਂ, ਅੱਖਾਂ ਬੰਦ ਕਰਕੇ ਉਹਨਾਂ ਦੇ ਨਾਲ ਮਹਿਸੂਸ ਕਰਦੀ ਹਾਂ ਕਿ ਮੇਰੇ ਕੋਲ ਆਸੇ ਪਾਸੇ ਨੇ। ਅਤੇ ਫਿਰ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਫਿਰ ਮੈਂ ਪੂਰਾ ਦਿਨ ਇੱਥੇ ਜੋ ਮੇਰੀ ਪਹਿਲਾਂ ਰੂਟੀਨ ਸੀ ਉਹ ਕਰਦੀ ਹਾਂ ਫਿਰ। ਜੀ, ਅਸੀਂ ਵੇਖ ਰਹੇ ਸੀ ਵੀ ਤੁਸੀਂ ਇਕੱਲੇ ਇਕੱਲੇ ਬੂਟੇ ਨਾਲ ਗੱਲ ਕਰਦੇ ਹੋ, ਔਰ ਬੂਟਿਆਂ ਨਾਲ ਹੀ ਨਹੀਂ, ਜਿਹੜੇ ਵੀ ਜੀ ਇੱਥੇ ਰਹਿੰਦੇ ਨੇ, ਭਾਵੇਂ ਉਹ ਬਿੱਲੀਆਂ ਹੋਣ, ਭਾਵੇਂ ਉਹ ਬੂਟੇ ਹੋਣ, ਹੈ ਨਾ, ਭਾਵੇਂ ਉਹ ਮੋਰ ਹੋਣ, ਤੁਸੀਂ ਇਕੱਲੇ ਇਕੱਲੇ ਨਾਲ ਪਤਾ ਨਹੀਂ ਕੀ ਗੱਲਾਂ ਕਰਦੇ ਹੋ, ਅਤੇ ਉਹ ਵੀ ਪਤਾ ਨਹੀਂ ਤੁਹਾਡੇ ਨਾਲ ਕੀ ਗੱਲਾਂ ਕਰਦੇ ਨੇ, ਪਰ ਮੈਨੂੰ ਦੇਖਣ 'ਚ ਬਹੁਤ ਹੀ ਮਜ਼ਾ ਆ ਰਿਹਾ ਸੀਗਾ। ਐਕਚੁਲੀ ਇੱਦਾਂ ਲੱਗਦਾ ਹੁੰਦਾ ਮੈਨੂੰ ਵੀ ਹਰ ਇੱਕ ਚੀਜ਼ ਜਿਹਦੇ ਵਿੱਚ ਜਾਨ ਹੈਗੀ ਆ, ਵੈਸੇ ਤਾਂ ਕਣ ਕਣ ਦੇ ਵਿੱਚ ਮਾਲਕ ਆ, ਅਤੇ ਇਹ ਜਿਹੜੀ ਪ੍ਰਕਿਰਤੀ ਆ, ਮੈਨੂੰ ਇਹਦੇ ਨਾਲ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਮੋਹ ਆ। ਮੈਨੂੰ ਇੱਦਾਂ ਲੱਗਦਾ ਹੁੰਦਾ ਜਿਵੇਂ ਨਾ ਵੀ ਇਹਨਾਂ ਪੱਤਿਆਂ ਦੇ ਵਿੱਚ ਮੈਨੂੰ ਰੂਹਾਂ, ਜਿਵੇਂ ਸਰਦੂਲ ਜੀ ਆ, ਮੈਨੂੰ ਇੱਦਾਂ ਲੱਗਦਾ ਇਹਨੂੰ ਮੈਂ ਹੱਗ ਕਰੂੰਗੀ, ਇਹਨੂੰ ਪਿਆਰ ਕਰੂੰਗੀ, ਲੱਗਦਾ ਮੈਂ ਸਰਦੂਲ ਜੀ ਨੂੰ ਪਿਆਰ ਕਰ ਰਹੀ ਹਾਂ, ਵੀ ਉਹ ਰੂਹ ਇਹਨਾਂ ਹਵਾਵਾਂ ਦੇ ਵਿੱਚ ਹੀ ਘੁੰਮ ਰਹੀ ਹੈ, ਕਿਤੇ ਇੱਥੇ ਘੁੰਮ ਰਹੀ ਆ, ਅਗਰ ਕੋਈ ਸੋਹਣੀ ਖੁਸ਼ਬੂ ਆ ਰਹੀ, ਮੈਨੂੰ ਲੱਗਦਾ ਖੁਸ਼ਬੂ ਬਣ ਕੇ ਮੇਰੇ ਅੰਦਰ ਜਾ ਰਹੇ ਨੇ, ਅਤੇ ਮੈਂ ਫਿਰ ਮੈਨੂੰ ਚੰਗਾ ਲੱਗਦਾ, ਕਿਉਂਕਿ ਇਹ ਵੀ ਜਵਾਬ ਦਿੰਦੇ ਨੇ ਤੁਹਾਨੂੰ, ਅਗਰ ਤੁਸੀਂ ਇਹਨਾਂ ਨੂੰ ਹੱਗ ਕਰਦੇ ਹੋ ਨਾ, ਲੱਗਦਾ ਤੁਹਾਨੂੰ ਐਨਰਜੀ ਜਿਵੇਂ ਇਹ ਕੋਈ ਗੱਲ ਕਰਦੇ ਨੇ, ਕਿਉਂਕਿ ਇਹਨਾਂ ਕੋਲ ਸ਼ਬਦ ਤਾਂ ਹੈ ਨਹੀਂ ਗੇ, ਪਰ ਤੁਸੀਂ ਫੀਲ ਕਰ ਸਕਦੇ ਹੋ। ਮੈਂ ਦੱਸ ਨਹੀਂ ਸਕਦੀ, ਹੈ ਨਾ, ਵੀ ਮੈਂ ਕਿੱਦਾਂ ਫੀਲ ਕਰਦੀ ਹਾਂ, ਉਹ ਮੇਰੇ ਕੋਲ ਸ਼ਬਦ ਨਹੀਂ ਹੈਗੇ, ਪਰ ਜਦੋਂ ਮੈਂ ਇਹਨੂੰ ਫੀਲ ਕਰਦੀ ਹਾਂ, ਇੱਕ ਅਹਿਸਾਸ ਜਿਹਾ ਹੁੰਦਾ, ਇੱਕ ਅੰਦਰ ਤਰੰਗ ਜਿਹੀ ਉੱਠਦੀ ਆ, ਤਾਂ ਮੈਨੂੰ ਲੱਗਦਾ ਕਿ ਹਾਂ ਇਹ ਜਵਾਬ ਦੇ ਰਹੇ ਨੇ। ਰਾਈਟ, ਤੇ ਗਾਵਾਂ ਵੀ ਦੇਖਿਆ ਸੀ ਆਉਂਦੀਆਂ ਨੇ ਇੱਥੇ, ਤੁਸੀਂ ਇਹਨੂੰ ਕੁਛ ਕਹਿੰਦੇ ਨੀ, ਇੰਨੇ ਪੇੜ ਪੌਦੇ ਨੇ, ਇਹਨਾਂ ਖਾਂਦੀਆਂ ਨੀ ਗੀ ਪੱਤੇ? ਨਹੀਂ ਨਹੀਂ, ਗਾਵਾਂ ਰੱਖੀਆਂ ਹੋਈਆਂ ਆਪਣੇ ਇੱਧਰ ਨਾ, ਗਾਵਾਂ ਹੈਗੀਆਂ, ਤੁਸੀਂ ਰੱਖੀਆਂ ਹੋਈਆਂ? ਆਪਾਂ ਰੱਖੀਆਂ ਹੋਈਆਂ ਨੇ ਗਾਵਾਂ, ਫਿਰ ਥੋੜਾ ਜਿਹਾ ਉਹਨਾਂ ਨੂੰ ਦਿਨ ਦੇ ਟਾਈਮ ਥੋੜਾ ਵਾਕ, ਉਹ ਵੀ ਵਾਕ ਕਰ ਲੈਂਦੀਆਂ ਨੇ, ਕਿਉਂਕਿ ਖਾਣਾ ਖੁਣਾ ਖਾਧਾ ਹੁੰਦਾ ਉਹਨਾਂ ਨੇ, ਫਿਰ ਉਹ ਜਦੋਂ ਘੁੰਮਦੀਆਂ ਨੇ ਉਹਨਾਂ ਦੀ ਸੈਰ ਜੀ ਹੋ ਜਾਂਦੀ ਹੈ, ਤੇ ਨਾਲੇ ਫਿਰ ਉਹ ਥੋੜਾ ਕਹਿੰਦੇ ਨਾ ਖਾਣਾ ਹਜ਼ਮ ਹੋ ਜਾਂਦਾ ਉਹਨਾਂ ਦਾ, ਥੋੜੀ ਵਾਕ ਹੋ ਜਾਂਦੀ ਹੈ। ਰਾਈਟ, ਸੋ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ, ਇੰਨੀ ਫਰੈਸ਼ ਮਾਰਨਿੰਗ ਹੈ ਅੱਜ ਦੀ, ਇੰਨੀ ਫਰੈਸ਼ ਏਅਰ ਹੈ ਅੱਜ ਦੀ, ਔਰ ਉਸ ਤੋਂ ਵੀ ਨਾਲ ਤੁਹਾਡੀਆਂ ਗੱਲਾਂ, ਮੈਂ ਗਾਵਾਂ ਨੂੰ ਖਿਲਾ ਦੇ ਥੋੜਾ ਜਿਹਾ? ਹਾਂਜੀ, ਚਲੋ ਚੱਲੀਏ, ਨਾਲੇ ਮੈਂ ਉਹ ਜਗ੍ਹਾ ਵੀ ਵੇਖਣਾ ਚਾਹਾਂਗੀ ਜਿੱਥੇ ਤੁਸੀਂ ਤੇ ਸਰਦੂਲ ਜੀ ਔਰ ਆਲਾਪ ਸਰੰਗ ਬਹਿ ਕੇ ਬਹੁਤ ਸੋਹਣਾ, ਇੱਕ ਕਹਿੰਦੇ ਨੇ ਵੀ ਸੁਰਾਂ ਦੇ ਨਾਲ ਖੇਡਦੇ ਸੀ, ਹੈ ਨਾ, ਸੁਰਾਂ ਦੇ ਵਿੱਚ ਇਹ ਹਵਾਵਾਂ ਦੇ ਵਿੱਚ ਸੁਰ ਜਿਹੜੇ ਸੀਗੇ ਤੁਹਾਡੀ ਆਵਾਜ਼ ਤੋਂ, ਸਰਦੂਲ ਜੀ ਦੀ ਆਵਾਜ਼ ਤੋਂ ਜਿਹੜੇ ਆ ਸੁਣੇ ਸੁਣਨ ਨੂੰ ਮਿਲਦੇ ਸੀ। ਸੋ ਇਹ ਉਹੀ ਜਗ੍ਹਾ ਤੁਸੀਂ ਮੈਨੂੰ ਲਾਸਟ ਟਾਈਮ ਦੱਸਿਆ ਸੀ, ਤੇ ਅੱਜ ਮਜ਼ੇਦਾਰ ਗੱਲ ਇਹ ਹੈ ਕਿ ਕੁਦਰਤ ਦੀ ਗੱਲ ਹੋ ਰਹੀ ਹੈ ਤੇ ਗਾਵਾਂ ਤੁਹਾਡੀਆਂ ਇੱਥੇ ਆ ਕੇ ਉਸ ਜਗ੍ਹਾ ਤੇ ਹਾਜ਼ਰੀ ਭਰ ਰਹੀਆਂ ਨੇ। ਹਾਂਜੀ, ਗਾਵਾਂ ਇੱਥੇ ਹੁੰਦੀਆਂ, ਫਿਰ ਥੋੜਾ ਜਿਹਾ ਇਹਨਾਂ ਨੂੰ ਛੱਡ ਦੇਈਦਾ, ਮੈਂ ਅਸੀਂ ਕੈਦ ਨਹੀਂ ਕਰਕੇ ਰੱਖਦੇ, ਕੋਈ ਪੰਛੀ ਤੋਤੇ ਇੱਥੇ ਸਾਰੇ ਖੁੱਲੇ ਫਿਰਦੇ ਹੋਣਗੇ, ਉਹਨਾਂ ਵਾਸਤੇ ਆਲਣੇ ਵੀ ਬਣਾ ਕੇ ਅਸੀਂ ਰੱਖੇ ਹੋਏ ਨੇ, ਟੰਗੇ ਹੋਏ ਨੇ, ਤੇ ਵੀ ਮੀਂਹ ਦੇ ਵਿੱਚ ਉਹ ਆਪਣੇ ਆਪ ਨੂੰ ਸੰਭਾਲ ਸਕਣ, ਤੇ ਗਾਵਾਂ ਨੂੰ ਵੀ ਅਸੀਂ ਕਦੇ ਬੰਨਦੇ ਨਹੀਂ ਹੈਗੇ, ਖੁੱਲੀਆਂ ਹੁੰਦੀਆਂ ਨੇ ਜੀ, ਤੇ ਉਹ ਡਰ ਗਈਆਂ ਹੋ ਨਾ, ਜਦ ਫਿਰ ਤੁਸੀਂ ਇੱਥੇ ਖੜੇ, ਮੈਂ ਉੱਥੇ ਮੈਂ ਤੁਸੀਂ ਤੁਸੀਂ ਉਹਨਾਂ ਨੂੰ ਮਿਲ ਕੇ ਆਓ। ਹਾਂਜੀ ਹਾਂਜੀ ਹਾਂਜੀ, ਆਜੋ ਆਜੋ, ਆਓ 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 ਆਓ, ਆਜੋ ਆਜੋ, ਖਾ ਲਓ ਪੁੱਤ, ਖਾ ਲਓ, ਤੂੰ ਵੀ ਖਾਣਾ ਹੈ, ਆ ਲਓ ਆ ਲਓ।
ਸੋ ਇਹ ਬੇਸਿਕਲੀ ਉਹ ਜਗ੍ਹਾ ਹੈ ਹੈਨਾ ਬਿੱਲੀ ਬੈਠੀ ਹੋਈ ਹੈ ਆਲਣੇ ਲੱਗੇ ਹੋਏ ਨੇ ਗਾਵਾਂ ਪਿੱਛੇ ਘਾਹ ਚਰ ਰਹੀਆਂ ਨੇ ਸੋ ਮੋਰ ਤੋਤੇ ਵੀ ਪੂਰੇ ਆਪਣਾ ਪਹਿਲਾਂ ਪਾ ਰਹੇ ਨੇ ਜੀ ਤੇ ਕੋਇਲਾਂ ਵੀ ਇੱਥੇ ਬਹੁਤ ਨੇ ਬੁਲਬੁਲਾਂ ਬਹੁਤ ਨੇ ਕੋਇਲਾਂ ਵੀ ਕੋਇਲ ਮੈਨੂੰ ਪਹਿਲੇ ਦੱਸੋ ਕਿ ਕੌਣ ਹੈ ਮੇਰੇ ਵਰਗੀ ਨਹੀਂ ਸਰਦੂਲ ਜੀ ਵਰਗੀ ਕੋਇਲ ਮਿੱਠੀ ਆਵਾਜ਼ ਸਰਦੂਲ ਜੀ ਵਾਂਗੂ ਇੱਥੇ ਸੰਗੀਤ ਜੀ ਬੋਲਦੀਆਂ ਰਹਿੰਦੀਆਂ ਨੇ ਜਿਵੇਂ ਕਿ ਹਾਰਮਨੀ ਨਹੀਂ ਚੱਲਦੀ ਹੁੰਦੀ ਜੀ ਮੈਂ ਜਦੋਂ ਸਵੇਰੇ ਉੱਠ ਹੁਣ ਜਿਵੇਂ ਆਹ ਟਾਈਮ ਆ ਨਾ ਐਸ ਐਮ ਚਿੜੀਆਂ ਸਾਰੀਆਂ ਉੱਠਦੀਆਂ ਨੇ ਤੇ ਉਹ ਇੱਕ ਅਲੱਗ ਅਲੱਗ ਆਵਾਜ਼ ਆ ਅਲੱਗ ਅਲੱਗ ਚਿੜੀਆਂ ਪੰਛੀਆਂ ਤੋਤਿਆਂ ਦੀਆਂ ਕੋਇਲਾਂ ਦੀਆਂ ਬੁਲਬੁਲਾਂ ਦੀਆਂ ਉਹਨਾਂ ਇੱਕ ਹਾਰਮਨੀ 'ਚ ਹੀ ਲੱਗਦੀ ਹੈ ਜਿਵੇਂ ਕਿ ਸੰਗੀਤ ਚੱਲਿਆ ਹੋਇਆ ਤਾਂ ਮੈਂ ਉਸ ਚੀਜ਼ ਨੂੰ ਸੁਣਦੀ ਹਾਂ ਮੈਨੂੰ ਬਹੁਤ ਸੋਹਣਾ ਲੱਗਦਾ ਫਿਰ ਅਤੇ ਇੱਥੇ ਬੈਠ ਕੇ ਹੀ ਫਿਰ ਸਰਦੂਲ ਜੀ ਸਾਰੰਗ ਅਲਾਪ ਮੈਂ ਅਸੀਂ ਬੈਠੇ ਹੁੰਦੇ ਸੀ ਇੱਥੇ ਇੱਥੇ ਮੈਨੂੰ ਕੋਈ ਕੋਈ ਨਾ ਕੋਈ ਕੰਪੋਜੀਸ਼ਨ ਤਿਆਰ ਕਰਵਾਉਂਦੇ ਹੁੰਦੇ ਸੀ ਸਰਦੂਲ ਜੀ ਅਲਾਪ ਇੱਥੇ ਗਿਟਾਰ ਲੈ ਕੇ ਬਹਿ ਜਾਂਦਾ ਅਤੇ ਉਹਨੇ ਨਾਲ ਆਪਣਾ ਪੂਰੀ ਆਪਣੇ ਗਿਟਾਰ 'ਤੇ ਖੇਡਦਾ ਸੀ ਅਤੇ ਸਰਦੂਲ ਜੀ ਨੇ ਫਿਰ ਮੇਰੀ ਤਿਆਰੀ ਕਰਵਾਉਣੀ ਅਸੀਂ ਇੱਥੇ ਸੁਬਹਾ ਸੁਬਹਾ ਬੈਠ ਕੇ ਦੋਨੋਂ ਚਾਹ ਵੀ ਪੀਂਦੇ ਹੁੰਦੇ ਸੀ ਮੈਂ ਅਤੇ ਸਰਦੂਲ ਜੀ ਅਤੇ ਸ਼ਾਮ ਨੂੰ ਵੀ ਅਸੀਂ ਇੱਥੇ ਬੈਠਣਾ ਚਿੜੀਆਂ ਪੰਛੀ ਸਾਰੇ ਮੋਰ ਇੱਥੇ ਆ ਜਾਂਦੇ ਸੀ ਸਾਡੇ ਨਾਲ ਉਹ ਵੀ ਚਾਹ ਜਿਵੇਂ ਅਸੀਂ ਪੀਂਦੇ ਸੀ ਉਹ ਵੀ ਨਾਲ ਹੀ ਖਾਂਦੇ ਪੀਂਦੇ ਹੁੰਦੇ ਸੀਗੇ ਕੀ ਬਾਤ ਹੈ ਸੋ ਇੱਕ ਰਿਕੁਐਸਟ ਕਰਨਾ ਚਾਹਾਂਗੀ ਕੋਈ ਦੋ ਲਾਈਨਾਂ ਅੱਜ ਇੱਥੇ ਜਿੱਥੇ ਤੁਸੀਂ ਖੜ੍ਹੇ ਹੋ ਹੈ ਨਾ ਬੜੀਆਂ ਯਾਦਾਂ ਜੁੜੀਆਂ ਨੇ ਸੋ ਕੋਈ ਦੋ ਲਾਈਨਾਂ ਸਰਦੂਲ ਜੀ ਦੇ ਫੈਨਸ ਦੇ ਲਈ ਤੁਹਾਡੇ ਤੁਹਾਡੇ ਚਾਹਤ ਵਾਲਿਆਂ ਲਈ ਫੀ ਦੱਸ ਮੇਰਿਆ ਦਿਲ ਭਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ ਦੱਸ ਮੇਰਿਆ ਦਿਲ ਭਰਾਵੇ ਵੀ ਦੱਸ ਮੇਰਿਆ ਦਿਲ ਭਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ ਦੱਸ ਮੇਰਿਆ ਦਿਲ ਭਰਾਵੇ ਬਹੁਤ ਵਧੀਆ ਬਹੁਤ ਖੂਬ ਚਲੋ ਹੁਣ ਅਸੀਂ ਬਹਿ ਕੇ ਗੱਲਬਾਤ ਕਰਦੇ ਹਾਂ ਕਿਉਂਕਿ ਧੁੱਪ ਨਿਕਲਣੀ ਸ਼ੁਰੂ ਹੋ ਗਈ ਹੈ ਹਾਂਜੀ ਹਾਂਜੀ ਤੇ ਮੈਂ ਨਹੀਂ ਚਾਹੁੰਦੀ ਵੀ ਤੁਸੀਂ ਕਹੋ ਵੀ ਮੈਂ ਮਸੀਂ ਆਰਾਮ ਕਰਨ ਦਾ ਮੌਕਾ ਮਿਲਿਆ ਬੈਕ ਟੂ ਬੈਕ ਤੁਹਾਡੇ ਸ਼ੂਟ ਸੀਗੇ ਤੇ ਮੈਨੂੰ ਖੜੇ ਖੜੇ ਗੱਲਬਾਤ ਕਰ ਰਹੀ ਹੈ ਸੋ ਚੱਲਦੇ ਹਾਂ ਤੇ ਨਾਲੇ ਘਰ ਦਾ ਦੂਜਾ ਪਾਸਾ ਵੀ ਵੇਖ ਲੈਂਦੇ ਹਾਂ ਜੀ 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 ਮੋਰ ਇੰਨੇ ਸੋਹਣੇ ਚਾਰੋਂ ਪਾਸੇ ਹੈਗੇ ਨੇ ਇੱਕ ਆਫਿਸ ਦੇ ਉੱਤੇ ਇਸ ਟਾਈਮ ਘੁੰਮਦਾ ਪਿਆ ਹੈ ਨਾ ਇੱਕ ਉੱਧਰ ਮਿਲਿਆ ਸੀਗਾ ਉੱਧਰ ਮਿਲਿਆ ਸੀਗਾ ਬਹੁਤ ਸਾਂਝ ਹੈ ਤੁਹਾਡੀ ਮੋਰਾਂ ਦੇ ਨਾਲ ਹਾਂਜੀ ਮੋਰ ਕਾਫੀ ਸਾਰੇ ਨੇ ਇੱਥੇ ਅਤੇ 8-10 ਜਣੇ ਹੋਣਗੇ ਇੱਥੇ ਹੈ ਨਾ ਕਿਉਂਕਿ ਜਦੋਂ ਅਸੀਂ ਇਹ ਘਰ ਬਣਾਉਣਾ ਸ਼ੁਰੂ ਕੀਤਾ ਸੀ ਨਾ ਉਦੋਂ ਇੱਥੇ ਕਦੇ ਕੋਈ ਮੋਰ ਨਹੀਂ ਦੇਖਿਆ ਕਦੇ ਆਵਾਜ਼ ਨਹੀਂ ਸੁਣੀ ਪਰ ਮੈਨੂੰ ਸ਼ੌਕ ਸੀਗਾ ਬਚਪਨ ਤੋਂ ਹੀ ਸੀਗਾ ਮੈਨੂੰ ਮੋਰਾਂ ਤੋਤਿਆਂ ਨਾਲ ਪੰਛੀਆਂ ਨਾਲ ਬਹੁਤ ਪਤਾ ਨਹੀਂ ਲਗਾਵ ਆ ਬਚਪਨ ਤੋਂ ਹੀ ਅਤੇ ਮੈਂ ਸਰਦੂਲ ਜੀ ਨੂੰ ਕਹਿੰਦੀ ਸੀ ਮੈਂ ਕਿਹਾ ਆਪਾਂ ਐਡਾ ਵੱਡਾ ਘਰ ਬਣਾ ਰਹੇ ਹਾਂ ਬਗੀਚਾ ਬਣਾ ਰਹੇ ਹਾਂ ਗਾਰਡਨ ਬਣਾ ਰਹੇ ਵੀ ਇੱਥੇ ਮੋਰ ਹੋਣੇ ਚਾਹੀਦੇ ਆ ਅਤੇ ਫਿਰ ਅਸੀਂ ਨਾ ਚਿੜੀਆ ਘਰ ਜਾ ਕੇ ਪਤਾ ਕੀਤਾ ਸੀ ਵੀ ਉਹਨਾਂ ਦੇ ਅੰਡੇ ਮਿਲ ਜਾਣ ਜਾਂ ਮੋਰ ਦੇ ਬੱਚੇ ਉਹ ਕਹਿੰਦੇ ਵੀ ਨਹੀਂ ਤੁਸੀਂ ਘਰ 'ਚ ਰੱਖ ਨਹੀਂ ਸਕਦੇ ਵੀ ਗੈਰ ਕਾਨੂੰਨੀ ਆ ਅਸੀਂ ਕਿਹਾ ਅੱਛਾ ਚਲੋ ਫਿਰ ਅਸੀਂ ਇੱਦਾਂ ਹੋ ਗਏ ਵੀ ਚਲੋ ਕੋਈ ਗੱਲ ਨਹੀਂ ਅਤੇ ਇੱਕ ਦਿਨ ਮੈਂ ਇੱਥੇ ਬੈਠੀ ਜਦੋਂ ਘਰ 'ਚ ਅਸੀਂ ਮੂਵ ਹੋ ਗਏ ਸੀ ਇੱਥੇ ਸਾਲ ਹੋ ਗਏ ਸਾਨੂੰ ਮੈਂ ਉੱਤੇ ਬੈਠੀ ਨਾ ਅੱਜ ਮੈਡੀਟੇਸ਼ਨ ਕਰ ਰਹੀ ਸੀਗੀ ਅਤੇ 24 ਘੰਟੇ ਐਂ ਹੀ ਰਹਿੰਦਾ ਸੀ ਗਿਆ ਵੀ ਹਾਏ ਮੋਰ ਹੁੰਦੇ ਕਾਸ਼ ਇੰਨਾ ਸੋਹਣਾ ਹਰਿਆਵਲ ਆ ਵੀ ਇੱਥੇ ਮੋਰਾਂ ਮੋਰ ਪਹਿਲਾਂ ਪਾਉਂਦੇ ਪਤਾ ਨਹੀਂ ਕਿੱਥੋਂ ਇੱਕਦਮ ਇੰਨੇ ਸਾਰੇ ਮੋਰ ਨਹੀਂ ਇਕੱਠੇ ਮੈਂ ਦੇਖਿਆ ਮੈਂ ਕਿਹਾ ਮੈਨੂੰ ਸੁਪਨਾ ਤਾਂ ਨਹੀਂ ਆ ਰਿਹਾ ਕਿਤੇ ਮੈਂ ਆਪਣੀ ਜਿਹੜੀ ਜਿੰਨੇ ਸਾਡਾ ਸਟਾਫ ਸੀਗਾ ਕੰਮ ਵਾਲਾ ਸਾਰਿਆਂ ਨੂੰ ਬੁਲਾਇਆ ਮੈਂ ਕਿਹਾ ਮੈਂ ਸੁਪਨਾ ਤਾਂ ਨਹੀਂ ਦੇਖ ਰਹੀ ਸੱਚੀ ਮੁੱਚੀ ਇੰਨੇ ਮੋਰਨੀਆਂ ਨੇ ਅਤੇ ਉਹ ਕਹਿੰਦੇ ਵੀ ਨਹੀਂ ਇਹ ਸੱਚੀ ਮੁੱਚੀ ਹੈਗੇ ਨੇ ਅਤੇ ਪਰ ਉਸ ਤੋਂ ਪਹਿਲਾਂ ਇੱਕ ਵਾਰੀ ਮੈਂ ਨਾ ਸਾਡਾ ਇੱਕ ਰੂਮ ਹੈਗਾ ਉਦੋਂ ਇਹ ਕਵਰਡ ਨਹੀਂ ਸੀਗਾ ਬਰਾਂਡਾ ਸਾਡਾ ਖੁੱਲ੍ਹਾ ਹੀ ਹੁੰਦਾ ਸੀਗਾ ਅਟੈਚ ਸੀਗਾ ਗਾਰਡਨ ਦੇ ਨਾਲ ਮੈਂ ਰੂਮ ਦੇ ਵਿੱਚ ਪਈ ਸਰਦੂਲ ਜੀ ਦਿੱਲੀ ਗਏ ਹੋਏ ਸੀਗੇ ਅਤੇ ਮੈਂ ਕ੍ਰਿਸ਼ਨ ਜੀ ਦਾ ਨਾ ਉਹ ਦੇਖ ਰਹੀ ਸੀਗੀ ਜਿਹੜਾ ਇੱਕ ਸੀਰੀਅਲ ਨਹੀਂ ਹੁੰਦਾ ਸੀਗਾ ਕ੍ਰਿਸ਼ਨਾ ਉਹ ਦੇਖਦੀ ਦੇਖਦੀ ਨਾ ਵਿਰਾਗ ਦੇ ਵਿੱਚ ਸੀਗਾ ਉਹ ਜਦੋਂ ਕ੍ਰਿਸ਼ਨ ਜੀ ਜਾਂਦੇ ਨੇ ਮਥੁਰਾ ਜਾਂਦੇ ਨੇ ਅਤੇ ਉਦੋਂ ਸਾਰੀਆਂ ਗੋਪੀਆਂ ਰਾਧਾ ਸਾਰੇ ਉਦਾਸ ਹੁੰਦੇ ਨੇ ਸਾਰੇ ਨਾ ਅਤੇ ਉਹ ਦੇਖਦੀ ਦੇਖਦੀ ਨਾ ਮੈਂ ਰੋਂਦੀ ਰੋਂਦੀ ਨਾ ਮੈਂ ਵੀ ਵਿਰਾਗ 'ਚ ਆ ਗਈ ਮੈਂ ਰੋਂਦੀ ਰੋਂਦੀ ਸੌਂ ਗਈ ਤਾਂ ਜਦੋਂ ਮੈਂ ਇੱਕਦਮ ਅੱਖ ਖੁੱਲ੍ਹੀ ਤਾਂ ਮੈਂ ਦੇਖਿਆ ਮੇਰੇ ਰੂਮ ਦੇ ਵਿੱਚ ਮੋਰ ਬੈਠੇ ਦੋ ਛੋਟੇ ਮੋਰ ਜਿਵੇਂ ਬੱਚੇ ਨਹੀਂ ਹੁੰਦੇ ਮੋਰ ਦੇ ਅਤੇ ਹਜੇ ਛੋਟੀ ਪੂੰਛ ਸੀ ਉਹਨਾਂ ਦੀ ਮੈਂ ਇੱਕਦਮ ਸੋਚਿਆ ਮੈਂ ਕਿਹਾ ਸਰਦੂਲ ਜੀ ਲੈ ਕੇ ਆਏ ਹੋਣਗੇ ਕਿਤੋਂ ਸਰਦੂਲ ਜੀ ਦਿੱਲੀ ਗਏ ਹੋਏ ਸੀਗੇ ਅਤੇ ਮੈਂ ਇੱਕਦਮ ਫੋਨ ਕੀਤਾ ਬੇਟੇ ਨੂੰ ਮੈਂ ਕਿਹਾ ਵੀ ਕਹਿੰਦੇ ਵੀ ਪਾਪਾ ਤਾਂ ਆਏ ਨਹੀਂ ਹੈਗੇ ਮੈਂ ਕਿਹਾ ਵੀ ਇਹ ਮੋਰ ਆਏ ਨੇ ਇੱਧਰ ਜਦੋਂ ਆ ਕੇ ਦੇਖੇ ਉਹਨਾਂ ਨੇ ਕਹਿੰਦੇ ਹਾਂ ਮੋਰ ਬੈਠੇ ਨੇ ਇੱਥੇ ਇਹ ਕਿੱਥੋਂ ਆ ਗਏ ਮੈਂ ਕਿਹਾ ਤੇਰੇ ਪਾਪਾ ਲੈ ਕੇ ਆਏ ਨੇ ਕਹਿੰਦੇ ਪਾਪਾ ਤਾਂ ਦਿੱਲੀ ਨੇ ਅਤੇ ਫਿਰ ਮੈਂ ਕਿਹਾ ਕਿੱਥੋਂ ਆ ਗਏ ਫਿਰ ਕਹਿੰਦਾ ਮੰਮਾ ਖੁੱਲ੍ਹਾ ਪਿਆ ਨਾ ਅੰਦਰ ਤੁਹਾਡਾ ਰੂਮ ਦਾ ਦਰਵਾਜ਼ਾ ਖੁੱਲ੍ਹਾ ਸੀ ਅੰਦਰ ਵੜ ਗਏ ਹੁਣ ਇੱਥੋਂ ਕਿਤੋਂ ਆ ਗਏ ਹੋਣਗੇ ਮੈਂ ਕਿਹਾ ਅੱਛਾ ਫਿਰ ਆਏ ਕਿੱਥੋਂ ਨੇ ਪਰ ਉਹ ਪਤਾ ਨਹੀਂ ਕਿੱਥੋਂ ਆਏ ਪਰ ਇੱਥੇ ਹੀ ਰਹਿ ਗਏ ਫਿਰ ਉਹ ਉਸ ਤੋਂ ਬਾਅਦ ਫਿਰ ਉਹ ਮੋਰ ਮੋਰਨੀਆਂ ਕਿੰਨੇ ਸਾਰੇ ਆ ਕੇ ਫਿਰ ਉਹਨਾਂ ਦੇ ਅੱਗੇ ਅੱਗੇ ਹੁਣ 8ਵੀਂ 9ਵੀਂ ਜਨਰੇਸ਼ਨ ਹੈ ਇਹਨਾਂ ਦੀ ਅੱਗੇ ਅੱਗੇ ਆਂਡੇ ਦਿੰਦੇ ਨੇ ਫਿਰ ਬੱਚੇ ਹੋ ਜਾਂਦੇ ਨੇ ਫਿਰ ਉਹ ਵੱਡੇ ਹੋ ਜਾਂਦੇ ਨੇ ਇੱਥੇ ਰਹਿ ਰਹੇ ਨੇ ਇੱਥੇ ਰਹਿ ਰਹੇ ਨੇ
ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਜਾਂ ਦਿਲ ਦੇ ਵਿੱਚ ਰੱਖ ਕੇ ਦੁਨੀਆ ਵੀ ਜਿਹੜੇ ਤਾਨੇ ਬਾਣੇ ਆ ਉਹਨਾਂ ਦੇ ਉਹਨਾਂ ਨੂੰ ਵੀ ਹੈ ਨਾ ਦੇਖਣਾ ਪੈ ਰਿਹਾ, ਫੇਸ ਕਰਨਾ ਪੈ ਰਿਹਾ। ਸੋ ਕਿਸ ਤਰ੍ਹਾਂ ਹੈਂਡਲ ਕਰਦੇ ਹੋ ਆਪਣੀ ਇਹਨਾਂ ਚੀਜ਼ਾਂ ਨੂੰ? ਮੈਂ ਸਰਦੂਲ ਜੀ ਨੂੰ ਆਪਣੇ ਨਾਲ ਹੀ ਮਹਿਸੂਸ ਕਰਦੀ ਹਾਂ ਨਾ। ਸਰੀਰਕ ਤੌਰ 'ਤੇ ਮੈਨੂੰ ਨਹੀਂ ਦਿਖਦੇ, ਪਰ ਮੈਂ ਤਾਂ ਉਹਨਾਂ ਦੀ ਰੂਹ ਨੂੰ ਮੁਹੱਬਤ ਕੀਤੀ ਸੀਗੀ। ਰੂਹ ਤਾਂ ਮੇਰੇ ਨਾਲ ਹੀ ਆ ਹਮੇਸ਼ਾ ਨਾ। ਅਤੇ ਇੱਦਾਂ ਸੀਗਾ ਕਿ ਜਦੋਂ ਮੈਂ ਸ਼ੂਟ ਲਈ ਜਾਂਦੀ ਹੁੰਦੀ ਸੀ, ਮੈਂ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਉਹਨਾਂ ਦੇ ਪੈਰੀ ਹੱਥ ਲਾ ਕੇ ਫਿਰ ਜਾਣਾ। ਆ ਕੇ ਫਿਰ ਮੈਨੂੰ ਉਹਨਾਂ ਨੇ ਪੁੱਛਣਾ ਕਿਵੇਂ ਰਿਹਾ ਤੇਰਾ ਸ਼ੂਟ, ਕਿਵੇਂ ਕਿਵੇਂ ਹੋਇਆ, ਸਾਰਾ ਕੁਝ ਹਾਲ ਬਿਆਨ ਕਰਨਾ। ਅਤੇ ਹੁਣ ਜਦੋਂ ਜਾਂਦੀ ਹਾਂ, ਫਿਰ ਮੈਂ ਹੁਣ ਉਹਨਾਂ ਦੀ ਫੋਟੋ ਦੇ ਅੱਗੇ ਉਹਨਾਂ ਨੂੰ ਦੇਖਦੀ ਹਾਂ ਅਤੇ ਇੱਦਾਂ ਲੱਗਦਾ ਵੀ ਉਹ ਫੋਟੋ ਮੇਰੇ ਨਾਲ ਗੱਲ ਕਰ ਰਹੀ ਆ। ਫਿਰ ਅੱਖਾਂ ਬੰਦ ਕਰਕੇ ਉਹਨਾਂ ਨੂੰ ਮਹਿਸੂਸ ਕਰਦੀ ਹਾਂ, ਆਪਣੇ ਇਰਦ ਗਿਰਦ ਮਹਿਸੂਸ ਕਰਕੇ ਮੈਂ ਇਜਾਜ਼ਤ ਲੈ ਕੇ ਜਾਂਦੀ ਹਾਂ ਅਤੇ ਕੰਮ ਕਰ ਰਹੀ ਹਾਂ। ਕਿਉਂਕਿ ਮੈਂ ਬਚਪਨ ਤੋਂ ਕਲਾ ਦੇ ਨਾਲ ਹੀ ਹਾਂ ਨਾ, ਸਮਰਪਿਤ ਹਾਂ ਕਲਾ ਨੂੰ। ਮੈਂ ਜਦੋਂ ਬਚਪਨ 'ਚ ਹੁੰਦੀ ਸੀਗੀ ਤਾਂ ਮੈਂ ਸੋਚਿਆ ਸੀ ਮੈਂ ਵਿਆਹ ਨਹੀਂ ਕਰਾਉਣਾ। ਮੈਂ ਜਦੋਂ ਸਰਦੂਲ ਜੀ ਨੂੰ ਨਹੀਂ ਮਿਲੀ ਸੀ ਉਦੋਂ ਮੈਂ ਕਹਿੰਦੀ ਸੀ ਮੈਂ ਵਿਆਹ ਨਹੀਂ ਕਰਾਉਣਾ, ਬਸ ਮੈਂ ਸਾਰੀ ਜ਼ਿੰਦਗੀ ਗਾਉਣਾ ਹੈ ਅਤੇ ਕਲਾ ਦੇ ਵਿੱਚ ਹੀ ਰਹਿਣਾ ਹੈ, ਮੈਂ ਫਿਲਮਾਂ ਕਰੂੰਗੀ। ਅਤੇ ਬਸ ਮੈਂ ਸਮਰਪਿਤ ਸੀਗੀ ਕਿਉਂਕਿ ਮੈਂ ਇਸ ਕਲਾ ਨੂੰ ਪੂਜਾ ਸਮਝਦੀ। ਮੈਨੂੰ ਲੱਗਦਾ ਕਿ ਸਵਰ, ਸੰਗੀਤ, ਇਹ ਜਿਹੜੀਆਂ ਕਲਾਵਾਂ ਨੇ ਇਹ ਪਰਮਾਤਮਾ ਦਾ ਹੀ ਰੂਪ ਆ। ਇਹ ਮੈਡੀਟੇਸ਼ਨ ਆ, ਬਹੁਤ ਵੱਡਾ ਮੈਡੀਟੇਸ਼ਨ ਆ, ਕਿਉਂਕਿ ਤੁਸੀਂ ਕਿਸੇ ਨੂੰ ਖੁਸ਼ ਕਰਦੇ ਹੋ, ਕਿਸੇ ਦਾ ਇੰਟਰਟੇਨ ਕਰਦੇ ਹੋ ਕਿਸੇ ਨੂੰ, ਹੈ ਨਾ। ਉਹ ਦੁੱਖਾਂ 'ਚੋਂ, ਮੁਸੀਬਤਾਂ 'ਚੋਂ, ਡਿਪਰੈਸ਼ਨ 'ਚੋਂ, ਥਕਾਵਟ 'ਚੋਂ, ਬੰਦਾ ਹਰ ਬੰਦਾ ਕੋਈ ਵੀ ਆਪਣੇ ਕੰਮ 'ਚੋਂ, ਰੁਝੇਵਿਆਂ 'ਚੋਂ ਥੱਕ ਟੁੱਟ ਕੇ ਜਦੋਂ ਬਹਿੰਦਾ ਹੈ, ਹਰ ਬੰਦਾ ਇਹੀ ਕਹਿੰਦਾ ਕਿ ਜਾਂ ਤਾਂ ਕੋਈ ਚੰਗਾ ਸੰਗੀਤ ਸੁਣੀਏ ਜਾਂ ਕੋਈ ਚੰਗੀ ਫਿਲਮ ਦੇਖੀਏ। ਅਤੇ ਕਿਉਂਕਿ ਇਹ ਚੀਜ਼ਾਂ ਤੁਹਾਨੂੰ ਰਾਹਤ ਦਿੰਦੀਆਂ ਨੇ, ਇਸ ਕਰਕੇ ਮੈਂ ਬਚਪਨ ਤੋਂ ਜੁੜੀ ਹੋਈ ਸੀਗੀ। ਅਤੇ ਜਦੋਂ ਮੈਂ ਸਰਦੂਲ ਜੀ ਨੂੰ ਮਿਲੀ ਹਾਂ ਅਤੇ ਉਦੋਂ ਫਿਰ ਇੱਦਾਂ ਹੋ ਗਿਆ ਵੀ ਚਲੋ ਮੁਹੱਬਤ ਹੋ ਗਈ। ਇੱਦਾਂ ਲੱਗਿਆ ਵੀ ਇਹ ਵੀ ਇਹ ਮੇਰਾ ਇੱਕ ਮੇਰੀ ਰੂਹ ਆ ਜਿਹੜੀ ਮੇਰੇ ਤੋਂ ਵਿਛੜੀ ਹੋਈ ਸੀ, ਇਹ ਮੈਂ ਪੂਰੀ ਹੋ ਗਈ ਅੱਜ। ਅਤੇ ਕਿਉਂਕਿ ਬਚਪਨ ਤੋਂ ਹੀ ਅੰਦਰ ਵਸਿਆ ਹੋਇਆ ਸੀ ਆਰਟ, ਬੱਚਿਆਂ ਨੇ ਇਹੀ ਸੋਚਿਆ, ਪਾਪਾ ਜਦੋਂ ਉਹਨਾਂ ਦੇ ਗਏ ਡਾਕਟਰ ਨੇ ਵੀ ਇਹੀ ਕਿਹਾ, ਮੇਰੇ ਭੈਣ ਭਰਾਵਾਂ ਨੇ ਵੀ ਇਹੀ ਕਿਹਾ ਕਿ ਅਗਰ ਨੂਰੀ ਹੁਣਾਂ ਨੂੰ ਤੁਸੀਂ ਠੀਕ ਦੇਖਣਾ ਚਾਹੁੰਦੇ ਹੋ ਵੀ ਇਹ ਅੱਗੇ ਤੱਕ ਤੁਰਨ, ਬੱਚਿਆਂ ਦੇ ਨਾਲ ਬੱਚਿਆਂ ਦੇ ਖੁਸ਼ੀਆਂ ਦੇਖਣ, ਬੱਚਿਆਂ ਦੇ ਜ਼ਿੰਦਗੀ ਨੂੰ ਵੀ ਅੱਗੇ ਤੋਰਨ, ਤਾਂ ਇਹਨਾਂ ਨੂੰ ਇਹਨਾਂ ਦੀ ਕਲਾ ਦੇ ਨਾਲ ਹੀ ਜੋੜ ਦਿਉ। ਅਤੇ ਤਾਂ ਫਿਰ ਵੀ ਮੈਂ ਇੱਧਰ ਹੀ ਜੁੜੀ ਫਿਲਮਾਂ ਕਰਨੀਆਂ ਸ਼ੁਰੂ ਕੀਤੀਆਂ। ਚਲੋ ਇੰਡਸਟਰੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਮੈਨੂੰ ਕਿਹਾ ਵੀ ਹਾਂ ਤੁਸੀਂ ਕੰਮ ਕਰੋ ਆ ਕੇ। ਅਤੇ ਮਿਊਜ਼ਿਕ ਇੰਡਸਟਰੀ 'ਚ ਆਈ ਹਾਂ, ਬਹੁਤ ਚੰਗਾ ਲੱਗਦਾ ਜਦੋਂ ਕੋਈ ਇੱਦਾਂ ਤੁਹਾਡੀ ਹੈਲਪ ਵੀ ਕਰਦਾ ਕਿ। ਅਤੇ ਇਸ ਕਰਕੇ ਫਿਰ ਮੈਂ ਆਪਣੇ ਆਪ ਨੂੰ ਉਸ ਚੀਜ਼ 'ਚੋਂ, ਦਰਦ 'ਚੋਂ ਬਾਹਰ ਕੱਢਣ ਲਈ ਕੰਮ ਸ਼ੁਰੂ ਕੀਤਾ, ਕਿਉਂਕਿ ਹੋਰ ਕੋਈ ਚੀਜ਼ ਨਹੀਂ ਸੀ ਜਿਹੜੀ ਮੈਨੂੰ ਦਰਦ ਵਿੱਚੋਂ ਬਾਹਰ ਕੱਢਦੀ। ਦੁਨੀਆਂ 'ਚ ਕੋਈ ਵੀ ਐਸਾ ਕੁਛ ਨਹੀਂ, ਸਭ ਨੇ ਜ਼ੋਰ ਲਾ ਲਿਆ ਸੀਗਾ ਸਾਰਿਆਂ ਨੇ, ਪਰ ਮੈਂ ਉਸ ਦਰਦ 'ਚੋਂ ਬਾਹਰ ਨਹੀਂ ਸੀ ਨਿਕਲਦੀ ਪਈ। ਪਤਾ ਨਹੀਂ ਤਾਂ ਸਰਦੂਲ ਦੀ ਰੂਹ ਨੇ ਮੈਨੂੰ ਕਿਹਾ, ਕਿਉਂਕਿ ਉਹ ਮੇਰੇ ਅੰਦਰ ਵਾਸ ਕਰਦੀ ਆ, ਉਹ ਵੀ ਕਲਾ ਨਾਲ ਜੁੜੇ ਸੀ, ਪਤਾ ਨਹੀਂ ਉਹਨਾਂ ਦੀ ਰੂਹ ਨੇ ਮੈਨੂੰ ਪ੍ਰੇਰਣਾ ਦਿੱਤੀ, ਹੌਂਸਲਾ ਦਿੱਤਾ ਵੀ ਤੂੰ ਕੰਮ ਕਰ। ਅਤੇ ਮੈਂ ਕੰਮ ਕਰਨਾ ਸ਼ੁਰੂ ਕੀਤਾ ਨਾ ਇੱਧਰ, ਅਤੇ ਹੁਣ ਮੈਨੂੰ ਥੋੜ੍ਹਾ ਹੌਲੀ ਹੌਲੀ ਚੈਨ ਵੀ ਮਿਲਦਾ ਹੈ। ਮੈਨੂੰ ਲੱਗਦਾ ਸਰਦੂਲ ਜੀ ਦੀ ਰੂਹ ਵੀ ਖੁਸ਼ ਆ ਕਿਤੇ। ਅਤੇ ਕੰਮ ਕਰ ਰਹੀ ਹਾਂ, ਮੈਨੂੰ ਇੱਦਾਂ ਕਿ ਜੋ ਮੇਰੇ 'ਤੇ ਜ਼ਿੰਮੇਵਾਰੀਆਂ ਸਰਦੂਲ ਜੀ ਪਾ ਕੇ ਗਏ ਨੇ, ਜੋ ਮੇਰੇ ਫਰਜ਼ ਨੇ ਇੱਕ ਮਾਂ ਦੇ ਤੌਰ 'ਤੇ, ਮੈਂ ਇਸ ਦੁਨੀਆਂ 'ਚ ਕਿਸ ਕਰਕੇ ਆਈ ਹਾਂ, ਮੈਂ ਉਸ ਚੀਜ਼ ਨੂੰ ਪਹਿਚਾਣਿਆ ਕਿ ਮੈਂ ਦੁਨੀਆਂ ਨੂੰ ਖੁਸ਼ੀਆਂ ਦੇਣ ਵਾਸਤੇ ਆਈ ਹਾਂ। ਅਤੇ ਮੈਂ ਹੁਣ ਇੱਕ ਮਾਂ ਵੀ ਹਾਂ, ਮੇਰਾ ਉਹ ਵੀ ਫਰਜ਼ ਬਣਦਾ ਕਿ ਮੈਂ ਆਪਣੇ ਬੱਚਿਆਂ ਨੂੰ, ਦਰਦ ਵਿੱਚ ਨੇ ਮੇਰੇ ਬੱਚੇ, ਮੈਂ ਉਹਨਾਂ ਨੂੰ ਅੱਗੇ ਤੋਰਾਂ, ਉਹਨਾਂ ਦੀ ਜ਼ਿੰਦਗੀ 'ਚ ਉਹ ਜੋ ਕੁਛ ਕਰਨ ਆਏ ਨੇ ਦੁਨੀਆਂ ਦੇ ਵਿੱਚ ਉਹ ਕਰਨ, ਉਹਨਾਂ ਦੇ ਪਾਪਾ ਦੇ ਸੁਪਨੇ ਆ, ਮੇਰੇ ਸੁਪਨੇ ਉਹ ਪੂਰੇ ਹੋਣ। ਸੋ ਇਸ ਕਰਕੇ ਮੈਂ ਲੱਗੀ ਹੋਈ ਹਾਂ, ਜਿਹੜਾ ਇੱਕ ਦਰਦ ਹੈਗਾ ਹੈ ਉਹ ਮੇਰੇ ਅੰਦਰ ਮੈਂ ਕਿਸੇ ਕੋਨੇ ਦੇ ਵਿੱਚ ਰੱਖ ਦਿੱਤਾ, ਉਹ ਮੈਂ ਜਦੋਂ ਬਾਹਰ ਲੋਕਾਂ 'ਚ ਜਾਂਦੀ ਹਾਂ, ਮੈਂ ਕਦੇ ਵੀ ਉਸ ਦਰਦ ਵਾਲਾ ਚਿਹਰਾ ਮੈਂ ਬਾਹਰ ਲੈ ਕੇ ਨਹੀਂ ਜਾਂਦੀ, ਕਿਉਂਕਿ ਉਹ ਮੇਰਾ ਆਪਣਾ ਹੈ। ਜਦੋਂ ਪਹਿਲਾਂ ਇੱਦਾਂ ਹੁੰਦਾ ਸੀ ਉਦੋਂ ਮੇਰੇ ਤੋਂ ਕੰਟਰੋਲ ਨਹੀਂ ਸੀ ਹੁੰਦਾ, ਕਿਉਂਕਿ ਉਦੋਂ ਮੈਂ ਬਹੁਤ ਬੇਬਸ ਹੋ ਗਈ ਸੀ ਦਰਦ ਦੇ ਵਿੱਚ ਨਾ, ਉਦੋਂ ਮੈਨੂੰ ਹੋਸ਼ ਹੀ ਨਹੀਂ ਸੀ ਆਪਣੇ ਆਪ ਦੀ। ਹੁਣ ਹੌਲੀ ਹੌਲੀ ਕਰਕੇ ਮੈਂ ਆਪਣੇ ਆਪ ਨੂੰ ਸੰਭਾਲਿਆ ਹੈ। ਮੈਂ ਇਹੀ ਕਹਾਂਗੀ ਕਿ ਜਿੰਨੇ ਵੀ ਇਸ ਦੁਨੀਆ ਦੇ ਵਿੱਚ ਕੋਈ ਮਹਾਂਪੁਰਸ਼ ਨੇ, ਗੁਰੂ ਨੇ, ਸੰਤ ਨੇ,
उन्हां दा आशीर्वाद समझ लो, उस परमात्मा दा आशीर्वाद समझ लो, जां सरदूल जी दा आशीर्वाद समझ लो कि मैनू, मैं उस दर चों बाहर निकली हां, अपने आप नूं संभाल सकदी हां। मैं जदों भी कितें याद आउंदी हां, मैं सिर्फ सरदूल जी दे गाने लगा के जां कुछ रूहानियत वाले सूफी रंग दे गाने लगा के मैं अखां बंद करके बह जांदी हां। अगर मेरा हसण नूं दिल करदा मैं हसदी हां, जे मेरा रोण नूं दिल करदा हुंदा है तां मैं रोनी हां, ते जे मेरा विराग च आ के मेरा झूमण नूं दिल करदा है सरदूल जी दी याद च मैं झूमदी हां, उह फिर मेरा अपना टाइम हुंदा, अपना अपना मैं अपने उहदे विच हुंनी, अपने समें च। उदों मैं ना माँ हुंदी हां, ना मैं उदों कलाकार हुंदी हां, सिर्फ ते सिर्फ मैं नूरी हुंनी हां, अपने धुरे दे नाल जुड़ी हुंनी हां। ठीक है, जिम्मेवारियां ने, निभाउणियां वी ने, रुजगार भी आ साडा, घर भी चलाउणा, बच्चों दीआं वी खुशियां देखणियां ने। तुहानूं पता ही आ, दुनिया नूं वी सभ नूं पता ही आ कि आपां जिन्नी देर जीव रहे हां आपां नूं सब कुछ चाहीदा है। सो उस करके रुजगार भी आ, कम भी कर रही हां, ठीक आ, ते लोकां नूं खुशियां ही देणियां। मैनूं इह हुंदा कि दर्द नहीं देना लोकां नूं। मैं अज तक कदे, तुसीं मेरा देखिया होगा, मैं अज तक कदे दर्द भरिया गाणा भी नहीं गाया। मैं हमेशा खुशियां वाले, नच्चण टप्पण वाले गाने गाए आ, वी दुनिया नूं खुश करना। पर इन्ना वड्डा जिगरा कित्थों लै के आउंदे हो, हजे तुसीं एक दर्द तों बाहर निकल ही नहीं पाए हो। बेसिकली तुसीं सिर्फ दुनियावी जिम्मेवारियां दी गल कर लो, या खुश रह के दुनिया नूं खुशियां वंडन दी गल कर लो, या कला दे रूप च खुशियां वंडन की गल कर लो, इन्ना जिगरों कितों आता है? क्योंकि लोगों के मूँह नहीं फड़े जा सकते, जिते हाथ फड़ के अगे लै के जाने वाली इंडस्ट्री ते प्यार करन वाले फैनस ने, उत्थे ही कुछ लोग हजे भी किसी ना किसी गल ते एक क्वेश्चन मार्क कर देंगे ने। इस गल ते भी गल हुई है कि सिद्धू की एड्डी वड्डी घटना हो गई आ, जबकि मैं देखा कि तुसी स्टेटस भी पाया सीगा वी एक पुत चला गया है, तुसी उन्हां दी माँ नूं मिल के भी आए हो। एक माँ नूं मिल के आई है, तो मैं भी उम्मीद करदी हां कि उस टाइम तो कोई वीडियो बना के तो शेयर नहीं करेगा, है ना, लेकिन इसका भी विरोध होया तुहाडा। देखो जी, इदां दी गल्लां ने, जदों आपां किते व्याहां ते जांदे आ, खुशियां ते जांदे, किसी प्रोग्राम ते जांदे आ, फिर उहनूं कोई कवर कर रहा, कोई फोटो खिंच रहा, उह गल वखरी आ। पर ਜਦੋਂ ਕਿਸੇ ਦਾ ਦਰਦ ਆ, ਇੱਕ ਚੀਜ਼ ਚਲੇ ਗਈ, ਇਹ ਇੱਥੇ ਨਾ ਤਾਂ ਸ਼ੂਟ ਹੋ ਰਿਹਾ, ਨਾ ਕੋਈ ਤਮਾਸ਼ਾ ਲੱਗਿਆ ਹੋਇਆ। ਜਦੋਂ ਬੰਦਾ ਦਰਦ, ਜਿਹਨੇ ਇੱਕ ਦਰਦ ਹੰਢਾਇਆ ਨਾ, ਉਹ ਦਰਦ ਸਮਝਦਾ ਦੂਸਰੇ ਦਾ ਵੀ ਜੀ, ਜਦੋਂ ਘਰ 'ਚੋਂ ਜਾਂਦੇ ਨੇ ਤਾਂ ਕੀ ਹਾਲ ਹੁੰਦਾ। ਸੋ ਮੈਂ ਉੱਥੇ ਜਾ ਕੇ ਆਈ ਹਾਂ, ਮੈਂ ਲੋਕਾਂ 'ਚ ਰੌਲਾ ਨਹੀਂ ਪਾਇਆ ਕਿ ਮੈਂ ਗਈ, ਕਿ ਇਹ ਰੌਲਾ ਪਾਉਣ ਵਾਲੀ ਗੱਲ ਹੀ ਨਹੀਂ ਹੈਗੀ। ਪਰ ਮੈਂ ਜਾਣਦੇ ਹਾਂ ਕਿ ਜਦੋਂ ਸਾਡੀ ਗੱਲ ਹੋਈ ਸੀ, ਤੁਸੀਂ ਬਹੁਤ ਡਿਪਰੈਸ਼ਨ 'ਚ ਸੀ, ਅਤੇ ਤੁਸੀਂ ਇਹ ਗੱਲ ਵੀ ਕਹੀ ਸੀਗੀ ਵੀ ਮੈਂ ਇੱਕ ਦਰਦ 'ਚੋਂ ਨਿਕਲੀ ਨਹੀਂ, ਅਤੇ ਇੱਕ ਮੈਂ ਮਾਂ ਦਾ ਦਰਦ ਮਹਿਸੂਸ ਕਰਕੇ ਆਈ ਹਾਂ, ਇੱਕ ਜਵਾਨ ਪੁੱਤ ਦੇ ਜਾਣ ਦਾ ਦਰਦ ਮਹਿਸੂਸ ਕਰਕੇ ਆਈ ਹਾਂ, ਅਤੇ ਕਮਾਈ ਨਹੀਂ, ਮੈਂ ਗੱਲ ਕਰਨ ਦੀ ਹਾਲਤ ਵਿੱਚ ਹੀ ਨਹੀਂ ਹਾਂ। ਹਾਂਜੀ ਹਾਂਜੀ, ਆਪਣੀ ਗੱਲ ਹੋਈ ਸੀ ਉਦੋਂ ਜਦੋਂ, ਅਤੇ ਸਹੀ ਗੱਲ ਆ ਕਿ ਜਦੋਂ ਸਿੱਧੂ ਹੋਣੀ ਗਏ ਨੇ, ਅਤੇ ਉਸ ਤੋਂ ਹਫ਼ਤੇ 10 ਦਿਨਾਂ ਬਾਅਦ ਹੀ ਮੈਂ ਜਾ ਕੇ ਆਈ ਹਾਂ ਉਹਨਾਂ ਕੋਲ, ਉਹਨਾਂ ਦੀ ਮੰਮੀ ਕੋਲ। ਉਹ ਬਹੁਤ ਦਰਦ ਵਿੱਚ ਸੀਗੇ, ਅਤੇ ਮੈਂ ਆਪਣੇ ਦਰਦ ਨੂੰ ਵੀ ਸੰਭਾਲਣਾ ਚਾਹੁੰਦੀ ਸੀ। ਮੈਨੂੰ ਲੱਗਦਾ ਸੀਗਾ ਕਿ ਜੇ ਮੈਂ ਹੁਣੇ ਜਾਵਾਂਗੀ, ਤਾਜ਼ਾ ਤਾਜ਼ਾ ਦੁੱਖ ਲੱਗੇ ਉਹਨਾਂ ਦਾ, ਮੈਂ ਉਹ ਮਾਹੌਲ ਦੇਖੂੰਗੀ, ਤਾਂ ਮੈਨੂੰ ਉਹੀ ਸਾਰਾ ਮਾਹੌਲ ਯਾਦ ਆਊਗਾ ਜਦੋਂ ਸਰਦੂਲ ਜੀ ਗਏ ਸੀ, ਉਹੀ ਮਾਹੌਲ ਸੀਗਾ, ਉਹੀ ਚੀਜ਼ਾਂ ਸੇਮ ਹੋ ਰਹੀਆਂ ਸੀ ਉੱਥੇ ਵੀ। ਵੀ ਕਿਉਂਕਿ ਮੇਰੀ ਡਿਪਰੈਸ਼ਨ ਦੀ ਦਵਾਈ ਖਤਮ, ਹਜੇ ਮੈਂ ਬੰਦ ਕੀਤੀ ਸੀਗੀ, ਕਿਉਂਕਿ ਮੈਡੀਟੇਸ਼ਨ ਕਰਕੇ ਜਾਂ ਇਹ ਕਹਿ ਲਓ ਆਪਣੀ ਕਲਾ ਨਾਲ ਜੁੜ ਕੇ ਮੈਂ ਬਹੁਤ ਮੁਸ਼ਕਿਲ ਨਾਲ ਆਪਣਾ ਸੈੱਟ ਕੀਤਾ ਸੀਗਾ। ਮੈਂ ਨਹੀਂ ਸੀ ਚਾਹੁੰਦੀ ਕਿ ਦੁਬਾਰਾ ਫਿਰ ਮੈਂ ਡਿਪਰੈਸ਼ਨ 'ਚ ਜਾਵਾਂ ਜਾਂ ਦਵਾਈਆਂ ਖਾਵਾਂ, ਅਤੇ ਮੈਨੂੰ ਇੱਦਾਂ ਲੱਗਦਾ ਸੀਗਾ ਕਿ ਮੈਂ ਜਸਵਿੰਦਰ ਬਰਾੜ ਜੀ ਨਾਲ ਵੀ ਮੈਂ ਗੱਲ ਕੀਤੀ ਸੀ ਉਦੋਂ, ਅਤੇ ਕਿਉਂਕਿ ਉਹਨਾਂ ਦੀ ਰਿਸ਼ਤੇਦਾਰੀ ਸੀ ਸਿੱਧੂ ਜੀ ਦੇ ਨਾਲ, ਉਹ ਕਹਿੰਦੇ ਤੁਸੀਂ ਹਜੇ ਠਹਿਰ ਜਾਓ ਵੀ, ਕਿਉਂਕਿ ਬਹੁਤ ਤੁਸੀਂ ਵੀ, ਮੈਂ ਕਹਿੰਦੇ ਤੁਹਾਨੂੰ ਦੇਖਿਆ ਤੁਸੀਂ ਬਹੁਤ ਦਰਦ ਵਿੱਚੋਂ ਹਜੇ ਵੀ, ਕਿਉਂਕਿ ਜਦੋਂ ਮੇਰਾ ਸ਼ੂਟ ਚੱਲ ਰਿਹਾ ਸੀ ਰਾਜਸਥਾਨ ਦੇ ਵਿੱਚ, ਅਸੀਂ ਇਕੱਠੀਆਂ ਬਹਿੰਦੀਆਂ ਸੀਗੀਆਂ, ਅਤੇ ਉਹ ਮੈਨੂੰ ਉਹਨੂੰ ਪਤਾ ਲੱਗਦਾ ਸੀ ਕਿ ਮੈਂ ਜਦੋਂ ਕੈਮਰੇ ਅੱਗੇ ਸ਼ਾਟ ਦੇਣ ਤੋਂ ਬਾਅਦ ਮੈਂ ਕਿਤੇ ਦਰਦ ਵਿੱਚ ਹੁੰਦੀ ਹਾਂ, ਤਾਂ ਉਹ ਆ ਕੇ ਮੇਰਾ ਦੁੱਖ ਵਡਾਉਂਦੀ ਹੁੰਦੀ ਸੀ ਜਸਵਿੰਦਰ ਬਰਾੜ, ਅਤੇ ਇਸ ਕਰਕੇ ਸਾਡੇ ਬਹੁਤ ਜ਼ਿਆਦਾ ਆਪਸ ਵਿੱਚ ਮੁਹੱਬਤ ਜੀ ਸਾਂਝ ਬਣ ਗਈ ਸੀ। ਤਾਂ ਉਹਨੇ ਫਿਰ ਮੈਨੂੰ ਕਿਹਾ, ਕਹਿੰਦੇ ਉੱਥੇ ਬਹੁਤ ਜ਼ਿਆਦਾ ਦਰਦ ਆ, ਤੁਸੀਂ ਹਜੇ ਥੋੜ੍ਹੇ ਦਿਨ ਠਹਿਰ ਕੇ ਜਾਇਓ, ਕਿਉਂਕਿ ਤੁਸੀਂ, ਮੈਂ ਨਹੀਂ ਚਾਹੁੰਦੀ ਵੀ ਤੁਸੀਂ ਦੁਬਾਰਾ ਫਿਰ ਉਸ ਉਹੀ ਮਾਹੌਲ ਤੁਹਾਡੇ ਅੱਖਾਂ ਅੱਗੇ ਘੁੰਮੇ। ਅਤੇ ਮੈਂ ਥੋੜ੍ਹੇ ਕੁ ਦਿਨਾਂ ਬਾਅਦ ਫਿਰ ਮੈਂ ਜਾ ਕੇ ਆਈ, ਅਤੇ ਜਦੋਂ ਮੈਂ ਗਈ ਉੱਥੇ, ਤਾਂ ਮੈਂ ਉਹਨਾਂ ਨੂੰ ਦੇਖਿਆ, ਉਹਨਾਂ ਦੇ ਸਿੱਧੂ ਦੇ ਪੇਰੈਂਟਸ ਨੂੰ ਦੇਖਿਆ, ਤਾਂ ਮੇਰਾ ਅੰਦਰ ਇੱਕਦਮ ਨਾ ਵਲੂੰਦਰਿਆ ਗਿਆ। ਉਹਨਾਂ ਦਾ ਦਰਦ ਦੇਖ ਕੇ, ਉਹਨਾਂ ਦੀ ਤਕਲੀਫ ਦੇਖ ਕੇ, ਮੈਨੂੰ ਸਾਰਾ ਕੁਛ ਆਪਣਾ ਯਾਦ ਆਉਣ ਲੱਗ ਗਿਆ ਕਿ ਜਦੋਂ ਘਰ ਦੇ ਵਿੱਚੋਂ ਜੀ ਚਲੇ ਜਾਂਦੇ ਨੇ, ਉਹ ਕਿਉਂਕਿ ਮੁੜ ਕੇ ਤਾਂ ਆਉਣਾ ਹੀ ਨਹੀਂ ਹੈਗਾ, ਨਾ ਤੁਹਾਡੀ ਗੱਲ ਹੋਣੀ ਆ, ਉਹ ਜਿਹੜਾ ਜੀ ਚਲੇ ਗਿਆ ਤਾਂ ਚਲੇ ਗਿਆ, ਨਾ ਉਹਨੇ ਮੁੜ ਕੇ ਆਉਣਾ ਹੈ। ਅਤੇ ਉਹ ਦਰਦ ਜਿਹੜਾ ਹੈਗਾ ਮੈਨੂੰ ਪਤਾ ਸੀਗਾ, ਮੈਂ ਉਹਦੀ ਮੰਮੀ ਨਾਲ ਦਰਦ ਜਦੋਂ ਵੰਡਿਆ ਸੀ, ਉਹ ਰੋਏ ਬਹੁਤ, ਮੇਰਾ ਵੀ ਬਹੁਤ ਹਾਲਤ ਖਰਾਬ ਹੋਈ। ਉਹਨੇ ਮੈਨੂੰ ਹੱਗ ਕੀਤੀ, ਮੈਨੂੰ ਕਿਹਾ ਭੈਣ ਜੀ, ਜਦੋਂ ਕਹਿੰਦੀ ਸਰਦੂਲ ਜੀ ਗਏ ਸੀ, ਅਸੀਂ ਦੇਖਦੇ ਹੁੰਦੇ ਸੀਗੇ,
ਸਾਨੂੰ ਨਹੀਂ ਸੀ ਪਤਾ ਵੀ ਸਾਡੇ ਤੇ ਵੀ ਇਦਾਂ ਦੀ ਹਾਲਤ ਹੋ ਜਾਣੀ ਹੈ। ਕਹਿੰਦੇ ਮੈਂ ਉਦੋਂ ਆ ਨਹੀਂ ਸਕੀ ਪਰ ਮੈਨੂੰ ਦਰਦ ਬਹੁਤ ਸੀਗਾ, ਮੈਂ ਤੁਹਾਡੀ ਆ ਵੀਡੀਓ ਦੇਖ ਦੇਖ ਕੇ ਮੈਨੂੰ ਤਕਲੀਫ ਬਹੁਤ ਹੋ ਰਹੀ ਸੀ ਅੰਦਰ, ਤੇ ਕਹਿੰਦੇ ਪਤਾ ਨਹੀਂ ਸੀ ਵੀ ਆਹ ਕੁਛ ਹੋ ਜਾਣਾ, ਕਿਉਂਕਿ ਇੰਡਸਟਰੀ ਦਾ ਇੱਕ ਪਹਿਲਾਂ ਪਿਓ ਚਲੇ ਗਿਆ ਐਡਾ ਥੰਮ, ਫਿਰ ਇੱਕ ਪੁੱਤ ਚਲੇ ਗਿਆ ਇੰਡਸਟਰੀ ਦਾ ਐਡਾ ਥੰਮ ਉਹ ਸਿੱਧੂ, ਤੇ ਮੈਂ ਜਦੋਂ ਉੱਥੇ ਗਈ ਹਾਂ ਮੈਂ ਨਾ ਕੋਈ ਵੀਡੀਓ ਬਣਾਈ ਨਾ ਮੈਂ ਕੋਈ ਫੋਟੋ ਖਿੱਚੀ, ਕਿਉਂਕਿ ਉੱਥੇ ਕਿਹੜਾ ਕੋਈ ਤਮਾਸ਼ਾ ਹੋ ਰਿਹਾ ਸੀਗਾ, ਚੰਗਾ ਹੀ ਨਹੀਂ ਲੱਗਦਾ। ਜਦੋਂ ਮੇਰੇ ਕੋਲ ਲੋਕ ਆ ਕੇ ਇੱਥੇ ਫੋਟੋਆਂ ਖਿੱਚਦੇ ਸੀ ਨਾ, ਜਦੋਂ ਸਰਦੂਲ ਜੀ ਗਏ ਸੀ ਮੈਨੂੰ ਬਹੁਤ ਬੁਰਾ ਲੱਗਦਾ ਸੀ, ਜਦੋਂ ਵੀਡੀਓ ਬਣਾਉਂਦੇ ਸੀ ਕਹਿੰਦੇ ਅੱਜ ਕਿਹੜਾ ਜੀ ਫੋਟੋ ਕਰਾਉਣੀ ਆ, ਮੇਰਾ ਅੰਦਰ ਹਾਲਤ ਖਰਾਬ ਹੁੰਦੀ ਸੀ ਵੀ ਇਹ ਲੋਕ ਫੋਟੋਆਂ ਕਰਾਉਣ ਆਏ ਨੇ ਸਟੇਟਸ 'ਤੇ ਪਾਉਣ ਵਾਸਤੇ ਸਿਰਫ ਫੋਟੋਆਂ, ਕੀ ਦਰਦ ਕੀ ਸੱਚਾਈ, ਸਾਰਾ ਕੁਛ ਖਤਮ ਹੋ ਗਿਆ। ਸੱਚੀ ਮੁੱਚੀ ਦਰਦ ਆਪਾਂ ਕਿਸੇ ਨਾਲ ਜਾਂਦੇ ਹਾਂ, ਮੇਰੇ ਕੋਲ ਸ਼ਬਦ ਵੀ ਨਹੀਂ ਆ ਰਹੇ, ਤੁਸੀਂ ਸੋਚ ਦੇਖ ਰਹੇ ਹੋਣੇ ਕਿ ਮੇਰੇ ਤੋਂ ਬੋਲੇ ਵੀ ਨਹੀਂ ਜਾ ਰਿਹਾ। ਜਦੋਂ ਆਪਾਂ ਦਰਦ ਵਿੱਚ ਹੁੰਦੇ ਹਾਂ ਨਾ, ਆਪਾਂ ਦਰਦ ਹੰਢਾਇਆ ਹੁੰਦਾ, ਆਪਾਂ ਨੂੰ ਦੂਸਰੇ ਦਾ ਦਰਦ ਮਹਿਸੂਸ ਹੁੰਦਾ, ਅਤੇ ਅਸੀਂ ਘੰਟਾ ਬੈਠੇ ਰਹੇ ਹਾਂ। ਮੈਨੂੰ ਬਹੁਤ ਸਾਰੇ ਲੋਕਾਂ ਨੇ ਫੋਨ ਕੀਤਾ ਹੈ ਤੁਸੀਂ ਪਾਇਆ ਨਹੀਂ ਕੁਛ, ਮੈਂ ਕਿਹਾ ਇਹ ਚੀਜ਼ਾਂ ਪਾਉਣ ਵਾਲੀਆਂ ਥੋੜ੍ਹੀ ਨੇ, ਇਹ ਤਾਂ ਦਰਦ ਆ, ਅਤੇ ਮੈਂ ਇਹਨੂੰ ਮਹਿਸੂਸ ਕਰ ਸਕਦੀ ਹਾਂ ਉਹ ਮਾਂ ਦੇ ਅੰਦਰ ਕਿੰਨਾ ਕੁ ਦਰਦ ਆ, ਉਸ ਪਿਓ ਦੇ ਅੰਦਰ ਕਿੰਨਾ ਕੁ ਦਰਦ ਆ। ਸੋ ਮੈਂ ਕਿਸੇ ਨੂੰ ਦੱਸ ਕੇ ਥੋੜ੍ਹੀ ਜਾਣਾ ਸੀ, ਨਾ ਮੈਂ ਪੁੱਛ ਕੇ ਜਾਣਾ ਸੀ ਕਿਸੇ ਨੂੰ, ਨਾ ਦੱਸ ਕੇ ਜਾਣਾ ਸੀ, ਕਿਹਨੂੰ ਦੱਸਣਾ ਸੀ ਮੈਂ ਵੀ ਉੱਥੇ ਚੱਲੀ ਹਾਂ, ਕਿਹਦੇ ਵਾਸਤੇ ਦੱਸਣਾ ਸੀ, ਕੀ ਪਾਉਣਾ, ਕਿਹਨੂੰ ਦੱਸ ਕੇ ਪਾਉਣਾ ਸੀ ਮੈਂ ਸਟੇਟਸ। ਜੇ ਕਿਸੇ ਨੇ ਮੈਨੂੰ ਫੋਨ ਕਰਕੇ ਪੁੱਛਿਆ ਵੀ, ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਕਿਸੇ ਨੂੰ ਕੋਈ ਆਨਸਰ ਨਹੀਂ ਕੀਤਾ, ਮੈਂ ਕਿਹਾ ਮੈਨੂੰ ਪਤਾ ਹੈ ਮੈਂ ਗਈ ਹਾਂ, ਸਿੱਧੂ ਦੇ ਮੰਮੀ ਡੈਡੀ ਨੂੰ ਪਤਾ ਵੀ ਮੈਂ ਆਈ ਹਾਂ, ਹੋਰ ਮੈਂ ਕਿਸੇ ਨੂੰ ਦੱਸ ਕੇ ਕੀ ਲੈਣਾ, ਕੋਈ ਗੱਲ ਨਹੀਂ, ਜੇ ਕੋਈ ਗੱਲਾਂ ਕਰਦਾ ਕਰੀ ਜਾਵੇ, ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਮੈਂ ਉਸ ਚੀਜ਼ ਨੂੰ ਖਤਮ ਕਰਤਾ, ਹੈ ਨਾ, ਮੈਂ ਇੱਦਾਂ ਹੈ ਕਿ ਮੈਂ ਦੁਨੀਆ 'ਤੇ ਆਈ ਹਾਂ, ਆਏ ਆਪਾਂ ਸਾਰੀ ਦੁਨੀਆ 'ਤੇ ਆਏ, ਇੱਕ ਦਿਨ ਸਾਰਿਆਂ ਨੇ ਚਲੇ ਜਾਣਾ, ਪਰ ਮੈਂ ਇਸ ਚੀਜ਼ ਨੂੰ ਮਹਿਸੂਸ ਕਰਦੀ ਹਾਂ। ਸਰਦੂਲ ਜੀ ਚਲੇ ਗਏ, ਸਿੱਧੂ ਹੁਣੀ ਚਲੇ ਗਏ, ਇੱਕ ਜਵਾਨ ਪੁੱਤ, ਇੱਕ ਚਿਰਾਗ, 28-29 ਸਾਲ ਦਾ ਬੱਚਾ ਜਿਹਦਾ ਚਲੇ ਜਾਂਦਾ, ਜਿਹਦੀ ਜ਼ਿੰਦਗੀ 'ਚ ਹਨੇਰਾ ਹੀ ਹੋ ਗਿਆ, ਅੱਗੇ ਕੁਛ ਹੈ ਹੀ ਨਹੀਂਗਾ, ਅਤੇ ਉਸ ਦਰਦ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ। ਉੱਥੇ ਜਾ ਕੇ ਮੈਂ ਫੋਟੋਆਂ ਖਿੱਚਦੀ, ਵੀਡੀਓ ਬਣਾ ਕੇ ਫਿਰ ਮੈਂ ਪਾਉਂਦੀ, ਉਹ ਗੱਲ ਸਹੀ ਸੀ, ਤਮਾਸ਼ਾ ਸੀ ਨਾ ਉਹ, ਮੇਰਾ ਨਹੀਂ ਦਿਲ ਕਰਦਾ ਹੁੰਦਾ ਵੀ ਜਿਵੇਂ ਦਾ ਕਿਸੇ ਦੇ ਨਾਲ ਦੁੱਖ ਮਨਾਉਣ ਜਾ ਰਹੀ ਹਾਂ, ਅਤੇ ਉਹ ਲੋਕਾਂ ਦੇ ਵਿੱਚ ਸ਼ੋਅ ਆਫ ਹੋਣਾ ਚਾਹੀਦਾ, ਹੈ ਨਾ, ਨਹੀਂ ਮੈਨੂੰ ਨਹੀਂ ਚੰਗਾ ਲੱਗਦਾ ਉਹ, ਕਿਉਂਕਿ ਮੈਂ ਦਰਦ ਹੰਢਾਇਆ ਆਪ। ਬਾਕੀ ਮੈਂ ਸੁੰਨ ਹੋ ਗਈ ਹਾਂ ਹੁਣ ਦੁਨੀਆ ਦੇ ਤਾਰ ਦੁਨੀਆ ਤੌਰ 'ਤੇ, ਮੈਂ ਸਿਰਫ ਆਪਣੇ ਬੱਚਿਆਂ ਲਈ ਜੀ ਰਹੀ ਹਾਂ, ਮੈਂ ਸਰਦੂਲ ਜੀ ਦੇ ਸੁਪਨੇ ਪੂਰੇ ਕਰਨ ਲਈ ਜੀ ਰਹੀ ਹਾਂ, ਅਤੇ ਮੈਨੂੰ ਇੱਦਾਂ ਹੈ ਮੈਂ ਇਸ ਕੁਦਰਤ ਨਾਲ ਜੁੜੀ ਹੋਈ ਹਾਂ, ਮਹਾਂਪੁਰਸ਼ਾਂ ਦੇ ਗੁਰੂਆਂ ਦੇ ਮੇਰੇ ਸਿਰ 'ਤੇ ਆਸ਼ੀਰਵਾਦ ਨੇ, ਮੈਨੂੰ ਇੱਦਾਂ ਹੈ ਬਹੁਤ ਜਲਦੀ ਮੇਰੇ ਬੱਚੇ ਸੈੱਟ ਹੋ ਜਾਣ, ਮੈਂ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋਵਾਂ, ਅਤੇ ਬਸ ਮੈਂ ਬਹੁਤ ਜਲਦੀ, ਮੇਰਾ ਦੁਨੀਆ 'ਚ ਦਿਲ ਨਹੀਂ ਲੱਗਦਾ ਹੈਗਾ, ਮੈਂ ਬਹੁਤ ਛੇਤੀ ਛੇਤੀ ਫਿਰ ਮੈਂ ਆਪਣੇ ਸਰਦੂਲ ਕੋਲ ਚਲੀ ਜਾਵਾਂ। ਬਸ ਇਹ ਮਿੱਟੀ ਆ, ਇਹ ਮਿੱਟੀ 'ਚੋਂ ਜਿੰਨੀ ਦੇਰ ਮੇਰੇ ਫਰਜ਼ ਨੇ ਉਨੀ ਦੇਰ ਮਿੱਟੀ ਦੇ ਵਿੱਚ ਮੇਰੀ ਰੂਹ ਰਹੂਗੀ। ਜਦੋਂ ਮੇਰੇ ਫਰਜ਼ ਪੂਰੇ ਹੋ ਗਏ, ਬੱਚਿਆਂ ਨੂੰ ਮੈਂ ਦੇਖ ਲਿਆ ਕਿ ਹਾਂ ਇਹ ਸੈੱਟ ਹੋ ਗਏ ਨੇ ਬੱਚੇ ਹੁਣ ਮੇਰੇ, ਉਦੋਂ ਮੈਂ ਇਸ ਮਿੱਟੀ ਦੇ ਵਿੱਚੋਂ ਨਿਕਲ ਜਾਣਾ ਔਰ ਮੈਂ ਆਪਣੇ ਸਰਦੂਲ ਕੋਲ ਚਲੀ ਜਾਣਾ, ਕਿਉਂਕਿ ਇਹ ਦੁਨੀਆ ਮੈਨੂੰ ਚੰਗੀ ਨਹੀਂ ਲੱਗਦੀ ਹੈਗੀ, ਦਿਲ ਨਹੀਂ ਲੱਗਦਾ। ਦੁਨੀਆ ਬਹੁਤ ਅੱਛੀ ਆ, ਸੁੰਦਰ ਆ, ਸੋਹਣੇ ਆ, ਸਾਰੇ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਇੰਨਾ ਹੌਸਲਾ ਦਿੱਤਾ, ਇੰਨਾ ਪਿਆਰ ਦੇ ਰਹੇ ਨੇ, ਬਹੁਤ ਚੰਗੇ ਲੋਕ ਨੇ, ਪਰ ਮੇਰਾ ਦਿਲ ਨਹੀਂ ਲੱਗਦਾ ਹੈਗਾ, ਮੈਂ ਸਿਰਫ ਇੱਕ ਮਜਬੂਰੀ 'ਚ ਜੀ ਰਹੀ ਹਾਂ। ਮੈਂ ਅਗਰ ਮੇਰੀ ਰੋਜ਼ੀ ਰੋਟੀ ਆ, ਰੁਜ਼ਗਾਰ ਆ, ਮੈਨੂੰ ਜਾਣਾ ਪੈਂਦਾ, ਜਾਂ ਮੈਂ ਸ਼ੂਟ 'ਤੇ ਜਾਂਦੀ ਹਾਂ, ਉਹ ਉਹਨਾਂ ਨੂੰ ਉਸ ਕਿਰਦਾਰ ਦੇ ਹਿਸਾਬ ਨਾਲ ਮੈਨੂੰ ਤਿਆਰ ਕਰਨਾ ਪੈਂਦਾ, ਹੈ ਨਾ। ਪੀਟੀਸ 'ਤੇ ਜਾਂਦੀ ਹਾਂ, ਉਹਨਾਂ ਨੂੰ ਇੱਦਾਂ ਲੱਗਦਾ ਕਿ ਸਾਡਾ ਪ੍ਰੋਗਰਾਮ ਆ, ਖੁਸ਼ੀਆਂ ਦਾ ਪ੍ਰੋਗਰਾਮ ਆ, ਉਹ ਮੈਨੂੰ ਸਜਾਉਂਦੇ ਨੇ ਉੱਥੇ, ਕਿਉਂਕਿ ਉਹ ਪ੍ਰੋਗਰਾਮ ਆ, ਉਹ ਪ੍ਰੋਗਰਾਮ ਦਾ ਹਿੱਸਾ ਹੈ ਉਹ, ਹੈ ਨਾ, ਮੇਰਾ ਰੁਜ਼ਗਾਰ ਆ। ਜਿਸ ਤਰ੍ਹਾਂ ਇੱਕ ਪੁਲਿਸ ਵਾਲਾ ਹੈ, ਕੋਈ ਹੋਰ ਚੀਜ਼ਾਂ ਨੇ, ਅਲੱਗ ਅਲੱਗ ਮਹਿਕਮੇ ਨੇ, ਉਹ ਉਹਨਾਂ ਦੀ ਇੱਕ ਵਰਦੀ ਹੁੰਦੀ ਆ, ਹੈ ਨਾ, ਉਹਦੇ ਉਹ ਪਾਉਣਾ ਉਹ ਜ਼ਰੂਰੀ ਹੁੰਦੀ ਆ। ਸੋ ਸਾਡੀ ਜਿਹੜੀ ਲਾਈਨ ਆ ਆਰਟਿਸਟ ਆ, ਸਾਨੂੰ ਵੀ ਉਸ ਕਿਰਦਾਰ 'ਚ ਜਾ ਕੇ ਉਹ ਚੀਜ਼ ਕਰਨੀ ਜ਼ਰੂਰੀ ਹੁੰਦੀ ਆ ਨਾ, ਸੋ ਇਸ ਕਰਕੇ ਇੱਕ ਮਜਬੂਰੀ ਕਰਨਾ ਪੈਂਦਾ ਹੈ। ਵੈਸੇ ਮੈਂ ਆਪਣੀ ਆਮ ਜ਼ਿੰਦਗੀ 'ਚ ਬਹੁਤ ਸਾਦੀ ਅਤੇ ਸਿੰਪਲ ਆ, ਮੈਨੂੰ ਸਾਦੀ ਜ਼ਿੰਦਗੀ ਚੰਗੀ ਲੱਗਦੀ ਆ, ਉਹ ਹਾਰ ਸ਼ਿੰਗਾਰ ਮੈਨੂੰ ਸਰਦੂਲ ਦੇ ਨਾਲ ਹੀ ਚੰਗੇ ਲੱਗਦੇ ਸੀਗੇ, ਪਰ ਮੈਂ ਆਪਣੀ ਜਦੋਂ ਪਰਸਨਲ ਉਹਦੇ ਵਿੱਚ ਹੁੰਦੀ ਹਾਂ ਫਿਰ ਮੈਂ ਬਹੁਤ ਸਿੰਪਲ ਹੁੰਦੀ ਹਾਂ। ਜਿਹੜਾ ਦਰਦ ਕਿਸੇ ਨੂੰ ਦੱਸ ਕੇ ਥੋੜ੍ਹੀ ਇੱਦਾਂ ਹੁੰਦਾ, ਜਿਹੜਾ ਦਰਦ ਤਾਂ ਹੈ ਹੀ ਆ ਨਾ, ਕਿਸੇ ਨੂੰ ਦਿਖਾਵਾ ਥੋੜ੍ਹੀ ਹੈ ਇਸ ਚੀਜ਼ ਦਾ। ਕਈ ਵਾਰੀ ਅਲ ਕਹਿੰਦਾ ਇੱਦਾਂ ਰੋਂਦੇ ਆ ਜੀ, ਇਹ ਕਈ ਵਾਰੀ ਦਰਦ ਛਲਕ ਪੈਂਦਾ ਹੈ, ਕੀ ਕਰੀਏ ਨਾ, ਮੈਂ ਦੱਸਣਾ ਨਹੀਂ ਚਾਹੁੰਦੀ ਕਿਸੇ ਨੂੰ ਨਾ, ਮੈਨੂੰ ਹੁੰਦਾ ਵੀ ਸਾਰਿਆਂ ਨੂੰ ਜਿਹੜੇ ਮੈਨੂੰ ਪਿਆਰ ਕਰਦੇ ਨੇ ਖੁਸ਼ ਰਹਿਣ, ਮੈਂ ਸਾਰੀ ਦੁਨੀਆ ਵਾਸਤੇ ਦੁਆਵਾਂ ਕਰਦੀ ਹਾਂ, ਰੱਬਾ ਸਾਰਿਆਂ ਨੂੰ ਖੁਸ਼ ਰੱਖੀ, ਤੰਦਰੁਸਤ ਰੱਖੀ, ਸਭ ਦੇ ਬੱਚਿਆਂ ਨੂੰ ਰਾਜ਼ੀ ਰੱਖੀ, ਸਭ ਦੇ ਪਰਿਵਾਰਾਂ 'ਚ ਖੁਸ਼ੀਆਂ ਦੇਈ, ਕਿਉਂਕਿ ਆਪਾਂ 2-3 ਸਾਲ ਤੋਂ ਜੋ ਮਾਹੌਲ ਦੇਖ ਰਹੇ ਹਾਂ ਦੁਨੀਆ ਦਾ, ਕਦੇ ਬਿਮਾਰੀ ਢਾਉਂਦੀ ਹੈ ਕਿਸੇ ਨੂੰ ਆ ਕੇ, ਕਦੇ ਗੱਭਰੂ ਪੁੱਤ ਲੋਕਾਂ ਦੇ ਚਲੇ ਜਾਂਦੇ ਨੇ,
ਸੋ ਇਹ ਕਿੰਨਾ ਵੱਡਾ ਦਰਦ ਹੈਗਾ, ਇਸ ਦਰਦ ਦੇ ਵਿੱਚ ਕਿੱਦਾਂ ਕੋਈ ਖੁਸ਼ ਹੋ ਕੇ ਜੀ ਸਕਦਾ ਨਾ। ਤੇ ਹਰ ਬੰਦਾ ਦਰਦ ਵਿੱਚ ਡਿਪਰੈਸ਼ਨ ਦੇ ਵਿੱਚ ਜੀ ਰਿਹਾ ਹੈ, ਤੇ ਮੈਨੂੰ ਤਾਂ ਇਹ ਹੁੰਦਾ ਕਿ ਮੈਂ ਸਭ ਨੂੰ ਬੱਚਿਆਂ ਨੂੰ ਵੀ ਸਭ ਨੂੰ ਖੁਸ਼ੀਆਂ ਹੀ ਦੇਵਾਂ। ਜੀ ਤੁਸੀਂ ਬਹੁਤ ਖੁਸ਼ੀਆਂ ਦੇ ਰਹੇ ਹੋ, ਤੁਸੀਂ ਖੁਸ਼ੀਆਂ ਵੰਡ ਰਹੇ ਹੋ। ਔਰ ਸ਼ਰੀਕ 2 ਦੀ ਗੱਲ ਕਰਨਾ ਚਾਹਾਂਗੇ ਇਸ ਤੋਂ ਬਾਅਦ, ਕਿਉਂਕਿ ਤੁਸੀਂ ਬਿਮਾਰੀਆਂ ਦੀ ਗੱਲ ਕੀਤੀ, ਦੁਨੀਆ ਤੋਂ ਚਲੇ ਜਾਣ ਦੀ ਗੱਲ ਕੀਤੀ। ਦੇਵ ਕਰੋੜ ਨੇ ਤੁਹਾਡੀ ਬਹੁਤ ਤਾਰੀਫ ਕੀਤੀ ਹੈ ਕਿ ਉਸ ਟਾਈਮ ਸਰਦੂਲ ਜੀ ਬਿਮਾਰ ਸੀਗੇ, ਸੋ ਤੁਸੀਂ ਵੀ ਅੰਦਰੋਂ ਬਿਮਾਰ ਹੀ ਸੀ ਕਿਉਂਕਿ ਤੁਸੀਂ ਰੂਹਾਂ ਤੋਂ ਜੁੜੇ ਹੋਏ ਸੀਗੇ, ਬਾਵਜੂਦ ਇਸ ਦੇ ਤੁਸੀਂ ਕੰਮ ਕੀਤਾ। ਉਸ ਟਾਈਮ 'ਤੇ ਤੁਸੀਂ ਕੁਛ ਬੋਲੇ ਨਹੀਂ, ਪਰ ਮੈਂ ਅੱਜ ਜ਼ਰੂਰ ਚਾਹਾਂਗੀ ਕਿ ਜਦੋਂ ਸ਼ਰੀਕ 2 ਵੇਖੀ ਹੈ ਤੁਸੀਂ, ਉਸ ਤੋਂ ਬਾਅਦ ਨੂਰੀ ਜੀ ਦੇ ਅੰਦਰ ਜੋ ਤੁਸੀਂ ਕਹਿੰਦੇ ਹੋ ਵੀ ਨਾ, ਨੂਰੀ ਇੱਕ ਦੁਨਿਆਵੀ ਨੂਰੀ ਤੋਂ ਬਿਲਕੁਲ ਅਲੱਗ ਹੈ, ਉਦੋਂ ਘਰ ਆ ਕੇ ਕੀ ਗੱਲਾਂ ਕੀਤੀਆਂ ਖੁਦ ਦੇ ਨਾਲ ਤੁਸੀਂ? ਜਦੋਂ ਮੈਂ ਫਿਲਮ ਦੇਖ ਰਹੀ ਸੀਗੀ ਅਤੇ ਉਹ ਸੀਨ ਜਦੋਂ ਆਉਂਦੇ ਸੀਗੇ, ਜਦੋਂ ਸਰਦੂਲ ਜੀ 40 ਦੇ ਵਿੱਚ ਦਾਖਲ ਸੀਗੇ, ਉਦੋਂ ਉੱਥੇ ਉਹਨਾਂ ਨੂੰ ਮਹੀਨਾ ਕੁ ਹੋ ਗਿਆ ਸੀ ਦਾਖਲ ਨੂੰ, ਬਿਮਾਰ ਨੂੰ, ਉਦੋਂ ਉਹ ਠੀਕ ਹੋਣ ਲੱਗ ਗਏ ਸੀਗੇ। ਮੈਨੂੰ ਇੱਦਾਂ ਸੀ ਕਿ ਹੁਣ ਠੀਕ ਹੋ ਰਹੇ ਨੇ। ਮੈਂ 2 ਮਹੀਨੇ ਮੈਂ ਸੌਂ ਕੇ ਨਹੀਂ ਦੇਖਿਆ, ਨਾ ਮੈਂ ਨਾ ਮੇਰੇ ਬੱਚਿਆਂ ਨੇ। ਅਸੀਂ ਦਿਨ ਰਾਤ ਉੱਥੇ ਸਰਦੂਲ ਜੀ ਕੋਲ ਹੁੰਦੇ ਸੀਗੇ, ਜਾਗਦੇ ਰਹਿੰਦੇ ਸੀ ਵੀ ਪਤਾ ਨਹੀਂ ਸਾਡੀ ਕਦੋਂ ਲੋੜ ਪੈ ਜਾਊ, ਕੋਲੇ ਹੁੰਦੇ ਸੀ ਅਸੀਂ। ਅਤੇ ਇੱਦੀ ਕੁਰਸੀ 'ਤੇ ਬੈਠੀ ਹੁੰਦੀ ਸੀ ਮੈਂ, ਸਰਦੂਲ ਜੀ ਇੱਦਾਂ ਉਹਨਾਂ ਦੇ ਬੈੱਡ ਦੇ ਕੋਲੇ ਇੱਦੀ, ਅਤੇ ਜਦੋਂ ਕਿਤੇ ਉਹ ਸੌਂਦੇ ਸੀਗੇ ਇੱਦੀ ਮੈਂ ਉਹਨਾਂ ਦੀ ਲੱਤਾਂ ਘੁੱਟਦੀ ਘੁੱਟਦੀ ਉੱਥੇ ਨਾਲ ਕਿਤੇ ਢਾਸਣ ਲੱਗ ਕੇ ਹਲਕੀ ਜਿਹੀ ਕਿਤੇ ਨੀਂਦ ਆ ਜਾਂਦੀ ਸੀ, ਨਹੀਂ ਤਾਂ ਮੈਂ ਜਾਗਦੀ ਰਹਿੰਦੀ ਸੀ। ਅਤੇ ਮੈਨੂੰ ਇੱਦਾਂ ਹੁੰਦਾ ਸੀਗਾ ਵੀ ਮੈਂ ਸਰਦੂਲ ਜੀ ਨੂੰ ਮੇਰੀ ਲੋੜ ਪੈ ਗਈ, ਕਿਤੇ ਮੈਂ ਸੁੱਤੀ ਨਾ ਪਈ ਹੋਵਾਂ, ਫਿਰ ਇਹਨਾਂ ਨੇ ਮੈਨੂੰ ਉਠਾਉਣਾ ਨਹੀਂ ਵੀ ਨੂਰੀ ਸੌ ਰਹੀ ਆ। ਅਤੇ ਉਦੋਂ ਫਿਰ ਸ਼ਰੀਕ 2 ਦਾ ਸ਼ੂਟ ਦੁਬਾਰਾ ਆ ਗਿਆ, ਕਿਉਂਕਿ ਸ਼ੂਟ ਹੋ ਚੁੱਕਿਆ ਸੀਗਾ ਜਦੋਂ ਲੋਕਡਾਊਨ ਤੋਂ ਪਹਿਲਾਂ, ਜਦੋਂ ਕਰੋਨਾ ਆਇਆ ਉਸ ਤੋਂ ਪਹਿਲਾਂ, ਜਦੋਂ ਦੁਨੀਆ ਬੜੀ ਰੰਗਾਂ 'ਚ ਵੱਸਦੀ ਸੀ, ਸੋਹਣੀ ਸੀ, ਖੂਬਸੂਰਤ ਸੀਗੀ। ਉਦੋਂ ਸਾਡਾ ਸ਼ੂਟ ਚੱਲ ਰਿਹਾ ਸੀਗਾ ਮੁਕਤਸਰ ਸਾਹਿਬ ਤੋਂ ਅੱਗੇ ਜਲਾਲਾਬਾਦ ਸ਼ਰੀਕ 2 ਦਾ, ਅਤੇ ਉਦੋਂ 1 ਮਹੀਨਾ ਸ਼ੂਟ ਹੋ ਗਿਆ ਸੀ, 10 ਕੁ ਦਿਨ ਦਾ ਸ਼ੂਟ ਰਹਿ ਗਿਆ ਸੀਗਾ। ਅਤੇ ਉਦੋਂ ਫਿਰ ਅਨਾਊਂਸ ਹੋ ਗਈ ਸੀਗੀ ਕਿ ਕਰੋਨਾ ਬਹੁਤ ਤੇਜ਼ੀ ਨਾਲ ਇੰਡੀਆ ਦੇ ਵਿੱਚ ਵੀ ਫੈਲ ਗਿਆ, ਅਤੇ ਆਪਣੇ ਆਪਣੇ ਘਰਾਂ ਨੂੰ ਚੱਲ ਜਾਓ, ਅਤੇ ਲੋਕਡਾਊਨ ਲੱਗ ਜਾਣਾ, ਫਿਰ ਲੋਕ ਉੱਥੇ ਉੱਥੇ ਰਹਿ ਜਾਣਗੇ। ਇਸ ਕਰਕੇ ਫਿਰ ਮੈਨੂੰ ਹੁਣ ਵੀ ਯਾਦ ਆ 2020 ਦੇ ਵਿੱਚ 20 ਮਾਰਚ ਨੂੰ ਅਸੀਂ ਸਾਰੇ ਜਣੇ ਉੱਥੋਂ ਸ਼ੂਟ ਖਤਮ ਕਰਕੇ ਫਟਾਫਟ ਆ ਗਏ ਸੀਗੇ, 10 ਦਿਨ ਦਾ ਸ਼ੂਟ ਬਾਕੀ ਰਹਿ ਗਿਆ ਸੀਗਾ। ਅਤੇ ਉਸ ਤੋਂ ਸਾਲ ਬਾਅਦ ਫਿਰ 10 ਕੁ ਮਹੀਨੇ ਬਾਅਦ ਸਰਦੂਲ ਜੀ ਜਦੋਂ ਉਸ ਤੋਂ ਬਾਅਦ ਥੋੜ੍ਹੇ ਜਿਹੇ ਬਿਮਾਰ ਹੋਣ ਲੱਗ ਹੋ ਗਏ ਸੀਗੇ ਦਸੰਬਰ ਦੇ ਵਿੱਚ, ਜਦੋਂ ਦਿੱਲੀ ਧਰਨੇ 'ਤੇ ਗਏ ਸੀ, ਉਸ ਤੋਂ ਬਾਅਦ ਬਿਮਾਰ ਹੋ ਗਏ ਘਰ ਆ ਕੇ। 2-3 ਦਿਨਾਂ ਬਾਅਦ ਬੁਖਾਰ ਹੋ ਗਿਆ, ਜੋ ਡਾਕਟਰ ਨੂੰ ਚੈੱਕ ਕਰਾਇਆ ਕਹਿੰਦੇ ਜੀ ਕਰੋਨਾ ਹੈ, ਹੌਸਪਿਟਲ ਚਲੇ ਗਏ, ਚਲੋ ਇਲਾਜ ਹੁੰਦਾ ਰਿਹਾ, ਬਹੁਤ ਸੀਰੀਅਸ ਸੀਗੇ। ਫਿਰ ਹੌਲੀ ਹੌਲੀ ਉਹ ਠੀਕ ਹੋਣ ਲੱਗ ਗਏ, ਉਹਨਾਂ ਦੀ 90 ਡਿਗਰੀ 'ਤੇ, 90  'ਤੇ ਸੀਗੀ ਜਿਹੜੀ ਉਹ ਆਕਸੀਜਨ ਲਗਾਈ ਹੋਈ ਸੀਗੀ 90 ਲੀਟਰ 'ਤੇ, ਹੌਲੀ ਹੌਲੀ ਕਰਕੇ 1-2 'ਤੇ ਆ ਗਈ ਸੀਗੀ, ਠੀਕ ਹੋਣ ਲੱਗ ਗਏ ਸੀ, ਉਹਨਾਂ ਦੀ ਰਿਪੋਰਟਾਂ ਵੀ ਸਾਰੀਆਂ ਠੀਕ ਹੋਣ ਲੱਗ ਗਈਆਂ ਸੀਗੀਆਂ। ਅਤੇ ਉਹਨਾਂ ਦਿਨਾਂ ਦੇ ਵਿੱਚ ਫਿਰ ਦੁਬਾਰਾ ਸ਼ੂਟ ਆ ਗਿਆ, ਮੈਨੂੰ ਨਵਨੀਤ ਆਪਣੇ ਜਿਹੜੇ ਡਾਇਰੈਕਟਰ ਨੇ ਉਹਨਾਂ ਦਾ ਫੋਨ ਆਇਆ, ਕਹਿੰਦੇ ਨੂਰੀ ਜੀ ਆਪਾਂ ਸ਼ੂਟ ਰੱਖਿਆ ਹੈ ਵੀ ਹੁਣ ਦਿਨ ਵੀ ਸਾਰੇ ਠੀਕ ਹੋ ਗਏ ਨੇ, ਸਾਰੇ ਖੁੱਲ੍ਹ ਗਿਆ ਸਾਰਾ ਮਾਹੌਲ। ਅਤੇ ਮੈਂ ਕਿਹਾ ਵੀ ਮੈਂ ਉਦੋਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਸਰਦੂਲ ਜੀ ਬਿਮਾਰ ਨੇ ਵੀ ਇੱਦਾਂ ਦਾ ਕਰਕੇ, ਮੈਂ ਕਿਹਾ ਸਰਦੂਲ ਜੀ ਨੂੰ ਪੁੱਛ ਲੈਂਦੀ ਹਾਂ, ਮੈਂ ਸਰਦੂਲ ਜੀ ਨੂੰ ਮੈਂ ਪੁੱਛਿਆ, ਮੈਂ ਕਿਹਾ ਇੱਦਾਂ ਕਰਕੇ, ਕਹਿੰਦੇ ਕੋਈ ਗੱਲ ਨਹੀਂ ਤੂੰ ਜਾ ਸ਼ੂਟ 'ਤੇ। ਮੈਂ ਕਿਹਾ ਬਹੁਤ ਦੂਰ ਆ ਸ਼ੂਟ, ਮੁਕਤਸਰ ਸਾਹਿਬ ਉੱਥੇ ਹੈਗਾ ਅੱਗੇ ਜਲਾਲਾਬਾਦ, ਵੀ ਤੁਸੀਂ ਇੱਥੇ ਜਾ, ਮੈਂ ਤੁਹਾਨੂੰ ਕਿਵੇਂ ਛੱਡ ਕੇ ਜਾਵਾਂ? ਕਹਿੰਦੇ ਨਹੀਂ, ਮੈਂ ਹੁਣ ਠੀਕ ਹਾਂ। ਕਹਿੰਦੇ ਆਰਟਿਸਟ ਤਾਂ ਨੂਰੀ ਦੁਨੀਆ 'ਤੇ ਜਿਹੜਾ ਆਇਆ ਨਾ ਆਰਟਿਸਟ ਬਣਨਾ, ਕਹਿੰਦੇ ਸੌਖੀ ਚੀਜ਼ ਨਹੀਂ ਹੁੰਦੀ ਅਸਲ ਦੇ ਵਿੱਚ। ਕਹਿੰਦੇ ਲੋਕਾਂ ਨੂੰ ਪਤਾ ਨਹੀਂ ਆਰਟਿਸਟ ਕੀ ਹੁੰਦਾ, ਫੱਕਰ ਫਕੀਰ ਹੋਏ ਔਰ ਆਰਟਿਸਟ ਹੋਏ, ਕਹਿੰਦੇ ਇੱਕੋ ਜਿਹਾ ਹੀ ਹੁੰਦਾ। ਫਕੀਰ ਬੈਠ ਕੇ ਆਪਣੇ ਮਾਲਕ 'ਚ ਧਿਆਨ ਲਾ ਕੇ ਬੈਠੇ ਰਹਿੰਦੇ ਨੇ, ਲੋਕਾਂ ਵਾਸਤੇ ਭਲੇ ਦੀਆਂ ਦੁਆਵਾਂ ਕਰਦੇ ਰਹਿੰਦੇ ਨੇ। ਜਿਹੜੇ ਆਰਟਿਸਟ ਹੁੰਦੇ ਨੇ ਇਹ ਵੀ ਫਕੀਰੇ ਹੁੰਦੇ ਨੇ, ਇਹ ਲੋਕਾਂ ਨੂੰ ਖੁਸ਼ੀਆਂ ਵੰਡਦੇ ਨੇ, ਆਪਣੇ ਸੰਗੀਤ ਰਾਹੀਂ ਖੁਸ਼ੀਆਂ ਵੰਡਦੇ ਨੇ। ਅਸਲੀ ਆਰਟਿਸਟ ਉਹੀ ਹੁੰਦਾ ਕਹਿੰਦੇ ਜਿਹੜਾ ਆਪਣੀ ਜ਼ਿੰਦਗੀ ਤੋਂ ਪਰੇ ਹੋ ਕੇ ਲੋਕਾਂ ਲਈ ਜਿਉਂਦਾ ਹੈ। ਕਹਿੰਦੇ ਇਸ ਕਰਕੇ ਤੈਨੂੰ ਜਾਣਾ ਚਾਹੀਦਾ ਹੈ, ਤੂੰ ਜਾ ਉੱਥੇ ਸ਼ੂਟ ਕਰ, ਅਤੇ ਕੋਈ ਗੱਲ ਨਹੀਂ। ਕਹਿੰਦੇ ਮੈਂ ਠੀਕ ਹਾਂ ਹੁਣ, ਵੀ ਬੱਚੇ ਮੇਰੇ ਕੋਲ ਹੈਗੇ ਨੇ। ਅਤੇ ਮੈਂ ਕਿਹਾ ਠੀਕ ਹੈ। ਮੈਂ ਉੱਥੋਂ ਸਵੇਰੇ 3 ਵਜੇ ਚੱਲਦੀ ਸੀਗੀ, ਉੱਥੇ ਪਹੁੰਚਦੀ ਸੀਗੀ, 6 ਘੰਟੇ ਦਾ 5-6 ਘੰਟੇ ਦਾ ਮੋਹਾਲੀ ਤੋਂ ਰਸਤਾ ਹੁੰਦਾ ਸੀਗਾ, ਉੱਥੇ 9 ਵਜੇ ਦਾ ਕਾਲ ਟਾਈਮ ਹੁੰਦਾ ਸੀ, ਉਸ ਤੱਕ ਮੈਂ ਪਹੁੰਚ ਜਾਂਦੀ ਸੀ। ਪੂਰਾ ਦਿਨ ਮੈਂ ਉੱਥੇ ਸ਼ੂਟ ਕਰਦੀ ਸੀਗੀ, ਸ਼ੂਟ ਕਰਕੇ ਮੈਂ ਉੱਥੋਂ 5-6 ਵਜੇ ਵਿਹਲੀ ਹੋਣਾ, ਫਿਰ ਮੈਂ ਸਿੱਧੀ ਫਿਰ ਮੋਹਾਲੀ ਆ ਜਾਣਾ ਉਹਨਾਂ ਦੇ ਕੋਲ। 10 ਦਿਨ ਲਗਾਤਾਰ ਹਫ਼ਤਾ ਇੱਦਾਂ ਚੱਲਦਾ ਰਿਹਾ, ਮੈਂ ਅਪ ਡਾਊਨ ਕਰਦੀ ਹੁੰਦੀ ਸੀਗੀ, ਉੱਥੇ ਜਾਣਾ ਜਲਾਲਾਬਾਦ, ਉੱਥੋਂ ਸ਼ੂਟ ਕਰਕੇ ਫਿਰ ਮੋਹਾਲੀ ਆਉਣਾ, ਮੋਹਾਲੀ ਤੋਂ ਫਿਰ 3 ਵਜੇ 5-6 ਘੰਟੇ ਉਹਨਾਂ ਕੋਲ ਰਹਿ ਕੇ ਫਿਰ ਮੈਂ ਚਲੀ ਜਾਣਾ। ਅਤੇ ਇੱਦਾਂ ਜਦੋਂ ਉਹ ਜਦੋਂ ਫਿਰ ਮੈਂ ਜਾਂਦੀ ਸੀ, ਉਦੋਂ ਉਹ ਜਿਹੜੇ ਸੀਨ ਸੀਗੇ
ਜਦੋਂ ਮੈਂ ਫਿਲਮ ਦੇ ਵਿੱਚ ਦੇਖ ਰਹੀ ਸੀਗੀ ਤੇ ਮੇਰੇ ਹੌਲ ਪੈ ਰਹੇ ਸੀ ਉੱਥੇ ਦੇਖ ਕੇ ਨਾ ਮੈਂ ਕਿਹਾ ਮੈਨੂੰ ਤਾਂ ਇੱਦਾਂ ਲੱਗਦਾ ਸੀ ਨਾ ਉਸ ਟਾਈਮ ਸਰਦੂਲ ਜੀ ਠੀਕ ਹੋ ਗਏ ਸੀ ਵੀ ਹੁਣ ਥੋੜ੍ਹੇ ਦਿਨਾਂ ਤੱਕ ਸਰਦੂਲ ਜੀ ਨੇ ਘਰ ਆ ਜਾਣਾ ਹੈ ਫਿਲਮ ਰਿਲੀਜ਼ ਹੋ ਗਈ ਸਰਦੂਲ ਜੀ ਦੇਖਣਗੇ ਅਤੇ ਪਰ ਉਦੋਂ ਮੇਰਾ ਬੜਾ ਮਨ ਜਿਹਾ ਹੋਰ ਤਰ੍ਹਾਂ ਹੋ ਰਿਹਾ ਸੀਗਾ ਫਿਰ ਘਰ ਆ ਕੇ ਫਿਰ ਮੈਂ ਅੱਖਾਂ ਬੰਦ ਕਰਕੇ ਸਰਦੂਲ ਜੀ ਦੇ ਨਾਲ ਗੱਲਾਂ ਕੀਤੀਆਂ ਮੈਂ ਕਿਹਾ ਮੈਨੂੰ ਪਤਾ ਤੁਸੀਂ ਮੇਰੇ ਕੋਲ ਹੀ ਹੋ ਮੇਰੇ ਨਾਲ ਹੋ ਹਰ ਥਾਂ 'ਤੇ ਮੇਰੇ ਨਾਲ ਹੋ ਜਦੋਂ ਜਦੋਂ ਵੀ ਮੇਰਾ ਕੋਈ ਚੰਗਾ ਕੰਮ ਹੁੰਦਾ ਫਿਲਮ ਰਿਲੀਜ਼ ਹੁੰਦੀ ਹੈ ਤੁਸੀਂ ਮੇਰੇ ਨਾਲ ਹੀ ਹੁੰਦੇ ਹੋ ਤਾਂ ਹੀ ਤਾਂ ਮੈਂ ਕੰਮ ਕਰ ਪਾ ਰਹੀ ਹਾਂ ਨਹੀਂ ਮੈਂ ਤਾਂ ਉੱਠੇ ਨਹੀਂ ਸੀ ਜਾ ਰਿਹਾ ਮੇਰੇ ਦੋ ਵਾਲ ਲੀਕ ਹੋਣ ਲੱਗ ਗਏ ਸੀ ਹਾਰਟ ਦੇ ਸ਼ੂਗਰ ਵਧਣ ਲੱਗ ਗਈ ਸੀ ਬਹੁਤ ਸਾਰੀਆਂ ਚੀਜ਼ਾਂ ਮੇਰੇ ਨਾਲ ਖਰਾਬ ਹੋਣ ਲੱਗ ਗਏ ਸੀ ਔਰਗਨ ਇੱਦਾਂ ਹੋਣ ਲੱਗ ਗਏ ਸੀਗੇ ਕਿਉਂਕਿ ਇੰਨੀ ਜ਼ਿਆਦਾ ਮੈਂ ਡਿਪਰੈਸ਼ਨ ਚਲੇ ਗਈ ਸੀਗੀ ਐਨਜ਼ਾਇਟੀ ਹੁੰਦੀ ਸੀਗੀ ਅਟੈਕ ਹੁੰਦੇ ਸੀ ਐਨਜ਼ਾਇਟੀ ਦੇ ਮੈਂ ਕਿਹਾ ਵੀ ਤੁਸੀਂ ਮੈਨੂੰ ਖੜ੍ਹਾ ਹੀ ਕਰਤਾ ਇੱਕਦਮ ਤੁਸੀਂ ਮੇਰੇ ਅੰਦਰ ਸਮਾ ਗਏ ਆ ਕੇ ਮੈਂ ਕਿਹਾ ਹੁਣ ਮੈਂ ਬਿਲਕੁਲ ਠੀਕ ਹਾਂ ਅਤੇ ਸ਼ੂਗਰ ਵੀ ਨੋਰਮਲ ਆ ਅਤੇ ਮੈਂ ਹੁਣ ਮੈਨੂੰ ਐਨਜ਼ਾਇਟੀ ਵੀ ਨਹੀਂ ਹੁੰਦੀ ਹੈਗੀ ਮੈਂ ਹੁਣ ਠੀਕ ਠਾਕ ਤੁਰੀ ਹੋਈ ਹਾਂ ਅਤੇ ਤੁਸੀਂ ਮੇਰੇ ਨਾਲ ਹੋ ਤਾਂ ਹੀ ਮੈਂ ਤੁਰੀ ਹੋਈ ਹਾਂ ਬਿਲਕੁਲ ਔਰ ਅੱਜ ਦਾ ਦਿਨ ਇੰਨਾ ਸਾਡੇ ਲਈ ਮਤਲਬ ਬਲੈਸਿੰਗਸ ਵਾਲਾ ਦਿਨ ਹੈ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ ਔਰ ਖੁਸ਼ੀ ਇਸ ਗੱਲ ਦੀ ਹੈ ਕਿ ਅਸੀਂ ਅਸਲੀ ਨੂਰੀ ਜੀ ਨੂੰ ਜਿਹੜਾ ਸੁਣ ਪਾ ਰਹੇ ਹਾਂ ਵੇਖ ਪਾ ਰਹੇ ਹਾਂ ਸੋ ਅੱਜ ਦਾ ਪੂਰਾ ਦਿਨ ਅਸੀਂ ਇਸੇ ਘਰ ਦੇ ਵਿੱਚ ਜਿਹੜਾ ਉਹ ਸਪੈਂਡ ਕਰਨ ਵਾਲੇ ਹਾਂ ਔਰ ਇੰਨਾ ਹੀ ਨਹੀਂ ਤੁਸੀਂ ਸਾਨੂੰ ਸਰਦੂਲ ਜੀ ਦੀ ਕਬਰ 'ਤੇ ਵੀ ਲੈ ਕੇ ਜਾਣ ਵਾਲੇ ਹੋ ਨਾ ਸੋ ਅਸੀਂ ਉਹਨਾਂ ਨੂੰ ਵੀ ਮਿਲਾਂਗੇ ਹੈ ਨਾ ਉਹਨਾਂ ਦੀ ਜਿਹੜਾ ਅਹਿਸਾਸ ਹੈ ਉਸ ਉੱਥੇ ਵੀ ਜਾਵਾਂਗੇ ਮੈਂ ਦੇਖ ਰਹੀ ਹਾਂ ਮਰਸੀਡੀਜ਼ ਉਹੀ ਖੜ੍ਹੀ ਹੈ ਨਾ ਇਹ 2 ਸਾਲ ਤੋਂ ਮਤਲਬ ਉਹਨਾਂ ਦੀ ਯਾਦ ਦੇ ਵਿੱਚ ਤੁਸੀਂ ਖੜ੍ਹੀ ਕੀਤੀ ਹੋਈ ਹੈ ਹਾਂਜੀ ਹਾਂਜੀ ਮਰਸੀਡੀਜ਼ ਦੇ ਵਿੱਚ ਸ਼ੋਜ਼ ਕਰਦੇ ਹੁੰਦੇ ਸੀਗੇ ਸਰਦੂਲ ਜੀ ਜਾਂਦੇ ਹੁੰਦੇ ਸੀਗੇ ਅਸੀਂ ਜਦੋਂ ਸਾਡਾ ਫੈਮਿਲੀ ਟ੍ਰਿਪ ਹੁੰਦਾ ਸੀ ਕਿਤੇ ਵੀ ਅਸੀਂ ਫੈਮਿਲੀ ਨੇ ਘੁੰਮਣ ਫਿਰਨ ਜਾਣਾ ਫ੍ਰੀ ਹੁੰਦੇ ਸੀਗੇ ਬੱਚਿਆਂ ਨੂੰ ਲੈ ਕੇ ਅਸੀਂ ਉਦੋਂ ਅਸੀਂ ਮਰਸੀਡੀਜ਼ ਦੇ ਵਿੱਚ ਜਾਂਦੇ ਹੁੰਦੇ ਸੀਗੇ ਅਤੇ 2 ਸਾਲ ਤੋਂ ਜਦੋਂ ਦੇ ਉਹ ਗਏ ਨੇ 2 ਸਾਲ ਤੋਂ ਇਹ ਵੀ ਅਸੀਂ ਇੱਦੀ ਖੜ੍ਹੀ ਸੀਗੀ ਜਿਵੇਂ ਉਹਨਾਂ ਨੂੰ ਵੀ ਵੇਟ ਕਰ ਰਹੀ ਹੋਵੇ ਬੈਰਾਗ 'ਚ ਹੋਵੇ ਹੁਣ ਅਸੀਂ ਇਹਨੂੰ ਵੀ ਜਿਵੇਂ ਸਾਰੀਆਂ ਚੀਜ਼ਾਂ ਉਹਨਾਂ ਦੀ ਜਿਵੇਂ ਮੈਂ ਆਪਣੇ ਆਪ ਨੂੰ ਜ਼ਿੰਦਗੀ ਦਿੱਤੀ ਹੈ ਜਿਉਣਾ ਸ਼ੁਰੂ ਕੀਤਾ ਬੱਚਿਆਂ ਨੂੰ ਅੰਦਰ ਜ਼ਿੰਦਗੀ ਉਹਨਾਂ ਦੇ ਭਰੀ ਵੀ ਤੁਸੀਂ ਵੀ ਜਿਉਣਾ ਸ਼ੁਰੂ ਕਰੋ ਪਾਪਾ ਤੁਹਾਡੇ ਨਾਲ ਹੀ ਨੇ ਮੇਰੇ ਅੰਦਰ ਹੀ ਨੇ ਉਹ ਉਹਨਾਂ ਦੀ ਇੱਕ ਇੱਕ ਚੀਜ਼ ਜਿਹੜੀ ਉਹਨਾਂ ਦੇ ਨਾਲ ਅਟੈਚ ਸੀਗੀ ਜਿਹੜੀ ਉਹਨਾਂ ਨੇ ਹੰਢਾਈ ਆ ਤੇ ਉਹਨਾਂ ਨੂੰ ਹੁਣ ਮੁੜ ਕੇ ਫਿਰ ਸਰਜੀਵ ਕਰਕੇ ਨਾਲ ਤੋਰਾਂਗੇ ਕੀ ਬਾਤ ਕਰਾਂਗੇ ਤੇ ਮੈਂ ਜ਼ਰੂਰ ਚਾਹਾਂਗੀ ਅੱਜ ਅਸੀਂ ਤੁਹਾਨੂੰ ਵੀ ਵਿਖਾਵਾਂਗੇ ਸਰਦੂਲ ਜੀ ਦਾ ਆਫਿਸ ਹੈ ਉੱਥੇ ਉਹਨਾਂ ਦੀਆਂ ਕੁਝ ਤਸਵੀਰਾਂ ਨੇ ਲੇਕਿਨ ਆਫਿਸ 'ਚ ਜਾਣ ਤੋਂ ਪਹਿਲਾਂ ਮੈਂ ਤਸਵੀਰਾਂ ਬਾਰੇ ਜ਼ਰੂਰ ਗੱਲ ਕਰਨਾ ਚਾਹਾਂਗੀ ਤੁਹਾਡੇ ਹਰ ਕਮਰੇ ਦੇ ਵਿੱਚ ਤੁਹਾਡੇ ਪੂਰੇ ਘਰ ਦੇ ਵਿੱਚ ਇੰਨੀਆਂ ਫੋਟੋਜ਼ ਹੈਗੀਆਂ ਨੇ ਇਹ ਸ਼ੌਂਕ ਕਿਹਨੂੰ ਹੈ ਪਹਿਲੇ ਤਾਂ ਫੋਟੋਜ਼ ਦਾ ਇੰਨੀਆਂ ਫੋਟੋਜ਼ ਕੈਪਚਰ ਕਿੰਨੇ ਕੀਤੀਆਂ ਹੋਈਆਂ ਸਾਨੂੰ ਦੋਨਾਂ ਨੂੰ ਸ਼ੌਂਕ ਸੀ ਸਾਡੇ ਦੋਨਾਂ ਦੇ ਸ਼ੌਂਕ ਇੱਕੋ ਜਿਹੇ ਸੀ ਮੇਰੇ ਵੀ ਸਰਦੂਲ ਜੀ ਦੇ ਵੀ ਸਾਨੂੰ ਫੋਟੋਗ੍ਰਾਫੀ ਦਾ ਦੋਨਾਂ ਨੂੰ ਬਹੁਤ ਸ਼ੌਂਕ ਸੀਗਾ ਔਰ ਬਾਗਬਾਨੀ ਦਾ ਘੁੰਮਣ ਫਿਰਨ ਦਾ ਦੋਨਾਂ ਨੂੰ ਜਦੋਂ ਅਸੀਂ ਫ੍ਰੀ ਹੁੰਦੇ ਹੁੰਦੇ ਸੀਗੇ ਅਸੀਂ ਫਿਰ ਕਿਤੇ ਨਾ ਕਿਤੇ ਘੁੰਮਣ ਚਲੇ ਜਾਂਦੇ ਸੀ ਕੁਦਰਤ ਦੀ ਗੋਦ ਵਿੱਚ ਹੁੰਦੇ ਸੀ ਜਾਂ ਤਾਂ ਅਸੀਂ ਪਹਾੜਾਂ ਵਾਲੇ ਪਾਸੇ ਚਲੇ ਜਾਂਦੇ ਸੀਗੇ ਉੱਤੇ ਪੂਰੇ ਪਹਾੜਾਂ ਦੇ ਸਿਖਰ 'ਤੇ ਹਰਿਆਵਲ ਦੇ ਵਿੱਚ ਜਾਂ ਫਿਰ ਅਸੀਂ ਸਮੁੰਦਰ ਦੇ ਕਿਨਾਰੇ ਜਾਂਦੇ ਹੁੰਦੇ ਸੀ ਉੱਥੇ ਬੈਠ ਕੇ ਅੱਖਾਂ ਬੰਦ ਕਰਕੇ ਬਹਿ ਜਾਂਦੇ ਹੁੰਦੇ ਸੀ ਉਸ ਪਾਣੀ ਦੀ ਆਵਾਜ਼ ਇੱਕ ਆਪਣੀ ਕੁਝ ਹਾਰਮਨੀ ਹੁੰਦੀ ਸੀਗੀ ਉਸ ਥਾਂ ਦੀ ਆਵਾਜ਼ਾਂ ਆਉਂਦੀਆਂ ਸੀ ਉੱਥੋਂ ਇੱਕ ਸੋਹਣੀਆਂ ਸੋਹਣੀਆਂ ਸੰਗੀਤ ਚੱਲਦਾ ਸੀਗਾ ਅਤੇ ਅਸੀਂ ਉਹ ਦੋਨੋਂ ਸੁਣਦੇ ਸੀ ਬੈਠ ਕੇ ਇੱਕ ਦੂਜਾ ਹੱਥ ਫੜ ਕੇ ਜਾਂ ਫਿਰ ਪਹਾੜਾਂ 'ਤੇ ਜਾ ਕੇ ਉਹ ਪੱਤਿਆਂ ਦੇ ਵਿੱਚੋਂ ਦੀ ਹੋ ਕੇ ਆਵਾਜ਼ਾਂ ਹਵਾ ਦੀਆਂ ਪੱਤਿਆਂ 'ਚੋਂ ਨਿਕਲਦੀਆਂ ਸੀ ਆਵਾਜ਼ਾਂ ਚਿੜੀਆਂ ਪੰਛੀ ਉਹ ਸੁਣਦੇ ਹੁੰਦੇ ਸੀਗੇ ਅਤੇ ਬਸ ਆਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਸੀਗੀਆਂ ਫਿਰ ਅਸੀਂ ਉੱਥੋਂ ਸੋਹਣੇ ਸੋਹਣੇ ਥਾਵਾਂ ਤੋਂ ਫੋਟੋਆਂ ਖਿੱਚਦੇ ਰਹਿੰਦੇ ਹੁੰਦੇ ਸੀ ਹਾਂ ਮੈਂ ਦੇਖਿਆ ਬਹੁਤ ਕਲੈਕਸ਼ਨ ਹੈ ਤੁਹਾਡੇ ਤਾਂ ਵਿਆਹ ਦੀ ਐਲਬਮ ਹੀ ਬਹੁਤ ਸੋਹਣੀ ਹੈ ਉਹ ਵੀ ਅਸੀਂ ਵੇਖ ਕੇ ਆਏ ਹਾਂ ਅੰਦਰ ਹੈ ਨਾ ਸੋ ਬਹੁਤ ਹੀ ਦੇਰ ਨਾ ਕਰਦੇ ਹੋਏ ਆ ਤੁਸੀਂ ਪਲੀਜ਼ ਅੱਜ ਸਾਨੂੰ ਆਫਿਸ ਦਿਖਾਓਗੇ ਸਰ ਦਾ ਰਿਕੁਐਸਟ ਹੈ ਬਿਲਕੁਲ ਬਿਲਕੁਲ ਰਿਕੁਐਸਟ ਨਹੀਂ ਹੈ ਤਾਂ ਚਲੋ ਤੁਹਾਨੂੰ ਦਿਖਾਵਾਂਗੀ ਅਤੇ ਉਹਦਾ ਵੀ ਹੁਣ ਜਿੰਨੇ ਉਹ ਛੱਡ ਕੇ ਗਏ ਜਿਵੇਂ ਚੀਜ਼ਾਂ ਸੀਗੀਆਂ ਉਵੇਂ ਹੀ ਪਈਆਂ ਨੇ ਹੁਣ ਹੁਣ ਮੈਂ ਆਪਣੇ ਆਪ ਨੂੰ ਸੈੱਟ ਕੀਤਾ ਹੁਣ ਬੱਚਿਆਂ ਨੂੰ ਵੀ ਸੈੱਟ ਕਰ ਰਹੀ ਹਾਂ ਹੁਣ ਜਿੰਨਾ ਸਾਰਾ ਚੀਜ਼ਾਂ ਸੀ ਉਹਨਾਂ ਨੂੰ ਵੀ ਮੈਂ ਹੁਣ ਸੈੱਟ ਕਰਕੇ ਸਾਰਿਆਂ ਨੂੰ ਮੁੜ ਕੇ ਸਰਜੀਵ ਕਰ ਰਹੇ ਹਾਂ ਮਾਲਕ ਦੀ ਰਹਿਮਤ ਆ ਸਾਡੇ ਚਾਹੁਣ ਵਾਲੇ ਆ ਜਿੰਨੇ ਵੀ ਉਹਨਾਂ ਦਾ ਪਿਆਰ ਆ ਉਹਨਾਂ ਨੇ ਹੌਸਲਾ ਦਿੱਤਾ ਔਰ ਜਿੰਨੇ ਵੀ ਇਸ ਧਰਤੀ ਦੇ ਉੱਤੇ ਵਿਰਾਜਮਾਨ ਸਰੀਰਕ ਤੌਰ 'ਤੇ ਵਿਰਾਜਮਾਨ ਸੰਤ ਪੁਰਸ਼ ਨੇ ਮਹਾਂਪੁਰਸ਼ ਨੇ ਇੱਥੇ ਗੁਰੂ ਰੂਪ ਨੇ ਮੁਰਸ਼ਦ ਨੇ ਉਹਨਾਂ ਦੀ ਬਲੈਸਿੰਗ ਦੇ ਨਾਲ ਸਾਰਾ ਕੁਝ ਕਰ ਰਹੀ ਹਾਂ ਜੀ ਬਿਲਕੁਲ ਔਰ ਯਕੀਨ ਮੰਨਣਾ ਸਾਨੂੰ ਜੋ ਇਸ ਟਾਈਮ ਦੇਖ ਰਹੇ ਨੇ ਔਰ ਮੈਨੂੰ ਵੀ ਨਿੱਜੀ ਤੌਰ 'ਤੇ ਇੰਨਾ ਵਧੀਆ ਲੱਗਦਾ ਤੁਹਾਨੂੰ ਇੰਜ ਵੇਖ ਕੇ ਅਸੀਂ ਜਾਣਦੇ ਹਾਂ ਕਿ ਅੰਦਰ ਇੱਕ ਜਿਹੜਾ ਹੈ ਕਿਤੇ ਨਾ ਕਿਤੇ ਕੀ ਕਹਿ ਸਕਦੇ ਹਾਂ ਆਪਾਂ ਇੱਕ ਉਦਾਸੀ ਹੈਗੀ ਹੈ ਲੇਕਿਨ ਜੇ ਤੁਸੀਂ ਉਸ ਉਦਾਸੀ ਨੂੰ ਕਮਜ਼ੋਰੀ ਨਾ ਬਣਾਉਂਦੇ ਹੋਇਆ ਆਪਣੀ ਸਟਰੈਂਥ ਬਣਾ ਰਹੇ ਹੋ ਕੰਮ ਕਰ ਰਹੇ ਹੋ ਖੁਸ਼ੀਆਂ ਵੰਡ ਰਹੇ ਹੋ ਤਾਂ ਬੜਾ ਸ਼ੁਕਰੀਆ ਤੁਹਾਡਾ ਮੈਨੂੰ ਨਾ ਸਰਦੂਲ ਜੀ ਇੱਕ ਗੱਲ ਕਹਿੰਦੇ ਹੁੰਦੇ ਸੀ ਕਾਮਿਆਂ ਨੀ ਉਹ ਕਹਿੰਦੇ ਹੁੰਦੇ ਜਦੋਂ ਤੁਹਾਡੇ ਅੰਦਰ ਨਾ ਗੁੱਸਾ ਆ ਜਾਵੇ ਜਾਂ ਬਹੁਤ ਉਦਾਸੀ ਆ ਜਾਵੇ ਉਹਨੂੰ ਆਪਣੀ ਪਾਵਰ ਬਣਾ ਲਓ ਗੁੱਸੇ ਨੂੰ ਆਪਣੀ ਪਾਵਰ ਗੁੱਸੇ ਨੂੰ ਅੰਦਰ ਹੀ ਸ਼ਾਂਤ ਕਰ ਦਿਓ ਪਰ ਉਹ ਐਨਰਜੀ ਹੈ ਇੱਕ ਕਹਿੰਦੇ ਉਹ ਇੱਕ ਮਹਾਂਪੁਰਸ਼ ਸੀਗੇ ਸਰਦੂਲ ਜੀ
ਮੈਨੂੰ ਪੈਰ ਪੈਰ ਤੇ ਗਾਈਡ ਕਰਦੇ ਹੁੰਦੇ ਸੀਗੇ। ਪ੍ਰੇਮ ਕਰਨਾ ਉਹਨਾਂ ਨੇ ਸਿਖਾਇਆ ਮੈਨੂੰ। ਉਹਨਾਂ ਨੇ ਕਿਹਾ ਵੀ ਗੁੱਸੇ ਨੂੰ ਤੁਸੀਂ ਬਾਹਰ ਨਾ ਕੱਢੋ, ਗੁੱਸੇ ਦੇ ਰੂਪ 'ਚ ਉਹਨੂੰ ਐਨਰਜੀ ਬਣਾ ਕੇ ਆਪਣਾ ਜਿਹੜਾ ਉਹ ਜੋਸ਼ ਆ ਐਨਰਜੀ ਵਾਲਾ ਉਹਨੂੰ ਕਿਸੇ ਸੋਹਣੇ ਜਿਹੇ ਕੰਮ 'ਤੇ ਲਾ ਦਿਉ। ਜੇ ਉਦਾਸੀ ਅੰਦਰ ਦੀ ਤਾਂ ਉਹਨੂੰ ਵੀ ਤੁਸੀਂ ਬੈਠ ਜਾਓ, ਉਸ ਉਦਾਸੀ ਨੂੰ ਪਰਮਾਤਮਾ ਦੇ ਨਾਲ ਲਾ ਕੇ ਪਰਮਾਤਮਾ ਵਾਸਤੇ ਹੰਝੂ ਵਗਾਓ, ਵਿਰਾਗ ਲਿਆਓ। ਵਿਰਾਗ ਤੁਹਾਡੇ ਅੰਦਰ ਹੈਗਾ ਹੀ ਆ, ਤੁਸੀਂ ਪਰਮਾਤਮਾ ਨੂੰ ਯਾਦ ਕਰਕੇ ਉਹਦੇ ਉਹਦੇ ਵਿੱਚ ਉਹਦੇ ਵਾਸਤੇ ਹੰਝੂ ਵਹਾਓ। ਕਹਿੰਦੇ ਉਹ ਫਿਰ ਤੁਹਾਡੇ ਕਿਸੇ ਲੇਖੇ ਲੱਗਣਗੇ, ਦੁਨੀਆ ਵਾਸਤੇ ਨਹੀਂ। ਦੁਨੀਆ ਨੂੰ ਉਦਾਸੀ ਵੀ ਨਹੀਂ ਦਿਖਾਉਣੀ, ਦੁਨੀਆ ਨੂੰ ਗੁੱਸਾ ਵੀ ਨਹੀਂ ਦਿਖਾਉਣਾ। ਬਸ ਇਹ ਦੋ ਚੀਜ਼ਾਂ ਉਹਨਾਂ ਨੇ ਸਿਖਾਈਆਂ, ਸਬਰ ਸ਼ੁਕਰ। ਬਸ ਇਹਨਾਂ ਦੇ ਵਿੱਚ ਭਾਣੇ 'ਚ ਜਿਉਣਾ ਹੈ। ਪਰ ਜਦੋਂ ਕਦੇ ਰੋਣਾ ਆਵੇ, ਉਦਾਸ ਹੋ ਜਾਵੇ ਤਾਂ ਰੱਬ ਦੇ ਅੱਗੇ ਬੈਠ ਕੇ ਰੋਣਾ ਹੈ, ਉਹਦਾ ਨਾਮ ਸਿਮਰਨ ਕਰਦੇ ਕਰਦੇ। ਸੋ ਬਹੁਤ ਸਾਰੇ ਮਹਾਂਪੁਰਸ਼ ਨੇ ਜਿਹੜੇ ਮੈਨੂੰ ਇਹ ਚੀਜ਼ਾਂ ਦਿਖਾਈਆਂ ਨੇ, ਅਤੇ ਮੈਂ ਸ਼ੁਕਰੀਆ ਅਦਾ ਕਰਦੀ ਹਾਂ ਇਸ ਮਾਲਕ ਦਾ ਜਿਹਨੇ ਦੁਨੀਆ ਸਿਰਜੀ ਆ, ਜਿਹਨੇ ਮੇਰੇ ਨਾਲ ਇਹ ਚੀਜ਼ਾਂ ਸਾਰੀਆਂ ਤੋਰੀਆਂ ਨੇ, ਐਡੇ ਚੰਗੇ ਚੰਗੀਆਂ ਰੂਹਾਂ ਮੇਰੇ ਨਾਲ ਤੋਰਤੀਆਂ, ਚਾਹੇ ਉਹ ਸਰੀਰਕ ਤੌਰ 'ਤੇ ਬੈਠੀਆਂ ਨੇ, ਚਾਹੇ ਉਹ ਰੂਹਾਨੀ ਤੌਰ 'ਤੇ ਬੈਠੀਆਂ ਨੇ, ਉਹ ਸਾਰੀਆਂ ਮੇਰੇ ਨਾਲ ਜਦੋਂ ਜਦੋਂ ਮੈਂ ਡੋਲਦੀ ਮੈਨੂੰ ਸਾਂਭ ਲੈਂਦੇ ਨੇ ਆ ਕੇ ਉਹ। ਸੋ ਬਹੁਤ ਵਧੀਆ ਲੱਗਦਾ ਹੈ ਕਿ ਤੁਸੀਂ ਇਸ ਟਾਈਮ ਹਰ ਚੀਜ਼ ਨੂੰ ਸਮਝ ਰਹੇ ਹੋ, ਆਪਣੇ ਆਪ ਨੂੰ ਅੰਦਰੋਂ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਔਰ ਯਕੀਨ ਮੰਨਣਾ, ਅਸੀਂ ਜਿੰਨਾ ਖੁਸ਼ ਹੁੰਦੇ ਹਾਂ ਤੁਹਾਨੂੰ ਵੇਖ ਕੇ, ਓਨਾ ਹੀ ਸਾਥ ਸਾਡਾ ਤੁਹਾਡੇ ਨਾਲ ਬਣਿਆ ਰਹੇਗਾ। ਸੋ ਹੁਣ ਅਸੀਂ ਚੱਲਦੇ ਹਾਂ, ਗੱਲਾਂ ਬਾਤਾਂ ਦੇ ਸਿਲਸਿਲਾ ਨੂੰ ਅੱਗੇ ਲੈ ਕੇ ਜਾਵਾਂਗੇ, ਲੇਕਿਨ ਔਫਿਸ ਲੈ ਕੇ ਚੱਲਦੇ ਹਾਂ ਅੱਜ ਅਸੀਂ ਤੁਹਾਨੂੰ, ਕਿਉਂਕਿ ਮੈਨੂੰ ਲੱਗਦਾ ਬਹੁਤ ਟਾਈਮ ਤੋਂ ਬਾਅਦ ਅਸੀਂ ਇਸ ਔਫਿਸ ਦੇ ਅੰਦਰ ਜਾ ਕੇ ਵੇਖਾਂਗੇ। ਸੋ ਚਲੀਏ। ਹਾਂਜੀ, ਤੁਸੀਂ ਖੁਦ ਕਿੰਨੇ ਟਾਈਮ ਬਾਅਦ ਆਇਓ ਇੱਥੇ? ਮੈਂ ਵਿੱਚ ਵਿੱਚ ਕਿਤੇ ਕਿਤੇ ਆਉਂਦੇ ਨੇ ਮੇਰਾ, ਫਿਰ ਕਈ ਵਾਰੀ ਨਾ ਆ ਕੇ ਹੋਰ ਤਰ੍ਹਾਂ ਹੋ ਜਾਂਦੀ, ਕਿਉਂਕਿ ਸਰਦੂਲ ਜੀ ਹਮੇਸ਼ਾ ਇੱਥੇ ਬੈਠੇ ਹੁੰਦੇ ਸੀਗੇ, ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀਗੀਆਂ ਅਤੇ ਸਾਰੀ ਬੁਕਿੰਗ ਇੱਥੇ ਹੁੰਦੀ ਹੁੰਦੀ ਸੀਗੀ। ਵੈਸੇ ਤਾਂ ਇੱਕ ਔਫਿਸ ਸਾਡਾ ਸ਼ਹਿਰ ਦੇ ਅੰਦਰ ਵੀ ਹੈਗਾ, ਪਰ ਜਦੋਂ ਦੇ ਅਸੀਂ ਇਸ ਘਰ ਦੇ ਵਿੱਚ ਆਏ ਸੀ, ਫਿਰ ਉਹਨਾਂ ਨੇ ਆਪ ਆਪਣੇ ਹੱਥਾਂ ਨਾਲ ਬਣਾਇਆ ਸਾ, ਇੱਕ ਇੱਕ ਚੀਜ਼ ਉਹਨਾਂ ਨੇ ਕੋਲ ਖੜ੍ਹ ਕੇ ਆਪ ਡਿਜ਼ਾਇਨ ਕੀਤਾ, ਇਹਨੂੰ ਪੂਰਾ ਆਪ ਡਿਜ਼ਾਇਨ ਕੀਤਾ ਇੱਕ ਇੱਕ ਚੀਜ਼, ਅਤੇ ਤਾਂ ਕਰਕੇ ਵੀ ਮੈਨੂੰ ਹੁੰਦਾ ਫਿਰ, ਪਰ ਮੈਂ ਆਉਂਦੀ ਹਾਂ ਮੈਨੂੰ ਲੱਗਦਾ ਹੁੰਦਾ ਵੀ ਇੱਥੇ ਹੀ ਨੇ, ਨਾਲ ਹੀ ਨੇ ਕਿਤੇ, ਹੈ ਨਾ। ਪਰ ਉਦਾਸ ਵੀ ਹੁੰਦਾ ਹੈ ਮਨ ਮੇਰਾ। ਇਹ ਇਹ ਤਸਵੀਰ ਜਿਹੜੀ ਹੈ, ਹੈ ਨਾ, ਇਹ ਮਤਲਬ ਬਾਹਰ ਵੀ ਇਹੀ ਲੱਗੀਆਂ ਹੋਈਆਂ? ਇਹ ਮੈਂ ਇਸ ਕਰਕੇ ਲਾਈ ਹੋਈ ਹਾਂ ਬਹੁਤ ਜ਼ਿਆਦਾ, ਵੀ ਜਿਵੇਂ ਨਾ ਮੈਨੂੰ ਇੱਦਾਂ ਕਹਿ ਰਹੇ ਵੀ ਆ ਜਾ, ਫਿਰ ਮੈਨੂੰ ਇੱਦਾਂ ਹੁੰਦਾ ਕਿ ਕਈ ਵਾਰੀ ਮੈਂ ਨਾ ਇੱਦਾਂ ਆਪਣਾ ਮਨ ਜਾ ਕਰਕੇ ਇੱਦਾਂ ਇਹਨਾਂ ਨੂੰ ਇੱਦਾਂ ਟੱਚ ਕਰ ਲੈਂਦੀ ਹਾਂ, ਵੀ ਲੱਗਦਾ ਹੁੰਦਾ ਵੀ ਮੈਂ ਮੈਨੂੰ ਗਲਵੱਕੜੀ ਪਾਈ ਹੋਈ ਉਹਨਾਂ ਨੇ, ਮੈਂ ਅੱਖਾਂ ਬੰਦ ਕਰ ਲੈਂਦੀ ਹੁੰਦੀ ਹਾਂ ਜੀ। ਸੋ ਤਾਂ ਹੀ ਤੁਹਾਨੂੰ ਤਾਂ ਹੁਣੇ ਕਿਸੇ ਬਹੁਤ ਸੰਤ ਮਹਾਂਪੁਰਸ਼ ਨੇ ਹੀਰ ਵੀ ਦਿੱਤੀ ਹੈ, ਹੈ ਨਾ, ਵੀ ਤੁਹਾਨੂੰ ਹੀ ਤੁਹਾਡਾ ਰੂਪ ਦਿੱਤਾ ਹੈ, ਤੁਹਾਨੂੰ ਕਿੱਦਾਂ ਪਤਾ? ਬਸ ਪਤਾ ਹੈ, ਅਤੇ ਇਸੇ ਲਈ ਮੈਂ ਸ਼ੁਰੂ 'ਚ ਹੀ ਕਿਹਾ ਸੀ ਵੀ ਰੱਬੀ ਰੂਹਾਂ ਹੁੰਦੀਆਂ ਨੇ ਤੁਹਾਨੂੰ ਮਿਲ ਕੇ, ਹਮੇਸ਼ਾ ਇੱਦਾਂ ਲੱਗਦਾ ਜਿੱਦਾਂ ਤੁਸੀਂ ਪਿਆਰ ਹਜੇ ਵੀ ਵਿਖਾਉਂਦੇ ਹੋ, ਅਤੇ ਕੁਛ ਜੋੜੀਆਂ ਹਮੇਸ਼ਾ ਨਾ ਜ਼ਿੰਦਗੀ ਦੇ ਵਿੱਚ ਅਮਰ ਹੋ ਜਾਂਦੀਆਂ ਨੇ। ਸੋ ਇਹ ਤਾਂ ਹੈ ਹੀ, ਸਾਡੇ ਇੱਕ ਇਹੋ ਜਿਹੇ ਲੈਜੈਂਡ ਨੇ ਜੋ ਅਮਰ ਨੇ, ਔਰ ਇਹਨਾਂ ਦੇ ਨਾਲ ਤਾਂ ਹੀ ਨੂਰੀ ਜਿਹੜੇ ਹੈ ਨਾ, ਉਹ ਹਮੇਸ਼ਾ ਇਹਨਾਂ ਨੂੰ ਵੀ ਜਿਉਂਦਾ ਰੱਖਦੀ ਹੈ ਅਤੇ ਆਪ ਵੀ ਜਿਉਂਦੀ ਹੈ, ਅਤੇ ਦੁਨੀਆ ਦੇ ਵਿੱਚ ਇੱਕ ਜਿਹੜਾ ਸਿੰਬਲ ਹੈ ਪਿਆਰ ਦਾ, ਉਹ ਤੁਸੀਂ ਅੱਜ ਆਪਣੇ ਜ਼ਰੀਏ ਜਿਹੜਾ ਦਿਖਾ ਰਹੇ ਹੋ। ਸੋ ਇਹ ਵੀ ਬਹੁਤਿਆਂ ਲਈ ਇੱਕ ਬਹੁਤ ਚੰਗੀ ਮਿਸਾਲ ਹੈ ਪਿਆਰ ਦੀ, ਇਸ਼ਕ ਦੀ, ਮੁਹੱਬਤ ਦੀ, ਕਿਉਂਕਿ ਇਸ਼ਕ ਇੱਕ ਦੁਨਿਆਵੀ ਹੁੰਦਾ ਹੈ, ਇੱਕ ਹੁੰਦਾ ਰੂਹਾਨੀ, ਹੈ ਨਾ। ਜਦੋਂ ਦੁਨਿਆਵੀ ਪਿਆਰ ਹੁੰਦਾ ਨਾ, ਉਹ ਥੋੜ੍ਹੀ ਦੇਰ ਦਾ ਹੁੰਦਾ, ਅਟਰੈਕਸ਼ਨ ਹੁੰਦੀ ਆ, ਖਤਮ ਹੋ ਜਾਂਦਾ ਹੈ, ਸਰੀਰ ਤੱਕ ਹੀ ਸੀਮਤ ਹੁੰਦਾ, ਉਹ ਸਰੀਰ ਤੋਂ ਅੱਗੇ ਨਹੀਂ ਜਾਂਦਾ ਹੈਗਾ। ਜਿਹੜਾ ਰੂਹਾਨੀ ਇਸ਼ਕ ਹੁੰਦਾ, ਪ੍ਰੇਮ ਹੁੰਦਾ, ਉਹ ਇਹ ਸਰੀਰ ਮਿੱਟੀ ਪੰਜ ਤੱਤਾਂ ਨੂੰ ਪਾਰ ਕਰਕੇ ਅੰਦਰ ਜਿਹੜੀ ਤੁਹਾਡੀ ਰੂਹ ਵਾਸਤੇ ਇੱਕ ਜੋਤ ਜਲ ਰਹੀ ਤੁਹਾਡੀ, ਤੁਸੀਂ ਜੋ ਕਿੱਥੇ ਹੈਗੇ ਆ ਸੈਂਟਰ ਤੁਹਾਡਾ, ਉੱਥੇ ਚੀਰ ਕੇ ਪਹੁੰਚ ਜਾਂਦਾ। ਅਤੇ ਸਾਡੀਆਂ ਰੂਹਾਂ ਇੱਦਾਂ ਹੀ ਸੀਗੀਆਂ, ਸੋ ਅਸੀਂ ਇਸ ਸਰੀਰ ਦੇ ਮੁਹਤਾਜ ਨਹੀਂ ਹੈਗੇ ਵੀ ਇਹ ਪੰਜ ਤੱਤਾਂ ਦਾ ਪੁਤਲਾ ਹੀ ਹੋਊਗਾ ਤਾਂ ਹੀ ਆ, ਨਹੀਂ, ਇਹ ਬਿਖਰ ਵੀ ਜਾਵੇ, ਖਤਮ ਵੀ ਹੋ ਜਾਵੇ, ਕੋਈ ਗੱਲ ਨਹੀਂ, ਇਹਦੀ ਜ਼ਿੰਦਗੀ ਹੁੰਦੀ ਹੈ, ਇਹ ਟਾਈਮ ਕਾਲ ਦੇ ਵਿੱਚ ਹੁੰਦਾ ਹੈ, ਕਾਲ ਦੇ ਵਿੱਚ ਹੁੰਦਾ। ਪਰ ਉਹ ਅਕਾਲ ਆ ਜਿਹੜੀ ਰੂਹ ਆ, ਉਹ ਅਕਾਲ ਆ, ਉਹ ਕਿਸੇ ਸਮੇਂ 'ਚ ਬੰਨੀ ਨਹੀਂ ਹੋਈ, ਨਾ ਉਹ ਖਤਮ ਹੁੰਦੀ ਆ, ਨਾ ਉਹ ਜਨਮ ਲੈਂਦੀ ਆ, ਨਾ ਮਰਦੀ ਆ ਉਹ। ਸੋ ਅਸੀਂ ਉਸ ਰੂਹਾਂ ਨੂੰ ਪਿਆਰ ਕੀਤਾ, ਮੈਂ ਤਾਂ ਉਹ ਜਿਹੜਾ ਉਹ ਇਸ਼ਕ ਹੁੰਦਾ ਨਾ, ਰੂਹਾਨੀ ਇਸ਼ਕ ਹੁੰਦਾ, ਉਹ ਸਰੀਰ ਨੂੰ ਪਾਰ ਕਰਕੇ ਚਲੇ ਜਾਂਦਾ ਹੈ। ਸੋ ਸਾਡੀਆਂ ਰੂਹਾਨੀ ਤੌਰ 'ਤੇ ਰੂਹਾਂ ਜੁੜੀਆਂ ਹੋਈਆਂ, ਅਸੀਂ ਕਿਤੇ ਨਹੀਂ ਗਏ ਉਹ ਮੇਰੇ ਤੋਂ, ਅਤੇ ਉਹ ਮੇਰੇ ਨਾਲ ਹੀ ਨੇ। ਰਾਈਟ, ਸੋ ਔਫਿਸ ਵੀ ਅਸੀਂ ਵੇਖ ਚੁੱਕੇ ਹਾਂ, ਅਤੇ ਹੁਣ ਅਸੀਂ ਜਾਵਾਂਗੇ ਉੱਥੇ ਪੌਦੇ ਲਗਾਉਣ, ਹੈ ਨਾ। ਹਾਂਜੀ ਹਾਂਜੀ, ਅੱਜ ਵੀ ਉਹਨਾਂ ਦੀ ਸਰਦੂਲ ਜੀ ਦੀ ਕਬਰ 'ਤੇ ਜਮਿਆ, ਕਿਉਂਕਿ ਬਰਸਾਤਾਂ ਸ਼ੁਰੂ ਹੋ ਰਹੀਆਂ ਨੇ, ਅਤੇ ਮੈਨੂੰ ਇੱਦਾਂ ਸੀਗਾ ਕਿ ਉੱਥੇ ਹੁਣ ਪੇੜ ਪੌਦੇ ਜਿਹੜੇ ਵੀ ਮਿੱਠੇ ਕੋਈ ਅੰਬਾਂ ਵਾਲੇ ਜਾਂ ਫਰੂਟ ਵਾਲੇ ਲਗਾਵਾਂਗੇ, ਅਤੇ ਉਹ ਪਾਣੀ ਕੁਦਰਤ ਦਾ ਹੀ ਪਾਣੀ ਮਿਲ ਜਾਏਗਾ, ਕਿਉਂਕਿ ਹਜੇ ਉੱਥੇ ਬਹੁਤ ਕੁਛ ਕਰਨ ਵਾਲਾ ਪਿਆ ਹੈ,
हजे मैं सिर्फ बच्चों सैट कर रही हूँ, अपने आप को सैट कर रही हूँ, हौली हौली करके उत्थे बहुत कुछ करने वाला हैगा उत्थे, क्योंकि मैं इकली हाँ तो जिन्ना जिन्ना मेरी हिम्मत हो रहा मैं कर रही हूँ। बाकी बहुत सारे उन्होंने दोस्त मित्र ने जां उन्होंने फैनस ने बो उन्होंने प्यार करने वाले लोग ने वह जिवें जिवें मेरे नाल जुड़े जाएंगे तो ट्रस्ट बनाया है सरदूल जी के नाम का, तो जिवें जिवें होएगा तो फिर उवें उवें फिर उत्थे उन्होंने नाम की एक जगह एक वधिया सोहनी बनावांगे उत्थे लोक भलाई वास्ते काम करांगे आपां जी। सो हुण अंदर चलते हाँ कुछ खा पी लैंदे आ, तुसीं इन्ना कुछ बनवाया है ते नाले तुसीं थोड़ी जी रेस्ट कर लियो फिर असीं इन्हां नूं भी लैके जावांगे ते खुद। हाँ जी हाँ जी, तुसीं भी लंच कर लो क्योंकि भुख लगी होणी है तुहानूं हुण, क्योंकि काफ़ी टाइम हो गया ना जी। चलो आओ आपां चलते। ए बेसिकली ओ सुकून वाली जगह थोड़े लिए जो भी तुसी इत्थे हुन्ने हो खन्ने है ना अपने घरे तो तुसी इत्थे कई घंटों बिताने हो इन्हां दे नाल गल्लां करदे हो। हाँ जी हाँ जी, अक्सर मैनूं इदां हुंदा शाम नूं इत्थे मैं आ जानी हाँ जदों फिर जा मैं किते शूटिंग ते जां किते इधर जाना हुंदा फिर मैं इधरों दी पिंड दे विच दी होके जानी हाँ जां जे जाण लगे तां आण लगे रात नूं भी कई वारी मैं 10-11 बजे भी कई वारी होके चली जानी इत्थे बैठ के ना कि असीं आईदा मोहाली जिवें शूट चलदा सी PTC दा उदों फिर इधरों आईदा सी विच दी इत्थे आ के इत्थे बैठ के थोड़ा जिहा मन हल्का करके फिर मैं करने चली जांदी सी जी। सो हुण तुसीं उत्थे है ना पौधे लगाने ने। हाँ जी हाँ जी, इत्थों दे सरपंच ने रमला उन्हां दा नां है जी, उन्हां दे खेत सीगे उन्होंने जगह दित्ती सी कबरां तां वैसे उधर पिछे वो परे हैगियां ने जिहड़ियां मुसलिम जिहड़ी जगह हैगी आ मुस्लिम जगह जिथे कबरां दी जगह हुंदी आ वह उत्थे हैगी आ जिथे किन्ने सारे दरख्त लगे हुए ने उत्थे आ, पर उन्होंने सानू जिहड़े पिंड दा सरपंच आ उन्होंने अपने खेत विच्चों फिर कणक वढ़ के इत्थे जगह दित्ती सी वी इत्थे तुसीं कोई यादगार बनानी होगी सरदूल जी दे नाम दी कुछ भी दुनिया इन्ना प्यार करदी दुनिया आके देखदी आ तां करके फिर उन्होंने इत्थे ही जगह दित्ती सी वी। फिर नाल उन्हां दे इक दोस्त सीगे सरदूल जी दे उन्हां नूं पता लग्गिया फिर नाल उन्हां दी जगह लगदी सी फरीदकोट तों ने उह हाकम सिंह फिर उन्हां दे नाल जगह लगदी सी उन्हां ने वी अपना इक खेत नाल दित्ता सीगा ते हुण आपां इत्थे करांगे सारा कुछ ट्रस्ट बना लिया हुण इन्हां दे नाम दा। अच्छा जी, ते हुण बनाया है ते उन्हां दे नाम ते जो भी आपां अपने वल्लों भी होर भी क्योंकि कल्ला बंदा तो कुछ भी नहीं कर सकदा ना, इत्थे म्यूजिक अकैडमी होएगी सरदूल जी दे ट्रस्ट दे उत्ते विच असीं फ्री म्यूजिक देवांगे बच्चों नूं ते इत्थे कुछ ना कुछ लोक भलाई दे काम करांगे जो भी ट्रस्ट दे विच आया करेगा जी, जरूरतमंद लोकां लई करांगे कुछ। तुसीं गल कर रहे सीगे वी इह सड़क 30 सालां तों कच्ची आ है ना ते हुण हां जी रस्ता पास होया होया रस्ता हैगा इह 30-32 साल तो रस्ता तो मैं कहा पुराना ही कितने चले आ रहा कागजा भगवंत मान जी ने इनिशिएटिव लिया। हाँ जी हाँ जी, हुण उन्हां कोल फिर हाँ जी फिर वह हुण पास की सड़क उन्होंने हुण बननी शुरू होगी हुण इहदा काम स्टार्ट हो रहा है जी। PWD बना रही है, बहुत नेड़ता है तुहाडी CM साहब दे नाल सरदूल सर दी बहुत ज्यादा। हाँ जी, ये सारे पिंड नूं ये चाहिदा सीगा है ना, भी सिर्फ मेरे करके नहीं कल्ली करके उन्होंने किया क्योंकि सरदूल जी पूरी दुनिया च लोग उन्होंने प्यार करते हैं, पूरी दुनिया च लोग आते हैं उन्होंने मुश्किलां आउंदियां ने बरसातों के मौसम के लोगों की गड्डिया नहीं इत्थे तक आउंदियां, तुरके भी नहीं आया जाता, पानी बहुत खड़ जाता है तो दुनिया पता नहीं बाहरों जदों के सरदूल जी गए ने बाहरों बहुत सारे लोग आए पर इत्थे तक पहुँच नहीं पाए, पानी बहुत खड़ा सीगा, गड्डिया नहीं सी आउंदियां, बाकी पिंड की भी जरूरत सीगी आसे पासे जिवें नाल पिंड लगता हरगणा ना उन्होंने भी सी भी नाल इतों शॉर्ट चले जाता है ਸਾਰਿਆਂ ਨੂੰ ਦੋ ਪਿੰਡਾਂ ਨੂੰ ਚਾਹੀਦੀ ਸੀਗੀ ਇਹ ਇਸ ਕਰਕੇ ਉਹਨਾਂ ਨੇ ਸਾਰਿਆਂ ਵਾਸਤੇ ਕੀਤਾ ਹੈ। ਹਾਂਜੀ ਹਾਂਜੀ, ਸੋ ਹੁਣ ਅਸੀਂ ਚਲੀਏ ਹੈ ਨਾ। ਹਾਂਜੀ ਵੀ ਦੱਸ ਮੇਰਿਆ ਦਿਲ ਭਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ, ਦੱਸ ਮੇਰਿਆ ਦਿਲ ਭਰਾਵੇ ਵੀ ਦੱਸ ਮੇਰਿਆ ਦਿਲ ਭਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ, ਦੱਸ ਮੇਰਿਆ ਦਿਲ ਭਰਾਵੇ ਵੀ ਦੱਸ ਮੇਰਿਆ ਦਿਲ ਭਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ, ਦੱਸ ਮੇਰਿਆ ਦਿਲ ਭਰਾਵੇ ਵੀ ਦੱਸ ਮੇਰਿਆ ਦਿਲ ਭਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ,
दस मेरे आ दिल भरावे, फी दस मेरे आ दिल भरावे, तू केड़े अरश दा तारा, दस मेरे आ दिल भरावे, वी दस मेरे आ दिल भरावे। सो इत्थे आके भी तुहाडे नाल जिहड़ा अहसास तुसी दिलवाया उहदे लई भी बहुत शुक्रिया मैम। तो उम्मीद करते हैं कि जिंदगी नूं जिस तरह एक स्ट्रेंथ वांगू स्ट्रोंग बन गए तुसी, एक माँ, एक पत्नी, एक कलाकार दे तौर ते जो जिम्मेवारियां निभा रहे हो, तुसी होर ज़्यादा परमात्मा तुहानूं स्ट्रेंथ देवे। सो अज दे दिन दे लई खास बहुत शुक्रिया तुहाडा। थैंक यू। ते उम्मीद है कि जल्दी मिलांगे। बिल्कुल बिल्कुल, बस हुण सड़क भी छेती बनन वाली आ जी, ते महाराज दी कृपा नाल सारा कुछ होई जाणा। इत्थे फिर आपां इहनूं भरत पा के इहनूं पक्का करके फर्श बनावांगे, ते बाकी जो भी शरा दे मुताबिक हुंदा है उहदे हिसाब नाल उहदे उत्ते छत वगैरा पा के, उहदी साडे पक्की छत नहीं पैंदी, उत्ते टीन दी छत उच्ची करके ता कि मीह मूँह तों रहे, किसी ने आना तां उहनूं छां रहे, मीह तों कोई प्रॉब्लम होवे इत्थे फिर आपां करांगे कुछ ना कुछ ना। ते बाकी हौली हौली चली जाणा है, मालक ने आप ही करी जाणा। जिहड़े उहनां सरदूल जी नूं प्यार करन वाले लोग ने, मुहब्बत करन वाले लोग, उहनां दे सहयोग दे नाल सारा कुछ अपने आप हो ही जाणा है जी। सो हुण घर चलदे आ। हांजी हांजी। सो जी बिल्कुल, अज दा पूरा दिन असीं जिहड़ा है उह नूरी माँ दे नाल ते सरदूल जी दे अहसास दे नाल गुजारिया। बहुत ही खूबसूरत दिन सी ते बहुत ही यादगार दिन। आई एम श्योर साडे लई जो अहसास है उही तुहाडे लई भी होएगा जो तुसीं इहनां नूं प्यार करदे हो। सो तुहाडा प्यार ते साथ इसे तरह बनाए रखना, क्योंकि इहनां दी स्ट्रेंथ इस टाइम सिर्फ और सिर्फ तुहाडा साथ, प्यार ते तुहाडियां दुआवां ने। सो इसे तरह देखदे रहो असीं पंजाबी, और कोशिश करते रहेंगे तुहानू हर वार एक वक्रे हेल्दी तरीके दे नाल एंटरटेन करन दे लई। फिलहाल अपना ते अपनों का रखो ख्याल, सानू दोहन दियो इजाजत। स्टे पॉजिटिव। सत श्री अकाल।